ਅਤੇ तमाम ਬੀਇੰਗ ਅ ਟੀਚਰ ਪੇਜ ਤੇ ਜੁੜੇ ਮੇਰੇ ਸਾਥੀਓ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਜੋ ਹੁਣ ਦਾ ਦੌਰ ਚੱਲ ਰਿਹਾ ਉਹਦੇ ਵਿੱਚ ਤੰਦਰੁਸਤ ਹੋਮੋਗੇ ਤੁਹਾਡਾ ਪਰਿਵਾਰ ਤੰਦਰੁਸਤ ਹੋਵੇਗਾ ਜਾਨ ਪਛਾਣ ਕਰਾਉਣ ਤੋਂ ਪਹਿਲਾਂ ਦੋ ਤਿੰਨ ਗੱਲਾਂ ਮੈਂ ਸੋਡਣਾ ਸਾਂਝੀਆਂ ਕਰਨਾ ਚਾਹਣਾ ਪਹਿਲੇ ਤਾਂ ਇਹ ਕਿ ਇਹ ਮੇਰਾ ਪਹਿਲਾ ਤਜਰਬਾ ਲਾਈਵ ਹੋਣ ਦਾ ਮੈਂ ਵੈਸੇ ਵੀ ਕਦੇ ਫੇਸਬੁਕ ਤੇ ਲਾਈਵ ਨਹੀਂ ਹੋਇਆ ਅਜੇ ਤੱਕ ਇਸ ਲਈ ਜੇਕਰ ਕੋਈ ਕੁਆਲਿਟੀ ਵਾਈਜ਼ ਜਾਂ ਆਵਾਜ਼ ਨਹੀਂ ਸੁਣ ਨੂੰ ਸੁਣ ਰਹੀ ਜਾਂ ਕਿਸੇ ਤਰ੍ਹਾਂ ਦੀ ਹੋਰ ਵੀ ਕੋਈ ਦਿੱਕਤ ਆ ਰਹੀ ਹੈ ਤਾਂ ਪਲੀਜ਼ ਮੈਨਾ ਸਾਂਝਾ ਕਰ ਲਿਓ ਜਲਦੀ ਦੂਸਰੀ ਗੱਲ ਇਹ ਹੈ ਕਿ ਭਾਵੇਂ ਮੈਂ ਮਲਵਈ ਹੋਣ ਕਰਕੇ ਆ ਭਾਵੇਂ ਮੇਰੇ ਦਾਦੀ ਦਾ ਮੇਰੇ ਤੇ ਬਹੁਤ ਪ੍ਰਭਾਵ ਸੀ ਕਈ ਉਹ ਸ਼ਬਦ ਵਰਤੇਦੇ ਹੁੰਦੇ ਸੀ ਉਪਪਾਸ਼ਾ ਦੇ ਉਹ ਮੇਰੇ ਚ ਹੂਬ ਹੂਏ ਆ ਗਏ ਹਾਲਾਂਕਿ ਮੈਂ ਕੋਸ਼ਿਸ਼ ਕਰਾਂਗਾ ਕਿ ਉਹ ਸ਼ਬਦ ਦੇ ਕੋਈ ਸਮਾਨਾਰਥਕ ਸ਼ਬਦ ਤੁਹਾਡਾ ਸਾਂਝਾ ਕਰ ਲਾਂ ਪਰ ਕਈ ਵਾਰ ਕਿਉਂਕਿ ਆਦਤ ਹੈ ਉਹ ਕੋਈ ਸੈਦ ਸੁਭਾਈ ਆਉਂਦੇ ਨੇ ਕੋਈ ਉਹਦੇ ਵਾਸਤੇ ਐਫਰਟ ਨਹੀਂ ਕਰਨਾ ਪੈਂਦਾ ਇਸ ਲਈ ਤੁਸੀਂ ਉਹ ਜਿਹੜੇ ਸ਼ਬਦ ਹੋਏ ਉਹਨਾਂ ਨੂੰ ਥੋੜਾ ਜਿਹਾ ਸੰਭਾਲ ਲਿਓ ਅਗਲੀ ਗੱਲ ਮੈਂ ਇਹ ਕਰਨਾ ਚਾਹੁੰਦਾ ਕਿ ਕਈ ਵਾਰ ਕੋਈ ਗੱਲਾਂ ਦੇ ਵਿੱਚ ਆਪਾਂ ਬਹਾ ਦੇ ਵਿੱਚ ਕਾਫੀ ਦੂਰ ਨਿਕਲ ਜਾਂਦੇ ਆ ਤਾਂ ਪਲੀਜ਼ ਮੈਨੂੰ ਆਵਾਜ਼ ਦੇ ਲਓ ਮੈਂ ਵਾਪਸ ਆ ਜਾਵਾਂਗਾ ਤੁਹਾਡੇ ਨਾਲ ਫੇਰ ਉੱਥੇ ਸਟਾਰਟ ਕਰ ਲਵਾਂਗਾ ਇਹ ਬੜਾ ਮੈਨੂੰ ਮਤਲਬ ਮੇਰਾ ਪਹਿਲਾ ਤਜਰਬਾ ਹੈ ਕਿ ਤੁਸੀਂ ਸਾਰੇ ਮੈਨੂੰ ਵੇਖ ਰਹੇ ਹੋ ਮੈਂ ਵੀ ਤੁਹਾਨੂੰ ਹਾਲਾਂਕਿ ਛੋਟੇ-ਛੋਟੇ ਆਈਕਨਸ ਦੇ ਵਿੱਚ ਦੇਖ ਰਿਹਾ ਤੇ ਤੁਹਾਡੀ ਇੱਕ ਅੱਖ ਵੀ ਮੈਨੂੰ ਦਿਖਾਈ ਦੇ ਰਹੀ ਹੈ ਅ ਸਾਰਿਆਂ ਨੂੰ ਤੁਸੀਂ ਸਾਰੇ ਮੈਨੂੰ ਇੱਕ ਅੱਖ ਨਾਲ ਦੇਖ ਰਹੇ ਹੋ ਇਸ ਲਈ ਵੀ ਮੈਨੂੰ ਖੁਸ਼ੀ ਹੋ ਰਹੀ ਹੈ ਆਪਣੇ ਜਾਣ ਪਛਾਣ ਕਰਾਉਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਜੋ ਸਾਂਝਾ ਕੀਤਾ ਇਹਦਾ ਧਿਆਨ ਰੱਖ ਲਓ ਮੇਰਾ ਨਾਮ ਸੁਖਜੀਤ ਸਿੰਘ ਹੈ ਜੀ ਸੁਖਜੀਤ ਸਿੰਘ ਮਾਨ ਮੈਂ ਪੰਜਾਬੀ ਲੈਕਚਰਾਰ ਹਾਂ 2006 ਦੇ ਵਿੱਚ ਸੀ ਡੈਕ ਦੇ ਰਾਹੀਂ ਡਾਇਰੈਕਟਰ ਰਿਕਰੂਟਮੈਂਟ ਹੋਈ ਸੀ ਉਹਦੇ ਵਿੱਚ ਮੈਂ ਐਜ਼ ਅ ਲੈਕਚਰਾਰ ਪੰਜਾਬੀ ਆਇਆ ਸੀ ਮੈਂ ਧੰਨਵਾਦ ਵੀ ਕਰਨਾ ਚਾਹੁੰਦਾ ਬੀਇੰਗ ਆ ਟੀਚਰ ਪੇਜ ਦਾ ਭਾਵੇਂ ਉਹਦੇ ਵਿੱਚ ਮੇਰੇ ਕੁਝ ਦੋਸਤ ਵੀ ਨੇ ਕਿ ਉਹਨਾਂ ਨੇ ਇਨੀਸ਼ੀਏਟਿਵ ਲੇਤਾ ਕਿ ਅਧਿਆਪਕਾਂ ਦੇ ਨਾਲ ਰੂਪ ਰੂਪ ਕਰਾਇਆ ਜਾਵੇ ਹਾਲਾਂਕਿ ਇਸ ਤੋਂ ਪਹਿਲਾਂ ਦੋ ਇਸ ਤੇ ਲੈਕਚਰ ਹੋ ਚੁੱਕੇ ਨੇ ਪੇਜ ਤੇ ਬੜੇ ਬਾਕਮਾਲ ਉਹਨਾਂ ਨੇ ਸਾਡੀ ਸਿੱਖਿਆ ਦੇ ਉੱਪਰ ਚਾਨਣਾ ਪਾਇਆ ਸੀ ਇਤਿਹਾਸ ਦੱਸਿਆ ਸੀ ਬੜੀ ਰਿਸਰਚ ਸੀ ਉਹਨਾਂ ਦੀ ਬੜਾ ਮੈਨੂੰ ਖੁਸ਼ੀ ਹੋਈ ਉਹ ਸੁਣ ਕੇ ਜਿਹੜਾ ਮੇਰਾ ਤਜਰਬਾ ਉਹ ਸਕੂਲ ਦੇ ਨਾਲ ਹੈ ਦੋਨੇ ਪਾਸੇ ਸਕੂਲ ਦੇ ਨਾਲ ਹੈ ਮੈਂ ਸਕੂਲ ਨੂੰ ਐਜ਼ ਅ ਪ੍ਰਿੰਸੀਪਲ ਆਫੀਸ਼ੀਏਟਿੰਗ ਪ੍ਰਿੰਸੀਪਲ ਵੀ ਵਾਚਿਆ ਲਗਭਗ 8.5 ਸਾਲ 8 ਸਾਲ 7.5 ਸਾਲ 8 ਸਾਲ ਤੇ ਸਕੂਲ ਟੀਚਰ ਦੇ ਵਜੋਂ ਵੀ ਮੈਂ 5.5 ਸਾਲ ਸਿਰਫ ਟੀਚਰ ਦੇ ਵਜੋਂ ਵੀ ਕੰਮ ਕਰ ਰਿਹਾ ਹਾਂ ਮਤਲਬ ਲੈਕਚਰਰ ਦੇ ਵਜੋਂ ਵੀ ਕੰਮ ਕਰ ਰਿਹਾ ਹਾਂ ਮੈਂ ਉਹ ਤੁਹਾਡੇ ਨਾਲ ਜਿਵੇਂ ਜਿਵੇਂ ਆਪਾਂ ਅੱਗੇ ਵਧਾਂਗੇ ਮੈਂ ਆਪਾਂ ਉਹਦੇ ਨਾਲ ਸਾਂਝਾ ਕਰਦੇ ਜਾਵਾਂਗੇ ਕਿਉਂਕਿ ਟੀਚਿੰਗ ਮੇਰਾ ਆਈਡੀਅਲ profession ਸੀ ਮੈਂ ਸ਼ਾਇਦ 6ਵੀਂ 7ਵੀਂ ਜੋ ਹੋਵਾਂਗਾ ਮੇਰੇ ਕਦੇ ਆਪਕੋ ਹੁੰਦੇ ਸੀਗੇ ਅ ਸ਼੍ਰੀ ਰਾਜਕੁਮਾਰ ਜੀ ਹੁਣ ਉਹ ਆਪਣੇ ਵਿਚਕਾਰ ਨਹੀਂ ਰਹੇ ਸਰੀਰਕ ਰੂਪ ਵਿੱਚ ਨਹੀਂ ਰਹੇ ਬਸ ਤਾਂ ਉਹ ਹਮੇਸ਼ਾ ਨਾਲ ਹੁੰਦੇ ਨੇ ਮੇਰੇ ਉਹ ਮਨ ਉਹ ਬੜੇ ਚੰਗੇ ਲੱਗਦੇ ਸੀਗੇ ਜਦੋਂ ਉਹ ਪੜਾਉਂਦੇ ਸੀ ਨਾ ਤਾਂ ਮੈਨੂੰ ਐ ਲੱਗਦਾ ਸੀਗਾ ਕਿ ਮੈਂ ਇਨਾਂ ਵਰਗਾ ਬਨਣਾ ਹਿੰਦੀ ਦੇ ਤੇ ਆਪਕਿ ਸਿਹਾਲਾ ਕਿ ਉਹ ਪਰ ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਐਕਚੁਅਲੀ ਉਹ ਹਿੰਦੀ ਦੇ ਦੇ ਆਪਕ ਨਹੀਂ ਸਾਨੂੰ ਉਹ ਐਸਐਸ ਮਾਸਟਰ ਸਾਨੂੰ ਉਹ ਵੀ ਮੈਨੂੰ ਆ ਹੁਣ ਜਦੋਂ ਮੈਂ ਸਕੂਲ ਦੇ ਵਿੱਚ ਆਪਣੇ ਪਿੰਡ ਵਾਲੇ ਸਕੂਲ ਦੇ ਵਿੱਚ ਆਇਆ ਹਾਲਾਂਕਿ ਮੈਂ ਉਹਦੇ ਇਹ ਨਹੀਂ ਸੋਚਿਆ ਸੀਗਾ ਕਿ ਮੈਂ ਕੋਈ ਪੰਜਾਬੀ ਦਾ ਹਿੰਦੀ ਦਾ ਅਧਿਆਪਕ ਬਣਾਗਾ ਮੈਂ ਕਾਲਜ ਗਿਆ ਕਾਲਜ ਦੇ ਵਿੱਚ ਮੈਨੂੰ ਅੰਗਰੇਜ਼ੀ ਦੇ ਨਾਲ ਬਹੁਤ ਪਿਆਰ ਹੋ ਗਿਆ ਮੈਂ ਸੋਚਿਆ ਮੈਂ ਅੰਗਰੇਜ਼ੀ ਦਾ ਟੀਚਰ ਲੱਗਾਗਾ ਫਿਰ ਪੰਜਾਬੀ ਲਿਟਰੇਚਰ ਦੇ ਨਾਲ ਜ਼ਿਆਦਾ ਕਾਲਜ ਦੇ ਵਿੱਚ ਜਾ ਕੇ ਲਗਾ ਹੋ ਗਿਆ ਤੇ ਮੈਂ ਇਧਰ ਪੰਜਾਬੀ ਦੇ ਵਿੱਚ ਆ ਗਿਆ ਮੇਰੀ ਸਰਵਿਸ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਕਿ ਮੇਰੀ 1.5 13 ਸਾਲ ਦੀ ਸਰਵਿਸ ਹੈ ਜਿਹਦੇ ਵਿੱਚ ਮੈਂ ਜ਼ਿਆਦਾ ਸਮਾਂ ਰਾਮਨਗਰ ਸਕੂਲ ਦੇ ਵਿੱਚ ਲਗਾਇਆ ਮੇਰੀ ਪਹਿਲੀ ਫਸਟ ਇੰਟਰਵਿਊਮੈਂਟ ਸੀਗੀ ਸਰਕਾਰੀ ਸਕੈਨਿਸਕੂ ਰਾਮਨਗਰ ਤੇ ਉੱਥੇ ਮੈਂ 4 ਮਹੀਨਾ ਬਾਅਦ ਹੀ ਆਫੀਸ਼ੀਏਟਿੰਗ ਪ੍ਰਿੰਸੀਪਲ ਬਣ ਗਈ ਸੀ ਹੁਣ ਬਿਲਕੁਲ ਫਰੈਸ਼ਰ ਸੀਗਾ ਬੀਐਡ ਕੀਤੀ ਕੀਤੀ ਸੀ ਹਜੇ ਤੇ ਨਾਲ ਦੀ ਨਾਲ ਮੈਨੂੰ ਜੌਬ ਮਿਲ ਗਈ ਉਸ ਜੌਬ ਦੇ ਦੌਰਾਨ ਸਭ ਤੋਂ ਦਿੱਕਤ ਵਾਲੀ ਗੱਲ ਇਹ ਸੀ ਕਿ ਕੁੜੀਆਂ ਦਾ ਜਿਹੜਾ ਪਲੱਸ 2 ਦਾ ਡ੍ਰੌਪ ਆਊਟ ਸੀ ਉਹ 100% ਸੀ ਬਾਲਿਆਂ ਵਾਲੇ ਆਰਾਮਨਗਰ ਸਕੂਲ ਦੇ ਵਿੱਚ ਤੇ ਇੱਕ ਗੱਲ ਇਹ ਵੀ ਸੀ ਕਿ 2006 ਦੇ ਵਿੱਚ ਜਦੋਂ ਮੈਂ ਉੱਥੇ ਜਾ ਕੇ ਜੁਆਇਨ ਕੀਤਾ ਤਾਂ ਉਦੋਂ 10ਵੀਂ ਦਾ ਰਿਜ਼ਲਟ 0% ਆਇਆ ਸੀ ਉਸ ਸਕੂਲ ਦਾ 27 ਪੋਸਟਾਂ 'ਚੋਂ ਸਿਰਫ 9 ਪੋਸਟਾਂ ਭਰੀਆਂ ਹੋਈਆਂ ਮੈਂ ਇਕੱਲਾ ਲੈਕਚਰਰ ਸ਼ੁਰੂ ਦੇ ਵਿੱਚ ਹਾਲਾਂਕਿ ਇੱਕ ਵਿੱਚ ਅੰਗਰੇਜ਼ੀ ਦਾ ਕਦੇ ਆ ਜਾਂਦਾ ਸੀ ਕੋਈ ਪੰਜ ਚਲਾ ਜਾਂਦਾ ਸੀਗਾ ਪਰ ਜ਼ਿਆਦਾਤਰ ਮੈਂ ਕੱਲਾ ਰਿਆ ਉਹ ਸਕੂਲ ਚ ਘੰਟੀ ਵੀ ਆਪ ਮਾਰੀ ਉਹ ਸਕੂਲ ਨੂੰ ਜਿੰਦੇ ਵੀ ਆਪ ਲਾਏ ਪਰ ਮੇਰੇ ਲਈ ਸਮੱਸਿਆ ਇਹ ਸੀ ਕਿ ਮੈਂ ਜੋ ਇਹਦਾ 17 ਭਾਵੇਂ ਉਹ ਅਕਾਦਮਿਕ ਹੋਵੇ ਭਾਵੇਂ ਉਹ ਗੈਰ ਵਿਦਿਅਕ ਹੋਵੇ ਉਹਨੂੰ ਕਿਵੇਂ ਸੁਧਾਰਾਂ ਕਿਉਂਕਿ ਇੱਕਦਮ ਮੈਂ ਫਰੈਸ਼ਰ ਸੀ ਬਿਲਕੁਲ ਯੂਨੀਵਰਸਿਟੀ ਤੋਂ ਪੜ੍ਹ ਕੇ ਆਇਆ ਸੀਗਾ ਤੇ ਉਹਦੇ ਵਿੱਚ ਹੌਲੀ ਹੌਲੀ ਸੁਧਾਰ ਕਰਨੇ ਸ਼ੁਰੂ ਕੀਤੇ ਮੇਰੇ ਯਾਦ ਹੈ ਕਿ ਸ਼ੁਰੂ ਵਿੱਚ ਮੇਰਾ ਬਹੁਤ ਵਿਰੋਧ ਹੋਇਆ ਸ਼ਾਇਦ ਜੋਧੇ ਆਪਕੇ ਸਾਨੂੰ ਆਪਣੇ ਕੰਫਰਟ ਜ਼ੋਨ ਚੋਂ ਬਾਹਰ ਨਹੀਂ ਆਉਣਾ ਚਾਹੁੰਦੇ ਸੀ ਪਰ ਮੈਂ ਜਾਣਦਾ ਸੀ ਮੇਰੇ ਉਹ ਇੱਕ ਕੋਟੇਸ਼ਨ ਯਾਦ ਆਉਂਦੀ ਹੁੰਦੀ ਹੈ ਹਮੇਸ਼ਾ ਕਿ ਸ਼ੁਰੂ ਚ ਉਹ ਤੁਹਾਨੂੰ ਇਗਨੋਰ ਕਰਨਗੇ ਫਿਰ ਤੁਹਾਡੀ ਆਲੋਚਨਾ ਕਰਨਗੇ ਫਿਰ ਤੁਹਾਡਾਂ ਲੜਨਗੇ ਤੇ ਫਿਰ ਤੁਸੀਂ ਜਿੱਤ ਜਾਓਗੇ ਹਾਲਾਂਕਿ ਇਹ ਕੋਈ ਜਿੱਤ ਹਾਰ ਦੀ ਖੇਡ ਤਾਂ ਨਹੀਂ ਸੀਗੀ ਪਰ ਫਿਰ ਵੀ ਕਿਉਂਕਿ ਇੱਕ ਮੈਂ ਬਣ ਨਹੀਂ ਇਹਦੇ ਆਪਕ ਚਾਹੁੰਦਾ ਸੀ ਮੈਂ ਚਾਹੁੰਦੀ ਏ ਸੀ ਕਿ ਮੈਂ ਸਕੂਲ ਦੇ ਵਿੱਚ ਇਹ ਅਧਿਆਪਕ ਲੱਗਾ ਮੇਰੇ ਯਾਦ ਹੈ ਕਿ 2018 ਦੇ ਵਿੱਚ ਮੈਨੂੰ ਸਟੇਜਵਾਨ ਮਿਲਿਆ ਉੱਥੇ ਇੱਕ ਆਈਏਸ ਅਫਸਰ ਸਨ ਉਹਨਾਂ ਨੇ ਮੇਰਾ ਇੰਟਰਵਿਊ ਕੀਤਾ ਤੇ ਮੈਨੂੰ ਉਹਨਾਂ ਨੇ ਪੁੱਛਿਆ ਕਿ ਤੂੰ ਇਹ ਯੂਨੀਵਰਸਿਟੀ ਟਾਪਰ ਸੀਗਾ ਤਾਂ ਪੀਐਚਡੀ ਕਿਉਂ ਨਹੀਂ ਕੀਤੀ ਮੈਂ ਉਹਨਾਂ ਨੂੰ ਕਹਿ ਕੇ ਸਰ ਮੈਂ ਪੀ ਮੈਂ ਅਧਿਆਪਕ ਲੱਗਣਾ ਸੀ ਜੇ ਅਧਿਆਪਕ ਲੱਗਣ ਵਾਸਤੇ ਮੈਨੂੰ ਪੀਐਚਡੀ ਕਰਨੀ ਪੈਂਦੀ ਤਾਂ ਮੈਂ ਉਹ ਵੀ ਕਰ ਲੈਂਦਾ ਪਰ ਮੈਨੂੰ ਜੌਬ ਨਾਲ ਦੀ ਨਾਲ ਹੀ ਮਿਲ ਗਈ ਸੀ ਇਸ ਲਈ ਮੈਂ ਤਾਂ ਨਿਕ ਰਿਹਾ ਤਾਂ ਹਮੇਸ਼ਾ ਹੀ ਮੇਰਾ ਮੈਨੂੰ ਇਹ ਲੱਗਦਾ ਕਿ ਮੈਂ ਹੋਰ ਕੁਝ ਹੋ ਹੀ ਨਹੀਂ ਸਕਦਾ ਸੀ ਜੇ ਮੈਂ ਅਧਿਆਪਕ ਨਾ ਹੁੰਦਾ ਤਾਂ ਅਸੀਂ ਜਦੋਂ ਮੈਂ ਗਿਆ ਉੱਥੇ ਰਿਜ਼ਲਟ 2007 ਦੇ ਵਿੱਚ ਵੀ ਇਕੱਠਵੀਂ ਦਾ ਰਿਜ਼ਲਟ ਆ ਉਹ 네ਗੇਟਿਵ ਆਇਆ ਬੱਚੇ 12ਵੀਂ ਦੇ ਵਿੱਚ ਸਿਰਫ 7 ਬੱਚੇ ਸਕੈਂਡਰੀ ਸਕੂਲ ਦੇ ਵਿੱਚ ਸਿਰਫ 254 ਬੱਚੇ ਬੜਾ ਮੁਸ਼ਕਿਲ ਦੌਰ ਸੀਗਾ ਉਹ ਹਾਲਾਂਕਿ ਉਹ ਇਹ ਵੀ ਇੱਕ ਲੱਕ ਹੈ ਕਿ ਮੈਂ ਉਸ ਸਕੂਲ ਦੇ ਵਿੱਚ ਚਲਾ ਗਿਆ ਮੈਂ ਹੋਰ ਸਕੂਲ ਵਿੱਚ ਵਿੱਚ ਜਾ ਸਕਦਾ ਸੀ ਪਰ ਮੇਰੇ ਦੇ ਆਪਕਣੀ ਮੈਨੂੰ ਕਿਹਾ ਕਿ ਉੱਥੇ ਇੱਕ ਬਹੁਤ ਚੰਗੇ ਇੰਚਾਰਜ ਨੇ ਪਹਿਲਾਂ ਹੀ ਉਹ ਤੁਹਾਨੂੰ ਸਾਰਾ ਕੁਝ ਸਿਖਾ ਦੇਣਗੇ ਤੂੰ ਉੱਥੇ ਚਲਾ ਜਾ ਜਦੋਂ ਮੈਂ ਗਿਆ ਤੇ ਮੈਨੂੰ ਐਸੀ ਨੇ ਬੱਚੇ ਕਿਉਂਕਿ ਕੁੜੀਆਂ ਅੱਗੇ ਪੜਨ ਰਿਵਾਜ ਹੀ ਨਹੀਂ ਸੀਗਾ ਕਿ 12ਵੀਂ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਨਾਲ ਹੀ 7-8 ਕਿਲੋਮੀਟਰ ਤੇ ਮੋੜ ਹੈ ਕਿ ਉੱਥੇ ਹੀ ਭੇਜ ਦੇਣ ਬਠਿੰਡੇ ਭੇਜ ਦੇਣ 30 ਕਿਲੋਮੀਟਰ ਤੇ ਇਹ ਰਵਾਜ ਨਹੀਂ ਸੀਗਾ ਉੱਥੇ ਬੜਾ ਮੁਸ਼ਕਿਲ ਆਇਆ ਸੀ ਕਿਉਂਕਿ ਮੈਨੂੰ ਪਤਾ ਸੀਗਾ ਕਿ 12ਵੀਂ ਤੋਂ ਬਾਅਦ ਵੀ ਯੂਨੀਵਰਸਿਟੀ ਦੇ ਪੜਾਈ ਹੁੰਦੀ ਹੈ ਮੈਂ ਚਾਹੁੰਦਾ ਸੀਗਾ ਕਿ ਬੱਚਿਆਂ ਨੂੰ ਐਕਸਪੋਜ਼ਰ ਮਿਲੇ ਉਹਦੇ ਵਾਸਤੇ ਪਹਿਲਾਂ ਅਸੀਂ ਜੋ ਉਹਦਾ ਮੋਡਲੀਆਂ ਸਹੂਲਤਾਂ ਸੀਗੀਆਂ ਉਹ ਸੁਧਾਰਨੀਆਂ ਸ਼ੁਰੂ ਕੀਤੀਆਂ ਸਟਾਫ ਬਾਅਦ ਵਿੱਚ ਮੇਰੇ ਨਾਲ ਲੱਗਿਆ ਸੀ ਪਰ ਸਾਨੂੰ ਦਿੱਕਤ ਇਹ ਹੀ ਆਉਂਦੀ ਸੀ ਕਿ ਸਾਡੇ ਕੋਲੇ ਟੀਚਰ ਬਹੁਤ ਘੱਟ ਸੀ 27 ਤੋਂ ਸਿਰਫ 9 ਜਾਣੇ ਮੈਂ ਹੀ ਲੈਕਚਰਰ ਮੈਂ ਹੀ ਉੱਥੇ ਆਫੀਸ਼ੀਅਲਿੰਗ ਫਿਰ ਅਸੀਂ ਗੇਮਾਂ ਦੇ ਵਿੱਚ ਸਾਡੇ ਗੇਮਾਂ ਦੇ ਵਿੱਚ ਅਸੀਂ ਬਹੁਤ ਪਾਗਲੇ ਦਾ ਸ਼ੁਰੂ ਚ ਕੰਧ ਪੱਤਰੀ ਕਾ ਸ਼ੁਰੂ ਕੀਤੀ ਵਾਲ ਮੈਗਜ਼ੀਨ ਇੱਕ ਛੋਟੀ ਜਿਹੀ ਲਾਇਬ੍ਰੇਰੀ ਬਣਾਈ ਉਹਦਾ ਇਹ ਪ੍ਰਭਾਵ ਹੋਇਆ ਕਿ ਨਾ ਬੱਚੇ ਇੰਟਰਸਟ ਦਿਖਾਉਣ ਲੱਗੇ ਬੱਚਿਆਂ ਨੂੰ ਲੱਗਣ ਲੱਗਾ ਕਿ ਕੁਝ ਚੰਗਾ ਹੋਣਾ ਸ਼ੁਰੂ ਹੋ ਗਿਆ ਜੋ ਮੇਰੇ ਉੱਥੇ ਸਾਥੀ ਅਧਿਆਪਕਸੀ ਉਹਨਾਂ ਨੂੰ ਵੀ ਲੱਗਣ ਲੱਗਾ ਕਿ ਬੜਾ ਚੰਗਾ ਹੋਣਾ ਸ਼ੁਰੂ ਹੋ ਗਿਆ ਅਸੀਂ ਕਿ ਮੈਂ ਕੀ ਕਰਦਾ ਕਿ ਮੈਂ ਕੁੜੀਆਂ ਕੋ ਕਿ ਪਲੱਸ 2 ਦੇ ਵਿੱਚੋਂ ਪਾਸ ਹੋ ਰਹੀਆਂ ਸੀ ਤਾਂ ਉਹਨਾਂ ਦੇ ਘਰੇ ਜਾਂਦੇ ਅਸੀਂ ਉਹਨਾਂ ਦੇ ਘਰ ਦੇ ਨੂੰ ਮਨਾਉਂਦੇ ਕਿ ਇਹਨਾਂ ਨੂੰ ਯੂਨੀਵਰਸਿਟੀ ਭੇਜੋ ਯੂਨੀਵਰਸਿਟੀ ਨਹੀਂ ਭੇਜੋ ਤਾਂ ਕਿਸੇ ਹੋਰ ਕਾਲਜ ਦੇ ਵਿੱਚ ਭੇਜੋ ਪਰ ਭੇਜੋ ਲਾਜ਼ਮੀ ਪੜਾਓ ਲਾਜ਼ਮੀ ਇਹਨਾਂ ਨੂੰ ਦਿਨੇ ਉਹ ਸਾਨੂੰ ਹਾਂ ਕਰ ਦਿੰਦੇ ਕਿਉਂਕਿ ਸ਼ਾਇਦ ਹੋ ਉਹਨਾਂ ਨੂੰ ਅਧਿਆਪਕਾਂ ਦੀ ਝੇਪ ਮਾਰਦੀ ਹੋਵੇ ਰਾਤ ਨੂੰ ਫਿਰ ਪਤਾ ਲੱਗਦਾ ਫੋਨ ਆਉਂਦਾ ਕਿ ਨਹੀਂ ਉਹਨਾਂ ਦੇ ਨਾ ਹੈ ਉਹਨਾਂ ਦੀ ਕੋਰੀ ਨਾ ਹੈ ਉਹ ਨਹੀਂ ਭੇਜਦੇ ਬੜਾ ਚਿਰੇ ਮੇ ਚੱਲਦਾ ਰਿਹਾ ਚੰਗੇ ਘਰਾਂ ਦੇ ਬੱਚਿਆਂ ਦਾ ਵੀ ਐਵੇਂ ਚੱਲਦਾ ਰਿਹਾ ਪਰ ਹਿੰਮਤ ਨਹੀਂ ਹਾਰੀ ਗਦੇ ਵੀ ਲੱਗੇ ਰਹੇ ਹੌਲੀ-ਹੌਲੀ ਸਾਥ ਮਿਲਦਾ ਰਿਹਾ ਹੌਲੀ-ਹੌਲੀ ਉਹਨਾਂ ਦੇ ਮਾਪਿਆਂ ਦਾ ਸਾਥ ਮਿਲਦਾ ਰਿਹਾ ਤੇ ਉਹ ਸਾਥ ਦਾ ਨਤੀਜਾ ਇਹ ਨਿਕਲਿਆ ਕਿ ਲਗਭਗ 30 ਦੇ ਕਰੀਬ ਬੱਚੇ ਇਸ ਪਿੰਡ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਿੱਲੀ ਯੂਨੀਵਰਸਿਟੀ ਜੀਐਨਯੂ ਯੂਨੀਵਰਸਿਟੀ ਕਾ ਸਾਡਾ ਬੱਚੇ ਆ ਉੱਥੇ ਐਮਫਿਲ ਕਰਦਾ ਮੁੰਡਾ ਕੁੜੀ ਉੱਥੇ ਪੀਐਚਡੀ ਕਰ ਰਹੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪੀਐਚਡੀ ਕਰ ਰਹੀ ਹੈ ਅਲੱਗ-ਅਲੱਗ ਯੂਨੀਵਰਸਿਟੀ ਦੇ ਵਿੱਚ ਗਏ ਦੇ ਸਿਰਫ ਗਏ ਨਹੀਂ ਉਹਨਾਂ ਨੇ ਬੜਾ ਨਾਮ ਨਾ ਖੱਟਿਆ ਕਿਉਂਕਿ ਉਹਨਾਂ ਨੂੰ ਸਾਹਿਤ ਦੀ ਪਹਿਲਾਂ ਚੇਟਕ ਲੱਗ ਚੁੱਕੀ ਸੀਗੀ ਉਹਨਾਂ ਨੂੰ ਜ਼ਿੰਦਗੀ ਜਿਉਣੀ ਆ ਗਈ ਸੀ ਮੇਰੇ ਖਿਆਲ 'ਚ ਮੈਂ ਇੱਕ ਵਾਰੀ ਮੇਰੇ ਯਾਦ ਹੈ ਕਿ ਇੱਕ ਕਿਉਂਕਿ ਇਹ ਆਪਾਂ ਨੂੰ ਵੀ ਪਤਾ ਹੈ ਕਿ ਜ਼ਿਆਦਾਤਰ ਸਾਡੇ ਏਰੀਆ 'ਚ ਆਪਣੇ ਏਰੀਆ 'ਚ ਕੀ ਹੁੰਦਾ ਹੈ ਕਿ ਬੱਚੇ ਡਰਦੇ ਨੇ ਕੁੜੀਆਂ ਖੁਦ ਡਰਦੀਆਂ ਨੇ ਮੈਂ ਇੱਕ ਵਾਰ ਮੇਰੇ ਸਟੂਡੈਂਟ ਤੋਂ ਪੁੱਛਿਆ ਕਿ ਵੀ ਸੋਨੂੰ ਜਦੋਂ ਤੁਸੀਂ ਬਸ 'ਚ ਹੋਣੇ ਤੁਹਾਨੂੰ ਡਰ ਲੱਗਦਾ ਉਹ ਕਹਿੰਦਾ ਸਰ ਸਾਨੂੰ ਮਾਨਸਾ ਕੈਂਚੇ ਤੱਕ ਤਾਂ ਨਹੀਂ ਲੱਗਦਾ ਪਰ ਮਾਨਸਾ ਕੈਂਚੇ ਤੋਂ ਜਦੋਂ ਮੋੜਾਂ ਨੂੰ ਚੜਦੇ ਆ ਉਦੋਂ ਜਰੂਰ ਡਰ ਲੱਗਦਾ ਇਕੱਲੇ ਇਕੱਲੇ ਬੱਚੇ ਜਾਣੇ ਸ਼ੁਰੂ ਹੋਏ ਜਿਹੜਾ ਮੋੜ ਨਹੀਂ ਜਾਂਦਾ ਸੀ ਉਹ ਪਟਿਆਲੇ ਜਾਣ ਲੱਗਿਆ ਤੇ ਅੱਜ ਇਹ ਹਾਲ ਹੈ ਕਿ ਉੱਥੇ ਕੁੜੀਆਂ ਦੀ ਜ਼ਿਆਦਾ ਪੀ ਐਚ ਡੀ ਹੈ 15 ਦੇ ਕੀ ਕਰੀਬ ਉੱਥੇ ਰਿਸਰਚ ਸਕਾਲਰ ਨੇ ਅਲੱਗ-ਅਲੱਗ ਡਿਪਾਰਟਮੈਂਟਸ ਦੇ ਵਿੱਚ ਤੇ ਤੁਸੀਂ ਕਿਸੇ ਮਰਜ਼ੀ ਗਲੀ 'ਚ ਜਾਵੜੋ ਤੁਹਾਨੂੰ 2-3 ਰਿਸਰਚ ਸਕਾਲਰ ਉਸ ਪਿੰਡ ਦੇ ਵਿੱਚ ਮਿਲ ਜਾਣਗੇ ਮੈਨੂੰ ਬੜਾ ਚੰਗਾ ਲੱਗਦਾ ਹੁੰਦਾ ਕਿ ਇੱਕ ਇੱਕ ਗੁਰਬਤ ਦੇ ਵਿੱਚੋਂ ਨਿਕਲ ਕੇ ਵੀ ਬੜੀਆਂ ਉਚਾਈਆਂ ਤੇ ਗਏ ਬੱਚੇ ਉੱਥੇ ਹੁਣ ਲਾਕਡਾਊਨ ਹੋਇਆ ਮੇਰਾ ਇੱਕ ਸਟੂਡੈਂਟ ਆ ਮੈਂ ਉਹਨੂੰ ਪੁੱਛਿਆ ਵੀ ਉੱਥੇ ਤਾਂ ਯੂਨੀਵਰਸਿਟੀ ਦਾ ਬੰਦ ਹੋ ਗਈ ਸੀ ਹੋਸਟਲ 'ਚ ਵਾਪਸ ਆ ਗਿਆ ਸੀ ਵੀ ਤੂੰ ਹੁਣ ਕੀ ਕਰਦਾ ਕਹਿੰਦਾ ਜੀ ਮੰਡੀ ਫੋੜ ਤੋਂ ਸਟੂਡੈਂਟ ਆ ਕਹਿੰਦਾ ਜੀ ਤੂੜੀ ਵਾਲ ਟਰਾਲੀ ਨਾਲ ਜਾਣਾ ਹੁੰਦਾ ਪੀ ਐਚ ਡੀ ਕਰ ਰਿਹਾ ਪੰਜਾਬੀ ਦੀ ਮੈਨੂੰ ਕਦੇ ਵੀ ਮੈਂ ਕੁਛ ਮੈਂ ਚੁੱਪ ਕਰ ਗਿਆ ਕਿਰਾ ਮੈਨੂੰ ਕਹਿੰਦਾ ਜੀ ਬਹੁ ਨਿਆਰ ਆਉਂਦਾ ਕਦੇ ਬੈਠਣ ਨੂੰ ਤਾਂ ਉੱਥੇ ਵਧੀਆ ਕਹਿੰਦਾ ਜਮਾਂ ਰੰਜ ਨਹੀਂ ਹੈਗਾ ਬੜਾ ਲੁੱਤ ਫਲਾਈਦਾ ਉੱਥੇ ਜਾ ਕੇ ਮੈਨੂੰ ਬੜੀ ਖੁਸ਼ੀ ਹੋਈ ਕਿ ਅਜੇ ਵੀ ਬੱਚੇ ਸੋਚ ਸਕਦੇ ਨੇ ਮੇਰੇ ਕੋਲ ਵਿਦਿਆਰਥੀ ਸੀ ਪੀ ਐਚ ਡੀ ਸਾਈਕੋਲੋਜੀ ਆ ਹੁਣ ਉਹ ਉਹਦਾ ਉਹਦਾ ਘਰ ਦੀ ਉਹ ਇਨੀ ਫਿਕਰ ਕਰਦਾ ਟੈਨਸ਼ਨ ਲਈ ਜਾਂਦਾ ਰਹਿੰਦਾ ਨਹੀਂ ਪੜਦਾ ਧਿਆਨ ਨਾਲ ਹਰ ਰੋਜ਼ ਸਾਈਕਲ ਤੇ ਆਉਂਦਾ ਹੁਣ ਉਹ ਪੀ ਐਚ ਡੀ ਸਾਈਕੋਲੋਜੀ ਹੈ ਤੇ ਉਹ ਮੇਰੇ ਖਿਆਲ ਚ ਨਾਰਥ ਸਾਊਥ ਨਾਰਥ ਇੰਡੀਆ ਦਾ ਪਹਿਲਾ ਹੈ ਜੋ ਮੋਬਾਈਲ ਦੇ ਰੇਜ਼ ਦੇ ਉੱਪਰ ਕੁਝ ਕਰ ਰਿਹਾ ਹੈ ਕਿ ਸਾਊਥ ਇੰਡੀਅਨ ਨੂੰ ਦੱਸਦਾ ਸੀਗਾ ਕੋਈ ਸੀਗਾ ਕਿੰਨੇ ਮਤਲਬ ਇਹਨਾਂ ਦੇ ਮੇਰੇ ਯਾਦ ਹੈ ਕਿ ਮੈਂ ਇੱਕ ਹੁਣ ਸਾਡੇ ਆਪਣੇ ਡਿਪਾਰਟਮੈਂਟਸ ਦੇ ਵਿੱਚ ਲੈਕਚਰਰ ਇਕਨੋਮਿਕਸ ਅਲੜ ਕੀ ਖੁਦ ਉਹ ਲੈਕਚਰਰ ਹੈ ਡਾਇਰੈਕਟਰ ਰਿਕਰੂਟਮੈਂਟ ਵਿੱਚ ਆਈ ਹੈ ਉਹਨਾਂ ਮੈਂ ਪੀਲੀ ਵਾਰ ਉਹਨੂੰ ਖੜਾ ਕੀਤਾ ਸ਼ਾਇਦ ਉਹ 10ਵੀਂ ਚ ਸੀਗੀ ਮੇਰੇ ਖਿਆਲ ਚ ਉਹ ਮਤਲਬ ਸਾਰੀ ਪੀਲੀ ਪੈ ਗਈ ਉਹਨੂੰ ਖੜਾ ਉਹ ਤੋਂ ਮਤਲਬ ਬੋਲੇ ਹੀ ਨਹੀਂ ਗਿਆ ਉਹ ਬੜੀ ਘਬرائی ਹੋ ਪਰ ਮਿਹਨਤ ਕਰਦੀ ਦੀ ਤੇ ਅੱਜ ਤੁਹਾਡੇ ਸਾਹਮਣੇ ਆ ਕਿ ਮੈਨੂੰ ਬੜਾ ਚੰਗਾ ਲੱਗਦਾ ਕਿ ਜੋ ਉਹਨਾਂ ਦੇ ਘਰ ਦੇ ਉਹਨਾਂ ਉਹ ਬੱਚੇ ਮੈਨੂੰ ਪਿਆਰ ਕਰਦੇ ਨੇ ਤੇ ਮੈਂ ਚਾਹੁੰ ਮੈਨੂੰ ਐ ਲੱਗਦਾ ਹੁੰਦਾ ਕਿ ਮੈਂ ਸ਼ਾਇਦ ਇਹਨਾਂ ਦਾ ਰਿਣ ਨਹੀਂ ਤਾਰ ਸਕਾਂਗਾ ਜੋ ਇਹਨਾਂ ਨੇ ਮੇਰਾ ਸਾਥ ਦਿੱਤਾ ਜੋ ਇਹਨਾਂ ਦੇ ਘਰਦਿਆਂ ਨੇ ਮੇਰਾ ਸਾਥ ਦਿੱਤਾ ਮੈਨੂੰ ਹਮੇਸ਼ਾ ਨਾਲ ਜਿਹੜੇ ਬੱਚੇ ਨੇ ਉਹ ਮੈਨੂੰ ਆਪਣੇ ਅਨ ਦਾਤਾ ਲੱਗਦੇ ਹੁੰਦੇ ਆ ਮੈਨੂੰ ਲੱਗਦਾ ਹੁੰਦਾ ਕਿ ਮੇਰਾ ਘਰ ਇਹਨਾਂ ਦੇ ਨਾਲ ਹੀ ਚੱਲਦਾ ਜੇ ਹੈਗੇ ਤਾਂ ਮੈਂ ਹੈਗਾ ਨਹੀਂ ਤਾਂ ਮੈਂ ਨਹੀਂ ਹੈਗਾ ਇਹ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਮੇਰੇ ਯਾਦ ਹੈ ਕਿ ਮੇਰੇ ਕੋਲ ਵਿਦਿਆਰਥੀ ਹੈ ਐਮਫਿਲ ਕਰ ਰਿਹਾ ਬੜਾ ਬਾਕਮਾਲ ਥੀਏਟਰ ਆਰਟਿਸਟ ਹੈ ਚੰਗੇ ਥੀਏਟਰਸ ਦੇ ਨਾਲ ਜੁੜੇ ਨੇ ਫਿਲਮਾਂ ਵਿੱਚ ਵੀ ਕੰਮ ਕਰ ਰਹੇ ਬਧਰਤੀ। ਰਾਮਨਗਰ ਦੀ ਮੈਂ ਗੱਲ ਹੀ ਕਰ ਰਹੇ ਹਜੇ। ਕਿ ਅ ਅਸੀਂ ਰਾਤ ਨੂੰ ਮੈਂ ਗਿਆ ਯੂਨੀਵਰਸਿਟੀ ਤੇ ਮੇਰੇ ਤਿੰਨ ਚਾਰ ਘੇੜੇ ਵੱਜ ਜਾਂਦੇ ਨੇ ਕਿਉਂਕਿ ਮੈਂ ਚਾਹਣਾ ਹੁੰਦਾ ਕਿ ਮੈਂ ਇਹਨਾਂ ਨੂੰ ਮਿਲਾਂ। ਇਹਨਾਂ ਦੇ ਨਾਲ ਮੈਂ ਗੱਲਾਂ ਕਰਾਂ। ਹਾਲਾਂਕਿ ਇਹ ਮੇਥੋਂ ਬਹੁਤ ਜ਼ਿਆਦਾ ਪੜ ਗਏ ਨੇ। ਪਰ ਹਮੇਸ਼ਾ ਇਹ ਮੇਰੇ ਨਾਲ ਗੱਲ ਕਰਦੇ ਨੇ ਜਿਨ੍ਹਾਂ ਨੂੰ ਕੋਈ ਵੀ ਕਦਮ ਚੱਕਣਾ ਹੁੰਦਾ ਮੈਨੂੰ ਬੜਾ ਚੰਗਾ ਲੱਗਦਾ ਹੁੰਦਾ ਕਿ ਭਾਵੇਂ ਇਹ ਇੰਨਾ ਜ਼ਿਆਦਾ ਪੜ ਗਏ ਪਰ ਇਹਨਾਂ ਇਹ ਪਿਆਰ ਕਰਦੇ ਨੇ ਸਿਰਫ ਮੈਨੂੰ ਨਹੀਂ ਮੇਰੇ ਘਰਦਿਆਂ ਨੂੰ ਵੀ ਬਹੁਤ ਪਿਆਰ ਕਰਦੇ ਨੇ। ਮੇਰੇ ਨਾਲ ਵੱਧ ਇਹ ਉਹਨਾਂ ਦੇ ਦੋਸਤ ਨੇ ਇੱਕ ਫੈਮਲੀ ਬਣ ਚੁੱਕੀ ਆ ਸਾਡੀ ਮੈਂ ਰਾਤ ਨੂੰ ਕਮਰੇ ਦੇ ਵਿੱਚ ਸੁੱਤਾ ਪਿਆ ਬੜਾ ਕਾਫੀ ਰਾਤ ਹੋ ਗਈ ਸੀਗੀ 12 ਮੇਰੇ ਖਿਆਲ 2 ਵਜੇ ਗਈ ਸੀ ਰਾਤ ਦੇ ਤੇ ਮੇਰੇ ਨਾ ਅਚਾਨਕ 4:00 ਕਜੇ ਜਾਗ ਖੁੱਲੀ ਤੇ ਮੇਰਾ ਕੁਦਰਤੀ ਅਸੀਂ 6 ਨੰਬਰ ਹੋਸਟਲ ਦੇ ਸੀਗੇ ਮੇਰਾ ਬੈੱਡ ਤੋਂ ਥੱਲੇ ਹੱਥ ਗਿਆ ਤੇ ਇੱਕ ਬੱਚਾ ਮੇਰਾ ਹੱਥ ਫੜ ਕੇ ਨਾ ਸੁੱਤਾ ਪਿਆ ਥੱਲੇ ਜ਼ਮੀਨ ਤੇ ਬੈਠਾ ਹੋਸਟਲ ਚ ਰੂਮ ਚ ਮੈਂ ਨੂੰ ਬੜਾ ਮੈਂ ਮਤਲਬ ਭਾਵਕ ਹੋਇਆ ਉਸ ਸਮੇਂ ਉਹ ਗਿਆ ਸਰ ਤੁਸੀਂ ਆਏ ਸੀਗੇ ਮੈਨੂੰ ਪਤਾ ਲੱਗਿਆ ਤੁਸੀਂ ਸੁੱਤੇ ਪਏ ਸੀ ਮੈਂ ਚੱਲ ਨਹੀਂ ਠਾਉਂਦਾ ਮੈਂ ਚੱਲ ਮੈਂ ਇੱਥੇ ਬਹਿ ਜਾਂਦਾ ਮੇਰੇ ਖਿਆਲ ਚ ਇਦੋਂ ਵੱਧ ਅਧਿਆਪਕ ਲਈ ਕੁਝ ਹੋਰ ਨਹੀਂ ਸਕਦਾ ਹੋਰ ਜਿੰਨੇ ਵੀ ਕੋਈ ਅਵਾਰਡ ਨੇ ਜਿੰਨੇ ਵੀ ਉਹ ਭਾਵੇਂ ਉਹ ਤਨਖਾਹ ਲੈਂਦਾ ਹੈ ਉਹ ਸੈਕੰਡਰੀ ਚੀਜ਼ਾਂ ਨੇ ਸਭ ਤੋਂ ਵੱਡੀ ਬੰਦ ਨੋ ਨੋ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਦੋਂ ਮੈਂ ਗਿਆ 10ਵੀਂ ਦਾ 0% ਰਿਜ਼ਲਟ ਸੀ ਬੱਚੇ ਬਹੁਤ ਘੱਟ ਸੀਗੇ ਨੋ ਨੋ 14 ਨੂੰ ਮੈਂ ਆਪਣੇ ਪਿੰਡ ਬਾਲਿਆਂ ਵਾਲੀ ਵਿੱਚ ਵਿਖੇ ਬਦਲੀ ਕਰਾ ਕੇ ਆਇਆ ਲਗਭਗ 8 ਕਿਸਾਲਾ ਬਾਅਦ 8 ਕਿਸਾਲਾ ਬਾਅਦ ਆਇਆ ਤੇ ਉਦੋਂ ਇਸ ਸਕੂਲ ਦੇ ਵਿੱਚ ਉਦੋਂ ਜਦੋਂ ਮੈਂ ਰਾਮਨਗਰ ਗਿਆ ਸੀ ਉਦੋਂ ਉੱਥੇ ਪੰਜ ਪ੍ਰਾਈਵੇਟ ਸਕੂਲ ਸੀ ਨਿੱਕੇ ਨਿੱਕੇ ਸਕੂਲ ਸੀ ਦੁਕਾਨਾਂ ਟਾਈਪ ਉਹ ਸਾਰੇ ਬੰਦ ਹੋ ਗਏ ਸੀ ਬੱਚਿਆਂ ਦੀ ਗਿਣਤੀ ਵਧ ਕੇ 256 ਤੋਂ 434 ਹੋ ਗਈ ਸੀ ਤੇ ਸਾਰੇ ਬੱਚੇ 100% ਰਿਜ਼ਲਟ ਹੋ ਗਿਆ ਸੀ ਹਾਲਾਂਕਿ ਪੋਸਟਾਂ ਦੀ ਗਿਣਤੀ 19 ਸੀ ਤੇ ਕਿੰਨੇ ਸਕਾਲਰ ਪੈਦਾ ਹੋ ਗਏ ਸੀ ਉਸ ਪਿੰਡ ਦੇ ਵਿੱਚ ਹਾਲਾਂਕਿ ਦੁੱਖ ਬਹੁਤ ਲੱਗਾ ਕਿਉਂਕਿ ਮੈਂ ਮਹੀਨਾ ਆਪਣੇ ਆਪ ਨੂੰ ਸੈੱਟ ਨਹੀਂ ਕਰ ਸਕਿਆ ਸਕੂਲ ਛੱਡ ਕੇ ਕਿਉਂਕਿ ਮੈਂ ਕੱਲੀ-ਕੱਲੀ ਇੱਟ ਦਾ ਗਵਾਹ ਸੀ ਉੱਥੋਂ ਦਾ ਮੈਨੂੰ ਪਤਾ ਸੀ ਕਿ ਸਕੂਲ ਨੇ ਕਿਵੇਂ ਪ੍ਰੋਗਰੈਸ ਕੀਤੀ ਹੈ ਕਿਵੇਂ ਅੱਗੇ ਵਧਿਆ ਸਕੂਲ ਹੈ ਜਦੋਂ ਮੈਂ ਬਾਲਿਆਂ ਵਾਲੀ ਆਇਆ 9 14 ਨੂੰ ਤਾਂ ਇਹ ਮੇਰਾ ਸਕੂਲ ਸੀਗਾ ਕਿਉਂਕਿ ਮੈਂ ਇੱਥੇ ਹੀ 12 ਸਾਲ ਪੜਿਆ ਸੀ ਮੇਰੇ ਦਾਦਾ ਵੀ ਇੱਥੇ ਪੜੇ ਮੇਰੇ ਪਾਪਾ ਵੀ ਇੱਥੇ ਪੜੇ ਮੇਰਾ ਭਰਾ ਵੀ ਇੱਥੇ ਪੜਿਆ ਮੈਂ ਵੀ ਇੱਥੇ ਪੜਿਆ ਖਾਸ ਗੱਲ ਇਹ ਕਿ ਮੇਰੇ ਨਾਨਾ ਵੀ ਇਸ ਸਕੂਲ 'ਚ ਪੜੇ ਇਹ ਪਹਿਲਾ ਸਕੂਲ ਇਕੱਠਾ ਹੀ ਹੁੰਦਾ ਸੀ ਕੁੜੀਆਂ ਮੁੰਡਿਆਂ ਦਾ ਸਕੂਲ ਅਲੱਗ ਨਹੀਂ ਹੁੰਦਾ ਸੀ ਹੁਣ ਮੈਂ ਉਹਨਾਂ ਉਸੇ ਸਕੂਲ ਦੇ ਵਿੱਚ ਸੀਗਾ ਜਿੱਥੇ ਮੈਂ ਸਾਰਾ ਸਮਾਂ ਬਿਤਾਇਆ ਖੇਡਿਆ ਭਾਵੇਂ ਮੈਂ ਉੱਥੇ ਉਸੇ ਟਾਲੀਆਂ ਥਲੇ ਜਿੱਥੇ ਸਾਡੀਆਂ ਕਲਾਸਾਂ ਲੱਗਦੀਆਂ ਉੱਥੇ ਹੁਣ ਮੈਂ ਪੜਾ ਰਿਹਾ ਸੀਗਾ ਤੇ ਮੈਨੂੰ ਲੱਗਦਾ ਹੁੰਦਾ ਕਿ ਟਾਲੀਆਂ ਨੂੰ ਸ਼ਾਇਦ ਯਾਦ ਹੋਣਾ ਮੈਂ ਇਹਨਾਂ ਨੂੰ ਸ਼ਾਇਦ ਚੇਤੇ ਹੋਣਾ ਕਿ ਹਾਂ ਇਹ ਉਹੀ ਲੜਕਾ ਹੈ ਜਿਹੜਾ ਇੱਥੇ ਖੇਡਦਾ ਹੁੰਦਾ ਸੀ ਜਿਹੜਾ ਇੱਥੇ ਪੜਦਾ ਹੁੰਦਾ ਸੀਗਾ ਹੁਣ ਜਦੋਂ ਉਹਦੇ ਇੱਥੇ ਆਏ ਆ ਇੱਥੇ ਤੋਂ ਵੀ ਬੱਚੇ ਵੀ ਇੱਥੋਂ ਘਟੋ ਘਟੋ 35 ਬੱਚੇ ਯੂਨੀਵਰਸਿਟੀ ਜਾ ਚੁੱਕੇ ਨੇ ਹੁਣ ਤੱਕ 70 ਬੱਚੇ ਯੂਨੀਵਰਸਿਟੀ ਵਿੱਚ ਜਾ ਚੁੱਕੇ ਨੇ ਤੇ ਕਿਉਂਕਿ ਇੱਥੇ ਸਾਡੇ ਕੋਲੇ ਬੱਚੇ ਬਹੁਤ ਹੀ ਪਿੰਡਾਂ ਦੇ ਜ਼ਿਆਦਾ ਆਉਂਦੇ ਨੇ ਸਾਡੇ ਕੋਲ 12 ਪਿੰਡਾਂ ਦੇ ਬੱਚੇ ਆ ਰਹੇ ਨੇ ਅਲੱਗ-ਅਲੱਗ ਪਿੰਡਾਂ ਦੇ ਬੱਚੇ ਆ ਰਹੇ ਨੇ ਤੇ ਹਰੇਕ ਪਿੰਡ ਚੋਂ ਬੱਚੇ ਯੂਨੀਵਰਸਿਟੀ ਦੇ ਵਿੱਚ ਜਾ ਰਹੇ ਨੇ ਮਾਪੇ ਖੁਸ਼ ਹੋ ਗਏ ਭੇਜਦੇ ਨੇ ਉਹਨਾਂ ਨੂੰ ਕਿਉਂਕਿ ਉਹ ਸ਼ਾਇਦ ਉਹਨਾਂ ਨੂੰ ਹੁਣ ਸਾਰਾ ਕੁਝ ਇਲਮ ਹੋ ਗਿਆ ਇਸ ਗੱਲ ਦਾ ਕਿ ਉੱਥੇ ਐਕਸਪੋਜ਼ਰ ਜ਼ਿਆਦਾ ਮਿਲਦਾ ਹੈ ਉੱਥੇ ਉਹਨਾਂ ਵਾਸਤੇ ਸਹੂਲਤਾਂ ਜ਼ਿਆਦਾ ਨੇ ਉੱਥੇ ਉਹ ਆਪਣੇ ਆਪ ਨੂੰ ਚੰਗੀ ਤਰ੍ਹਾਂ ਪੇਸ਼ ਕਰ ਸਕਦੇ ਨੇ ਇਹ ਮੇਰਾ ਸਫ਼ਰ ਹੈ ਥੋੜਾ ਜਿਹਾ ਮਤਲਬ 1.5 ਸਾਲਾਂ ਦਾ ਜੋ ਮੈਂ ਬਤਾਇਆ ਆਪਣੇ ਸਕੂਲੀ ਜੀਵਨ ਦੇ ਵਿੱਚ ਅੱਜ ਐਜ਼ ਅੱਜ ਆਪਕੋ ਬੋਜਾ ਹੁਣ ਅੱਜ ਦੀ ਮਿਲਣੀ ਦੇ ਲਈ ਮੈਂ ਕੋਈ ਖਾਸ ਕੋਈ ਨਿਯਮ ਨਹੀਂ ਬੰਨੇ ਆਪਣੇ ਕੋਈ ਖਾਸ ਨਿਯਮ ਨਹੀਂ ਬਣਾਏ ਪਰ ਮੈਂ ਇਹ ਚਾਹਣਾ ਕਿ ਅਪ ਹਰ ਗੱਲ ਕਰੀਏ ਅਧਿਆਪਕ ਮੈਂ ਨਿੱਕੀ ਨਿੱਕੀ ਗੱਲ ਕਰਾਂਗਾ ਤੁਹਾਡੇ ਨਾਲ ਸ਼ਾਇਦ ਉਹ ਕਿਸ ਨੂੰ ਇਹ ਲੱਗੇ ਕਿ ਇਹ ਨਿੱਕੀ ਜੀ ਗੱਲ ਹੈ ਪਰ ਮੈਨੂੰ ਜੋ ਮੈਂ ਜਾਣਿਆ ਸਮਝਿਆ ਵਿਚਾਰਿਆ ਭੁਗਤਿਆ ਹੰਡਾਇਆ ਉਹਦੇ ਵਿੱਚ ਮੈਂ ਦੇਖਿਆ ਕਿ ਨਿੱਕੀਆਂ ਨਿੱਕੀਆਂ ਗੱਲਾਂ ਜ਼ਿਆਦਾ ਇੰਪੋਰਟੈਂਟ ਇੰਪੋਰਟੈਂਟ ਨੇ ਵੱਡੀਆਂ ਗੱਲਾਂ ਨਾਲੋਂ ਜਿਵੇਂ ਅਧਿਆਪਕਦਿਆਂ ਮੈਨੂੰ ਅ ਮੈਂ ਇਹ ਵੀ ਜਾਣਦਾ ਮੈਂ ਇਹ ਸ਼ੁਰੂ ਕਰਨ ਤੋਂ ਪਹਿਲਾਂ ਇਹ ਵੀ ਦੱਸ ਦੇਵਾਂ ਕਿ ਮੈਨੂੰ ਪਤਾ ਅਧਿਆਪਕਦਿਆਂ ਬਹੁਤ ਸਮੱਸਿਆਵਾਂ ਹਨ ਅਧਿਆਪਕਾਂ ਨੂੰ ਗੈਰ ਵਿਦਿਅਕ ਕੰਮ ਬਹੁਤ ਲਏ ਜਾਂਦੇ ਨੇ ਖਾਸ ਤੌਰ ਤੇ ਸਕੂਲੀ ਅਧਿਆਪਕਾਂ ਤੋਂ ਮੈਨੂੰ ਪਤਾ ਹੈ ਕਿ ਉਹ ਇਸ ਵਕਤ ਕਿਹੜੇ ਸਮੇਂ ਤੋਂ ਲੰਘ ਰਹੇ ਨੇ ਉਹਨਾਂ ਦਾ ਉਹ ਰੁਤਬਾ ਵੀ ਨਿਕਾਇਮ ਰੱਖਿਆ ਜਾ ਰਿਹਾ ਜਿਹੜੇ ਰੁਤਬੇ ਦੇ ਉਹ ਹੱਕਦਾਰ ਨੇ ਉਹਨਾਂ ਦੇ ਟਾਰਗੇਟ ਫਿਕਸ ਕੀਤੇ ਜਾਂਦੇ ਨੇ ਤਨਖਾਹਾਂ ਵੀ ਸ਼ੁਰੂ ਦੇ ਵਿੱਚ ਨਗੂਣੀਆਂ ਨੇ ਇਹ ਸਭ ਦੇ ਬਾਵਜੂਦ ਚੰਗਾ ਕੀ ਹੋ ਸਕਦਾ ਇਹ ਅਸੀਂ ਸਾਰੇ ਜਾਣਦੇ ਆ ਇਹ ਮੈਂ ਵੀ ਪੁਕਤਾ ਮੇਰੇ ਵੀ ਬਹੁਤ ਡਿਊਟੀਆਂ ਲੱਗਦੀਆਂ ਨੇ ਬੋਟਾ ਦੇ 2-2 ਮਹੀਨੇ ਡਿਊਟੀਆਂ ਲੱਗਦੀਆਂ ਨੇ ਪਰ ਇਹਦੇ ਬਾਵਜੂਦ ਚੰਗਾ ਕੀ ਹੋ ਸਕਦਾ ਮੈਂ ਬੜੇ ਅਨੇਕਾਂ ਅਧਿਆਪਕਾਂ ਨੂੰ ਜਾਣਦਾ ਜਿਹੜੇ ਬੜੇ ਬਾਖਮਾਲ ਅਧਿਆਪਕ ਨੇ ਬੜੇ ਉਹਨਾਂ ਸਾਹਮਣੇ ਮੇਰਾ ਸਲੂਟ ਕਰਨ ਨੂੰ ਜੀ ਕਰਦਾ ਬਹੁਤ ਘੱਟ ਅਧਿਆਪਕਾਂ ਨੂੰ ਜਾਣਦਾ ਜਿਹੜੇ ਉਸ ਪੱਧਰ ਤੇ ਨਹੀਂ ਜਾ ਜਾ ਰਹੇ ਜੋ ਉਸ ਪੱਧਰ ਤੇ ਇੱਕ ਅਧਿਆਪਕ ਨੂੰ ਜਾਣਾ ਚਾਹੀਦਾ ਇੱਕ ਗੁਰੂ ਵਾਲੇ ਪੱਧਰ ਤੇ ਜਾਣਾ ਚਾਹੀਦਾ ਉਸ ਤੇ ਨਹੀਂ ਜਾ ਰਹੇ ਉਹ ਪਰ ਇਹਦੇ باوجود ਸਭ ਕੁਝ ਚੰਗਾ ਕਿਵੇਂ ਹੋਵੇ ਇੱਕ ਤਾਂ ਸਾਡੀ ਨਾ ਮਤਲਬ ਅਸੀਂ ਜੋ ਸਕੂਲੀ ਅਧਿਆਪਕ ਹੈ ਇੱਕ ਸਾਡੀ ਸਾਡਾ ਉਹ ਵਰਗ ਨਾ ਪਾਲਾ ਪੈਂਦਾ ਜਿਹੜੇ ਜਿਨ੍ਹਾਂ ਦੇ ਮਾਪੇ ਨੂੰ ਇਹ ਨਹੀਂ ਪਤਾ ਕਿ ਸਾਡਾ ਬੱਚਾ ਕਿਹੜੀ ਕਲਾਸ ਪੜਦਾ ਜੋ ਅੱਜ ਤੱਕ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਬੱਚੇ ਕੋਲੇ ਸਬਜੈਕਟ ਕਿਹੜੇ ਨੇ ਅੱਜ ਤੱਕ ਮੈਨੂੰ ਇੱਕ ਵੀ ਬੱਚਾ ਮਾਪੇ ਨਹੀਂ ਮਿਲਿਆ 12ਵੀਂ ਤੱਕ ਖਾਸ ਤੌਰ ਤੇ 11ਵੀਂ 12ਵੀਂ ਚ ਇਹ ਸਬਜੈਕਟ ਚੋਇਸ ਹੁੰਦੀ ਆ ਕਿ ਸਾਡੇ ਬੱਚੇ ਨੂੰ ਇਹ ਨਹੀਂ ਰਖਾਉਣਾ ਜੀ ਆਹ ਰਖਾ ਦਿਓ ਇਸ ਲਈ ਹੋ ਅਧਿਆਪਕੀ ਡਿਸਾਈਡ ਕਰਦੇ ਨੇ ਜਾਂ ਤਾਂ ਉਹਨਾਂ ਦੇ ਜਿਹੜੀ ਪਿਛਲੀ ਕਲਾਸ ਵਾਲੇ ਇੰਚਾਰਜ ਆ ਉਹ ਡਿਸਾਈਡ ਕਰਦੇ ਨੇ ਕਿ ਤੁਸੀਂ ਇਹ ਲੈਣਾ 10ਵੀਂ ਦੇ ਵਿੱਚ 11ਵੀਂ ਦੇ ਵਿੱਚ ਇਹ ਲੈਣਾ 10ਵੀਂ ਦੇ ਇੰਚਾਰਜ ਡਿਸਾਈਡ ਕਰਦੇ ਨੇ ਜਾਂ ਉਹ ਜੋ ਉਹਨਾਂ ਨੂੰ ਹੋਰ ਚੰਗਾ ਤੇ ਲੱਗਦਾ ਉਹ ਡਿਸਾਈਡ ਕਰਦਾ ਉਹ ਜਿਹੜਾ ਮਰਜ਼ੀ ਦੇ ਦੇ ਮਤਲਬ ਇਹ ਟੋਟਲੀ ਸਾਡੇ ਦੇ ਡਿਪੈਂਡੈਂਟ ਨੇ ਇਸ ਲਈ ਸਾਡੀ ਜ਼ਿੰਮੇਵਾਰੀ ਜ਼ਿਆਦਾ ਵੱਧ ਜਾਂਦੀ ਹੈ ਥੋੜੀ ਜਿਹੀ ਕਿਉਂਕਿ ਮੈਂ 11ਵੀਂ 12ਵੀਂ ਨੂੰ ਪੜ੍ਹਾਉਣਾ ਇਸ ਲਈ ਮੇਰੇ ਜ਼ਿਆਦਾਤਰ ਜੋ ਮੇਰਾ ਹੁਣ ਤੱਕ ਦਾ ਤਜਰਬਾ ਹੈ ਜਾਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਾਂਗੇ ਉਹ ਉਸੇ ਨਾਲ ਹੀ ਹੋਣਗੀਆਂ ਲਗਭਗ ਸਾਰਾ ਤਾਂ ਉਸੇ ਨਾਲ ਹੋਣਗੀਆਂ ਪਰ ਇਸ ਦੇ ਬਾਵਜੂਦ ਵੀ ਚੰਗਾ ਕੀ ਕਰੀਏ ਬੱਚਿਆਂ ਦੇ ਨਾਂ ਨਹੀਂ ਪਤਾ ਹੁੰਦੇ ਮਾਪਿਆਂ ਨੂੰ ਪੁੱਛਦੇ ਨਾ ਵੀ ਤੁਹਾਡੇ ਬੱਚੇ ਦਾ ਨਾਮ ਕੀ ਹੈ ਕਹਿੰਦਾ ਘਰੇ ਤਾਂ ਸਿਆਹ ਕਹਨੇ ਆ ਪੱਕਾ ਨਾ ਨਹੀਂ ਪਤਾ ਕੀ ਆ ਉਹਨਾਂ ਦੀ ਵੀ ਮਜਬੂਰੀਆਂ ਨੇ ਉਹਨਾਂ ਦੇ ਵੀ ਸ਼ਾਇਦ ਉਹਨਾਂ ਨੂੰ ਸਮਾਂ ਨਹੀਂ ਮਿਲਦਾ ਆਪਣੇ ਬੱਚਿਆਂ ਨਾਲ ਗੱਲ ਕਰਨ ਦਾ ਉਹ ਸਾਰਾ ਕੁਝ ਸਾਡੇ ਤੇ ਆ ਜਾਂਦਾ ਮੈਂ ਇੱਕ ਗੱਲ ਵਿਚਦੀ ਮੇਰੇ ਇੱਕ ਆਈਕਨ ਦਿਸ ਗਿਆ ਮੈਨੂੰ ਮੈਂ ਜੇਤੇ ਮੈਂ ਤੁਹਾਨੂੰ ਗੱਲ ਕਰਦਾ ਆਰਾਮਨਗਰ ਦੀ ਮੇਰੇ ਇੱਕ ਗੱਲ ਯਾਦ ਆ ਗਈ ਕਿ ਅਸੀਂ ਨਾ ਸੋਸ਼ਲ ਸਾਇੰਸ ਦੀ ਸ਼ੁਰੂ ਹੋਈ ਬੈਚਲਰ ਸ਼ੁਰੂ ਹੋਈ ਯੂਨੀਵਰਸਿਟੀ ਦੇ ਵਿੱਚ ਸਾਡੇ ਬੱਚੇ ਇੰਨੇ ਨੇ ਅਪਲਾਈ ਕਰਤਾ ਆਰਾਮਨਗਰ ਤੋਂ ਮੈਂ ਉਹਦੋਂ ਉੱਥੋਂ ਅਫੀਸ਼ੀਅਟਿੰਗ ਪ੍ਰਿੰਸੀਪਲ ਹੀ ਸੀਗਾ ਕਿ ਸਾਨੂੰ ਟੈਂਪੂ ਟਰੈਵਲ ਲੈ ਜਾਣਾ ਪਿਆ ਇੰਟਰਵਿਊ ਵਾਸਤੇ ਇੰਟਰਵਿਊ ਉਹਨਾਂ ਦੀ ਹੋ ਰਹੀ ਸੀ ਮੈਂ ਬਾਹਰ ਬੈਠਾ ਸੀ ਤੇ ਇੱਕ ਬੱਚੇ ਦੇ ਨਾਲ ਕੋਈ ਮਤਲਬ ਉਹਦੇ ਵਿੱਚ ਦਿੱਕਤ ਆ ਗਈ ਉਹਦਾ ਕੈਰੇਕਟਰ ਸਰਟੀਫਿਕੇਟ ਦੇ ਵਿੱਚ ਉਹਨੂੰ ਕਹਿੰਦੇ ਤੂੰ ਜਾ ਬ ਇਹ ਤਾਂ ਠੀਕ ਰੱਖ ਕੇ ਲੈ ਕੇ ਆ ਉਹ ਮੈਂ ਬਾਹਰ ਬੈਠਾ ਸੀਗਾ ਮੈਂ ਨਵਾਂ ਕੈਰੇਕਟਰ ਸਰਟੀਫਿਕੇਟ ਪਰੜਿਆ ਮੋੜ ਲਾਈ ਸਾਈਨ ਕੀਤੀ ਉਹਨੂੰ ਫੜਾਤਾ ਮੈਂ ਜਾ ਉਹ ਕਹਿੰਦਾ ਵੀ ਉਹਦਾ ਜਾਲੀ ਬਣਾ ਕੇ ਲੈ ਕੇ ਆਉਂਗਾ ਉਹ ਕਹਿੰਦਾ ਵੀ ਸਾਡੇ ਮੈਂ ਥੂਣੀ ਬਣਾਇਆ ਮੇਰੇ ਕੋਲੇ ਆ ਗਿਆ ਉਹ ਕਹਿੰਦਾ ਵੀ ਐ ਹਲੇ ਇੱਕ ਬੰਦਾ ਥੋੜਾ ਬਣਾ ਸਕਦਾ ਇਹਨੂੰ ਪ੍ਰਿੰਸੀਪਲ ਬਣਾਉਗਾ ਮੈਂ ਉਹਨਾਂ ਨੂੰ ਬਥੇਰਾ ਕਹਾ ਮੈਂ ਪ੍ਰਿੰਸੀਪਲ ਹਾਂ ਉਹ ਨਾ ਮੰਨਣ ਫਿਰ ਉਹਨਾਂ ਨੂੰ ਮਤਾਂ ਮਸਾ ਮੁਸ਼ਕਲ ਦੇ ਨਾਲ ਯਕੀਨ ਦਿਵਾਇਆ ਕਿ ਨਹੀਂ ਮੈਂ ਪ੍ਰਿੰਸੀਪਲ ਹਾਂ ਫਿਰ ਉਹਨਾਂ ਨੇ ਥੋੜੀ ਜਿਹੀ ਮੈਨਾਂ ਟੰਗਣਾ ਗੱਲ ਕੀਤੀ ਤਾਂ ਹੁਣ ਵਾਪਸ ਆਪ ਉੱਥੇ ਆਉਣੇ ਜਿਵੇਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਣੀਆਂ ਗੱਲਾਂ ਚੇਤੇ ਆਉਂਦੀਆਂ ਤੁਹਾਡਾ ਸੰਦਿਆ ਕਰਦਾ ਜਾਵਾਂਗਾ ਹੁਣ ਇਹੀ ਸਮੱਸਿਆ ਅਧਿਆਪਕ ਮੈਸ ਨਾਲ ਡਿਸਕਸ ਕਰਾਂਗਾ ਕਿ ਛੋਟੀਆਂ-ਛੋਟੀਆਂ ਗੱਲਾਂ ਮੈਂ ਡਿਸਕਸ ਕਰਾਂਗਾ ਕਿ ਅਧਿਆਪਕ ਇੱਕ ਉਹਦਾ ਪੜਾਉਣਾ ਅਧਿਆਪਕ ਦਾ ਇੱਕ ਉਹਦਾ ਵਿਚਰਨਾ ਵੀ ਮੈਨੂੰ ਲੱਗਦਾ ਉਹਨਾਂ ਹੀ ਜ਼ਰੂਰੀ ਹੈ ਜਿੰਨਾਂ ਦੇ ਪੜਾਉਣਾ ਕਲਾਸ ਦੇ ਵਿੱਚੋਂ ਪੜ੍ਹਾ ਰਿਹਾ ਤੇ ਬਾਹਰ ਕੀ ਕਰ ਰਿਹਾ ਉਹ ਬੱਚੇ ਮੇਰੇ ਖਿਆਲ ਸੇ ਉਹਨੂੰ ਜ਼ਿਆਦਾ ਨੋਟ ਕਰਦੇ ਨੇ ਮੈਂ ਜੋ ਹੁਣ ਤੱਕ ਇਸ ਗੱਲ ਨੂੰ ਨੋਟ ਕੀਤਾ ਖੁਦ ਇਸ ਲਈ ਜੋ ਮੈਂ ਕਰ ਰਿਹਾ ਜਾਂ ਅਧਿਆਪਕ ਨੂੰ ਕਰਨਾ ਚਾਹੀਦਾ ਮੈਂ ਉਹੀ ਸਾਂਝਾ ਕਰਾਂਗਾ ਕਿ ਕਰਤਾ ਸਾਰੇ ਨੇ ਉਹਨੂੰ ਬਿਹਤਰ ਢੰਗ ਨਾਲ ਕਿਵੇਂ ਕੀਤਾ ਜਾ ਸਕਦਾ ਜਿੰਨਾ ਕਾ ਮੇਰੀ ਨੌਲੇਜ ਹੈ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਅ ਸ਼ੁਰੂ ਕਰਨ ਤੋਂ ਪਹਿਲਾਂ ਨਾ ਮੈਂ ਇੱਕ ਅਕਸਰ ਕਹਾਣੀ ਸੁਨਾਇਆ ਸੁਨਾਇਆ ਕਰਦਾ ਉਹ ਵੀ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹਣਾ ਕਿ ਇੱਕ ਵਾਰ ਇਹਨਾਂ ਕੋਈ ਵਿਅਕਤੀ ਸੀਗਾ ਉਹ ਇੱਕ ਕਿਸੇ ਮੂਰਤੀ ਸਾਜ ਦਾ ਬੁੱਤ ਘੜੇ ਦਾ ਬੜਾ ਵੱਡਾ ਪ੍ਰਸ਼ੰਸਕ ਸੀਗਾ ਉਹਨੇ ਕੀ ਕਰਿਆ ਉਹ ਬੁੱਤ ਘਾੜੇ ਕੋਲ ਚਲਾ ਗਿਆ ਜਿਹੜਾ ਪ੍ਰਸ਼ੰਸਕ ਸੀਗਾ ਉਹ ਕਹਿੰਦਾ ਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਆ ਜੀ ਮੈਂ ਤੁਹਾਡਾ ਬੜਾ ਬੜਾ ਪ੍ਰਸ਼ੰਸਕ ਆ ਮੈਂ ਤੁਹਾਡੀਆਂ ਸਾਰੀਆਂ ਮੂਰਤੀਆਂ ਵੇਖੀਆਂ ਨੇ ਤੇ ਤੁਸੀਂ ਬੜੀ ਬਾ ਕਮਾਲ ਮੂਰਤੀ ਬਣਾਉਂਦੇ ਹੋ ਉਹ ਉਹ ਹੁਣ ਵੀ ਮੂਰਤੀ ਮਤਲਬ ਹੁਣ ਵੀ ਉਹਦੇ ਹੱਥ 'ਚ ਸੈਣੀ ਸੀ ਥੋੜਾ ਸੀਗਾ ਉਹ ਕਹਿੰਦਾ ਜੀ ਮੈਂ ਤਾਂ ਮੂਰਤੀ ਬਣਾਈ ਨਹੀਂ ਕਿਤੇ ਉਹਨੂੰ ਐ ਲੱਗ ਕੇ ਮਜ਼ਾਕ ਕਰ ਰਿਹਾ ਮੇਰੇ ਨਾਲ ਉਨੇ ਫਿਰ ਕਿਹਾ ਜੀ ਤੁਸੀਂ ਤੁਹਾਡੇ ਸੈਣੀ ਵੀ ਹੈਗੀ ਹੈ ਹਥੌੜਾ ਵੀ ਹੈਗਾ ਤੁਸੀਂ ਤੁਸੀਂ ਹੁਣ ਵੀ ਮੂਰਤੀ ਬਣਾ ਰਹੇ ਹੋ ਤੁਸੀਂ ਕਹਿੰਦੇ ਮੂਰਤੀ ਨਹੀਂ ਬਣਾਈ ਉਹ ਕਹਿੰਦਾ ਮੂਰਤੀ ਤਾਂ ਹੈਗੀ ਐ ਜ ਚ ਪਹਿਲਾਂ ਹੀ ਪੱਥਰ ਚ ਮੈਂ ਤਾਂ ਸਿਰਫ ਵਾਧੂ ਦਾ ਜਿਹੜਾ ਉਹਦੇ ਪੱਥਰ ਲੱਗਿਆ ਹੋਇਆ ਹੈ ਨਾ ਉਹ ਲਾ ਰਿਆ ਬਸ ਮੇਰੇ ਖਿਆਲ ਚ ਤੁਹਾਡਾ ਕੰਮ ਵੀ ਇਹੀ ਇੱਕ ਕਿ ਉਹ ਚਿਸਕ ਉਹ ਹયા ਉਹ ਸ਼ਰਮ ਉਹ ਡਰ ਜੋ ਲਾਦੇ ਨਾ ਵਿੱਚੋਂ ਉਹਦੀ ਮੂਰਤੀ ਹੈਗੀ ਐ ਉਹ ਕੋਈ ਕਲਾਕਾਰ ਵੀ ਹੋ ਸਕਦਾ ਹੈ ਉਹ ਚੰਗਾ ਇਨਸਾਨ ਵੀ ਹੋ ਸਕਦਾ ਹੈ ਉਹ ਕੁਝ ਵੀ ਹੋ ਸਕਦਾ ਉਹਦੇ ਵਿੱਚ ਮੂਰਤੀ ਪਈ ਹੈ ਪਹਿਲਾਂ ਉਹਦੇ ਵਿੱਚ ਅਧਿਆਪਕ ਦਾ ਸਾਡਾ ਕੰਮ ਵੀ ਇਹੀ ਹੈ ਹੁਣ ਅਸੀਂ ਆਮ ਤੌਰ ਤੇ ਨਾ ਸਕੂਲ ਮੈਂ ਤੁਹਾਨੂੰ ਜੋ ਹੁਣ ਸਮਾਂ ਰਹਿੰਦਾ ਹੈ ਉਹਦੇ ਵਿੱਚ ਮੈਂ ਤੁਹਾਨੂੰ ਸਕੂਲ ਦੀ ਸੈਰ ਕਰਾਵਾਂਗਾ ਸਕੂਲ ਵਿੱਚ ਲੈ ਕੇ ਚਲਾਂਗਾ ਤੁਹਾਨੂੰ ਮੈਂ ਆਪਣੇ ਨਾਲ ਪਰ ਮੈਂ ਲੈ ਕੇ ਤੁਹਾਨੂੰ ਆਪਣੇ ਨਜ਼ਰੀਏ ਤੋਂ ਦਿਖਾਵਾਂਗਾ ਸਕੂਲ ਨੂੰ ਚਲੋਗੇ ਤੁਸੀਂ ਮੇਰੇ ਨਾਲ ਹੋਵੇਗਾ ਸਾਰਾ ਕੁਝ ਉਹੀ ਜੋ ਸਕੂਲਾਂ ਵਿੱਚ ਹੁੰਦਾ ਪਰ ਹੋਵੇਗਾ ਨਜ਼ਰੀਆ ਮੇਰਾ ਉਹਦੇ ਵਿੱਚ ਇੱਕ ਨਾ ਮੈਨੂੰ ਥੋੜੀ ਜਿ ਜੇਕਰ ਕੋਈ ਜਾਣਕਾਰੀ ਦੇ ਸਕਦਾ ਹੈ ਮੈਨੂੰ ਕਮੈਂਟਸ ਨਹੀਂ ਦੇ ਸਕਦੇ ਇਹਦੇ ਵਿੱਚ ਉਹ ਅੱਗੇ ਫਾਰਵਰਡ ਨਹੀਂ ਹੋ ਰਹੇ ਅੱਛਾ ਆ ਰਹੇ ਨੇ ਸੌਰੀ ਆ ਰਹੇ ਨੇ ਆ ਰਹੇ ਥੈਂਕ ਯੂ ਆਪਾਂ ਪਿਛਲੇ 5-7 ਮਿੰਟ ਜੋ ਤੁਹਾਡਾ ਸਵਾਲ ਇੱਕ ਮੈਨੂੰ ਲੱਗਿਆ ਕਿ ਆਪਾਂ ਡਿਸਕਸ ਕਰਨਾ ਚਾਹੀਦਾ ਹਾਲਾਂਕਿ ਮੈਂ ਕੋਸ਼ਿਸ਼ ਕਰਾਂਗੇ ਸਾਰਾ ਕੁਝ ਕਵਰ ਹੋ ਜੇ ਉਹ ਆਪਾਂ ਲਾਜ਼ਮੀ ਸੰਭਾ ਕਰਾਂਗੇ ਆਪਾਂ ਗੱਲ ਕਰ ਰਹੇ ਸੀ ਕਿ ਇੱਕ ਅਧਿਆਪਕ ਕੀ ਕਰੇ ਕਿ ਉਹ ਕਿਵੇਂ ਵਿਚਰੇ ਸਕੂਲ ਦੇ ਵਿੱਚ ਕਿ ਉਹਦੇ ਵਿੱਚ ਉਹਨੂੰ ਮਨਚਾਹ ਜਿਹੜਾ ਨਤੀਜਾ ਉਹ ਮਿਲ ਜੇ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਮੈਂ ਹੁਣ ਤੱਕ ਸਮਝੀ ਹੈ ਉਹ ਇਹ ਗੱਲ ਹੈ ਕਿ ਅਧਿਆਪਕ ਨਾ ਬੱਚਿਆਂ ਨੂੰ ਪਸੰਦ ਆਉਣਾ ਚਾਹੀਦਾ ਤੁਸੀਂ ਲੱਖ ਪੜੇ ਲਿਖੇ ਹੋ ਤੁਹਾਡੇ ਲੱਖ ਵਧੀਆ ਡਿਗਰੀਆਂ ਨੇ ਜੇ ਤੁਸੀਂ ਨਹੀਂ ਪਸੰਦ ਤਾਂ ਬੱਚਾ ਪੜ ਨਹੀਂ ਸਕਦਾ ਜਿੰਨਾ ਮਰਜ਼ੀ ਵਧੀਆ ਪੜਾਈ ਚੱਲੋ ਤੁਸੀਂ ਜੇ ਇਹਦੇ ਆਪਕ ਪਸੰਦ ਆ ਗਿਆ ਫਿਰ ਮੈਂ ਕਹਿੰਦਾ ਵੀ ਅੱਧਾ ਕੰਮ ਹੋ ਜਾਂਦਾ ਫਿਰ ਉਹਦੇ ਹਰ ਇੱਕ ਗੱਲ ਮੰਨਦੇ ਨੇ ਉਹ ਹੁਣ ਦੂਸਰਾ ਸਵਾਲ ਹੈ ਕਿ ਕਿਵੇਂ ਪਸੰਦ ਆਵੇ ਕੀ ਕਰੇ ਜਿਹਾ ਕਿ ਬੱਚਿਆਂ ਦੇ ਉਹ ਨੇੜੇ ਜਾ ਸਕੇ ਉਹਨਾਂ ਦੇ ਬਿਲਕੁਲ ਨਜ਼ਦੀਕ ਪਹੁੰਚ ਸਕੇ ਬੱਚਿਆਂ ਦੇ ਨਜ਼ਦੀਕ ਜਾਣ ਦਾ ਨਾ ਅਧਿਆਪਕ ਆਪਣੀ ਨਜ਼ਰ ਨਾਲ ਉਹਨਾਂ ਨੂੰ ਸਮਾਜ ਦੇਖਣਾ ਸਿਖਾਵੇ ਹਾਲਾਂਕਿ ਉਹਨਾਂ ਦਾ ਬਾਅਦ ਚ ਆਪਣਾ ਨਜ਼ਰੀਆ ਬਣ ਜਾਏਗਾ ਕਹਿੰਦੇ ਨੇ ਕਿ ਦ੍ਰਿਸ਼ਟੀ ਤਾਂ ਬੱਚੇ ਕੋਲੇ ਹੁੰਦੀ ਹੈ ਦ੍ਰਿਸ਼ਟੀਕੋਣ ਅਧਿਆਪਕ ਨੇ ਦੇਣਾ ਹੁੰਦਾ ਹੈ ਨਜ਼ਰ ਬ ਬੱਚੇ ਕੋਲੇ ਹੁੰਦੀ ਹੈ ਨਜ਼ਰੀਆ ਅਧਿਆਪਕਾਂ ਨੇ ਦੇਣਾ ਹੁੰਦਾ ਹੈ ਇਹ ਬਹੁਤ ਜ਼ਰੂਰੀ ਹੈ ਇਸ ਲਈ ਇਹ ਜੇਕਰ ਅਧਿਆਪਕਾਂ ਨੇ ਸਫਲ ਹੋ ਜਾਂਦਾ ਹੈ ਤਾਂ ਉਹਦਾ ਮੇਰੇ ਖਿਆਲ ਚ ਬਹੁਤ ਵੱਡਾ ਯੋਗਦਾਨ ਹੋ ਜਾਂਦਾ ਹੈ ਉਹ ਜਿਵੇਂ ਚਾਹੇ ਦਾ ਚਾਹੇ ਚਾਹੇਗਾ ਉਹ ਜਿਹਾ ਉਹਨੂੰ ਨਤੀਜਾ ਮਿਲ ਜੂਗਾ ਹੁਣ ਮੈਂ ਤੁਹਾਨੂੰ ਸਕੂਲ ਲੈ ਕੇ ਚੱਲਦਾ ਆਮ ਤੌਰ ਤੇ ਜੋ ਮੈਂ ਆਬਜ਼ਰਵ ਕੀਤਾ ਜੋ ਮੈਂ ਵੇਖਿਆ ਜਾਂ ਮੈਂ ਖੁਦ ਕਰਦਾ ਜਾਂ ਕਿਸੇ ਅਧਿਆਪਕ ਨੂੰ ਕਰਨਾ ਚਾਹੀਦਾ ਹੈ ਉਹ ਮੈਂ ਤੁਹਾਨੂੰ ਸਕੂਲ ਦਿਖਾਉਣਾ ਆਪਣੇ ਨਜ਼ਰ ਦੇ ਨਾਲ ਸਵੇਰੇ ਨਾ ਜਦੋਂ ਸਕੂਲ ਦੇ ਵਿੱਚ ਵੜਦੇ ਆ ਅਸੀਂ ਤਾਂ ਇੱਕਦਮ ਨਹੀਂ ਮਿਲਖਿਆ ਚ ਵੜਨਾ ਚਾਹੀਦਾ ਬੱਚੇ ਛੋੜੀ ਵੇਟ ਕਰ ਰਹੇ ਹੁੰਦੇ ਆ ਮੇਰੇ ਯਾਦ ਹੈ ਕਿ ਇੱਕ ਵਾਰ ਨਾ ਮੈਂ ਮੈਂ ਮੈਨੂੰ ਆਤ ਪੈ ਗਈ ਕਿ ਮੈਂ ਜਦੋਂ ਗੱਡੀ ਚੋਂ ਨਿਕਲਦਾ ਸੀ ਤਾਂ ਮੈਂ ਫੋਨ ਹੱਥ ਚ ਹੁੰਦਾ ਸੀ ਮੇਰੇ ਉਹ ਮੈਨੂੰ ਇੱਕ ਬੱਚਾ ਕਹਿੰਦਾ ਕਿ ਸਰ ਅਸੀਂ ਛੋੜੀ ਵੇਟ ਕਰ ਰਹੇ ਹਾਂ ਤੁਸੀਂ ਫੋਨ ਦੇਖ ਲੈਣੇ ਮੈਂ ਉਸ ਤੋਂ ਬਾਅਦ ਫੋਨ ਨਹੀਂ ਹੱਥ ਤੇ ਵੜਿਆ ਉਹ ਛੋੜੀ ਵੇਟ ਕਰ ਰਹੇ ਨੇ ਹਾਲਾਂਕਿ ਮੈਨੂੰ ਪਤਾ ਹੈ ਕਿ ਸਕੂਲਾਂ ਦੇ ਵਿੱਚ ਬਾਇਓਮੈਟ੍ਰਿਕਸ ਲੱਗ ਚੁੱਕੀਆਂ ਨੇ ਪਰ ਆ ਜਨਵਰੀ ਦੇ ਵਿੱਚ ਹੀ ਲੱਗੀਆਂ ਨੇ ਜਾਂ ਬਹੁਤੇ ਸਕੂਲਾਂ ਬਹੁਤੇ ਸਾਰੇ ਸਕੂਲਾਂ 'ਚ ਲੱਗ ਗਏ ਹੁਣ ਤਾਂ ਪਰ ਪਹਿਲਾਂ ਸ਼ੁਰੂ ਦੇ ਸਕੂਲਾਂ ਵਿੱਚ ਥੋੜਿਆਂ 'ਚ ਹੀ ਲੱਗੀਆਂ ਸੀਗੀਆਂ ਬਾਇਓਮੈਟ੍ਰਿਕ ਹਾਜ਼ਰੀ ਲਾਉਣੀ ਵੀ ਜ਼ਰੂਰੀ ਆ ਸਮੇਂ ਤੇ ਜਾਣਾ ਵੀ ਜ਼ਰੂਰੀ ਆ ਪਰ ਜੇਕਰ ਅਧਿਆਪਕ ਕੋਲ ਸਮਾਂ ਹੋਵੇ ਜਾਂ ਹਾਜ਼ਰੀ ਲਾਉਣ ਤੋਂ ਬਾਅਦ ਸਮਾਂ ਬਚੇ ਤਹੋ ਬੱਚਿਆਂ ਦੇ ਨਾਲ ਥੋੜਾ ਜਿਹਾ ਹੱਸ ਸਕਦਾ ਕਿਸੇ ਦੇ ਉਹਨੇ ਵਾਲ ਸੰਵਾਰ ਤੇ ਕਿਸੇ ਦੇ ਲੇਸ ਸਬੰਧ ਤੇ ਕਿਸੇ ਦਾ ਰਿਬਨ ਠੀਕ ਕਰਤਾ ਕਿਸ ਨੂੰ ਸਮਾਈਲ ਪਾਸ ਕਰਤੇ ਕਿਸ ਦੇ ਕੋਲਰ ਠੀਕ ਕਰਤੇ ਕਿਸੇ ਨਾਲ ਹੱਥ ਖੇਡ ਲਏ ਸਿੱਧਾ ਨਹੀਂ ਜਾਣਾ ਚਾਹੀਦਾ ਉਹ ਵੇਟ ਕਰ ਰਿਹਾ ਸੋਡੀ ਉਹ ਚਾਹੁੰਦੇ ਆ ਕਿ ਜੇ ਉਹ ਸੁਨੋ ਉਹ ਸੱਸੀ ਕਾਲ ਬੁਲਾਵੇ ਤਾਂ ਤੁਸੀਂ ਤਾਂ ਜਵਾਬ ਦਿਓ ਬੋਲ ਕੇ ਜਵਾਬ ਦਿਓ ਉਹ ਚਾਹੁੰਦੇ ਆ ਇਹ ਇਸ ਲਈ ਮੈਨੂੰ ਲੱਗਦਾ ਕਿ ਸਾਨੂੰ ਇਹ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਉਹਨਾਂ ਦਾ ਨੇੜਤਾ ਬਣ ਸਕੇ ਇੱਕ ਮੈਂ ਤੁਹਾਨੂੰ ਬੜੀ ਹਾਸੇ ਵਾਲੀ ਗੱਲ ਸੁਣਾਉਣਾ ਕਿ ਮੈਂ ਨਾ ਅਕਸਰ ਲਾਇਬ੍ਰੇਰੀ ਦੇ ਸਾਹਮਣੇ ਖੜ ਜਾਣਾ ਮੈਂ ਥੋੜਾ ਜਿਹਾ ਪਹਿਲਾਂ ਜਾਵੜਦਾ ਅਧਿਆਪਕ ਆਉਂਦੇ ਨੇ ਤਾਂ ਬੱਚੇ ਜਦੋਂ ਉਹ ਬੈਂਡ 'ਚ ਉਤਰਦੇ ਨੇ ਬੱਚੇ ਨੱਚਦੇ ਆ ਹੁਣ ਤੁਸੀਂ ਸੋਚੋਗੇ ਕਿ ਇਹ ਚੰਗੀ ਗੱਲ ਹੈ ਹਾਂ ਚੰਗੀ ਗੱਲ ਹੈ ਉਹ ਪਰ ਉਹ ਨੱਚਣ ਦੇ ਤਰੀਕੇ ਦੋ ਆ ਉਹਨਾਂ ਦੇ ਇੱਕ ਤਾਂ ਉਹ ਇਸ ਕਰਕੇ ਨੱਚਦੇ ਨੇ ਕਿ ਉਹਨਾਂ ਦਾ ਅਧਿਆਪਕ ਆ ਗਿਆ ਜਿਹਨੂੰ ਚਾਹੁੰਦੇ ਆ ਜਨਾਬ ਨੂੰ ਜੀ ਨਹੀਂ ਲੱਗਦਾ ਉਹ ਇੱਕ ਇਸ ਕਰਕੇ ਨੱਚਦੇ ਨੇ ਕਿ ਉਹ ਅਧਿਆਪਕ ਨਹੀਂ ਆਇਆ ਜਿਹਦਾ ਟੈਸਟ ਸੀਗਾ ਜਿਹੜਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਮੈਨੂੰ ਲੱਗਦਾ ਹੁੰਦਾ ਕਿ ਸ਼ਾਇਦ ਉਹ ਗਲਤ ਪ੍ਰੋਫੈਸ਼ਨ ਚ ਆ ਗਿਆ ਜੇ ਕਿਸੇ ਨਾਲ ਇੰਜ ਹੁੰਦਾ ਤਾਂ ਅਦਰ ਬੱਚੇ ਉਹਨਾਂ ਦੇ ਨਾਂ ਆਏ ਤੇ ਖੁਸ਼ ਹੁੰਦੇ ਨੇ ਉਹਨਾਂ ਦਾ ਟੈਸਟ ਹੈਗਾ ਸੀ ਉਹ ਅਧਿਆਪਕ ਨੇ ਆਇਆ ਤਾਂ ਬੜੇ ਖੁਸ਼ ਹੁੰਦੇ ਨੇ ਮੇਰੇ ਖਿਆਲ ਚ ਉਹ ਥੋੜਾ ਜਿਹਾ ਉਹਨਾਂ ਨੂੰ ਆਪਣਾ ਤਰੀਕਾ ਬਦਲਣਾ ਚਾਹੀਦਾ ਜੇ ਉਹਨਾਂ ਨੇ ਬੱਚੇ ਆਪਣੇ ਨੇੜੇ ਜੋੜਨੇ ਆ ਤਾਂ ਸਾਡੇ ਨਾਲ ਆਪਣੇ ਸਕੂਲਾਂ 'ਚ ਸਾਧਾ ਬਾਦ ਪਤਾ ਕਿ ਸਵੇਰ ਦੀ ਸਭਾ ਹੁੰਦੀ ਹੈ ਪਰ ਅਸੀਂ ਬਹੁਤੇ ਨਾ ਉਹਨਾਂ ਨੂੰ ਹਾਲਾਂਕਿ ਬਹੁਤ ਸਕੂਲਾਂ 'ਚ ਬੜੀ ਸ਼ਾਨਦਾਰ ਹੁੰਦੀ ਹੈ ਅਧਿਆਪਕਾਂ ਦੀ ਸ਼ਮੂਲੀਅਤ ਸਾਰੀ ਹੁੰਦੀ ਹੈ ਪਰ ਅਸੀਂ ਬਹੁਤੀ ਤਵੱਜ ਨਹੀਂ ਦਿੰਦੇ ਕਈ ਵਾਰੋਂ ਆਮ ਪਰ ਉਹਦੇ ਵਿੱਚ ਅਸੀਂ ਕਈ ਚੀਜ਼ਾਂ ਮਿਸ ਕਰ ਦਿੰਦੇ ਹਾਂ ਮੈਂ ਤੁਹਾਨੂੰ ਇੱਕ ਘਟਨਾ ਸੁਣਾਉਣਾ ਮੈਂ ਬਾਲਿਆਂ ਵਾਲੀ ਆਇਆ ਆ ਇੱਕ ਲੜਕੀ ਸੀ ਚੌਥਾ ਮੰਜ਼ਮਾਂ ਤੇ ਸੀਗਾ ਉਹਨਾ ਬੜਾ ਮਤਲਬ ਕੋਟ ਕੋਟ ਕੇ ਬੋਲਿਆ ਕਰੇ ਐਕਟਿੰਗ ਕਰਿਆ ਕਰੇ ਬੋਲਣ ਲੱਗੇ ਭਾਵੇਂ ਉਹ ਖਬਰਾਂ ਹੋਣ ਭਾਵੇਂ ਉਹ ਵਿਚਾਰ ਹੋਵੇ ਜਾਂ ਕੁਝ 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 ਵੀ ਹੋਵੇ ਉਹਦੇ ਹੱਸਿਆ ਕਰਨ ਸਾਰੇ ਜਣੇ ਮੈਂ ਮੈਨੂੰ ਚੰਗਾ ਵਾਕਈ ਚੰਗਾ ਲੱਗਿਆ ਮੈਂ ਇਹ ਨਹੀਂ ਕਿ ਕਿ ਮੈਂ ਅਵੇਸੀ ਚਲਾਗਾ ਉਹ ਉਹਨੂੰ ਕਹਿਤਾ ਮੈਂ ਉਹਨੂੰ ਕਿਹਾ ਵੀ ਤੂੰ ਬਹੁਤ ਸੋਨਾ ਬੋਲਦੀ ਹੈ ਵੀ ਸ਼ਾਬਾਸ਼ ਤੇਰੇ ਉਹ ਰੋਣ ਲੱਗੀ ਮੈਨੂੰ ਕਹਿੰਦੇ ਸਰ ਮੈਨੂੰ ਅੱਜ ਤੱਕ ਤਾਂ ਸਾਰਿਆਂ ਨੇ ਕਿਸੇ ਨੇ ਨਹੀਂ ਕਿਹਾ ਮੈਂ ਤਾਂ ਸਾਰੇ ਹੱਸਦੇ ਹੁੰਦੇ ਨੇ ਤੁਸੀਂ ਪਹਿਲੇ ਹੋ ਤੇ ਹੁਣ ਉਹ ਯੂਨੀਵਰਸਿਟੀ ਦੇ ਵਿੱਚ ਹੈ ਪਟਿਆਲੇ ਦੇ ਨਾਮੀ ਥੀਏਟਰ ਵਿੱਚ ਉਹ ਆਰਟਿਸਟ ਹੈ ਮੈਨੂੰ ਉਹਨੇ ਖੁਸ਼ੀ ਜ਼ਾਹਰ ਕੀਤੀ ਕਿ ਸਾਰੇ ਮਾਜ ਟਾਈਗਰ ਥੀਏਟਰ ਦੇ ਵਿੱਚ ਨਾਟਕ ਕਰਨ ਜਾ ਰਹੀਆਂ ਸ਼ਾਇਦ ਮੈਂ ਮੇਰੀ ਸ਼ਮੂਲੀਅਤ ਉੱਥੇ ਉਸ ਤਰ੍ਹਾਂ ਦੀ ਨਾ ਹੁੰਦੀ ਸਵੇਰ ਦੀ ਸਭਾ ਤੇ ਤਾਂ ਸ਼ਾਇਦ ਮਿਸ ਹੋ ਜਾਂਦੇ ਮੰਤੋਂ ਬੱਚੇ ਇਕੱਲੇ ਇਕੱਲੇ ਜਰ ਨੋਟ ਕਰਦੇ ਨੇ ਉਹ ਵੇਖਦੇ ਨੇ ਚਾਹੀਦਾ ਵੀ ਹੈ ਕਿ ਉਹ ਅਧਿਆਪਕਾਂ ਨੂੰ ਵੇਖਣਾ ਚਾਹੁੰਦੇ ਤੇ ਅਧਿਆਪਕਾਂ ਕੋਲੇ ਬੜਾ ਵੱਡਾ ਚਾਂਸ ਹੁੰਦਾ ਕਿ ਉਹ ਬੱਚਿਆਂ ਨੂੰ ਜੇਕਰ ਮੈਂ ਸਟੇਜ ਤੋਂ ਬੋਲ ਰਿਹਾ ਤਾਂ ਮੇਰਾ ਫਰਜ਼ ਬਣਦਾ ਮੈਂ ਇਹ ਚਾਹਾਂਗਾ ਕਿ ਮੈਨੂੰ ਸਾਰੇ ਸੁਣਨ ਕੋਈ ਆਪਸ ਵਿੱਚ ਨਾ ਬੋਲੇ ਦੇ ਆਪਕ ਪਰ ਜੇਕਰ ਬੱਚਾ ਵੀ ਬੋਲ ਰਿਹਾ ਤਾਂ ਸਾਡਾ ਸੁਣਨ ਦਾ ਫਰਜ਼ ਬਣਦਾ ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਸੁਣਿਆ ਜਾਵੇ ਉਹ ਤਾਂ ਪਹਿਲੀ ਕੰਫੀਡੈਂਸ ਨਹੀਂ ਉਹਨਾਂ ਦੇ ਵਿੱਚ ਤਾਂ ਇੱਕ ਬੱਚਾ ਮੇਰੇ ਕੋਲ ਆਇਆ ਕਿ ਸਰ ਤੁਸੀਂ ਰਾਸ਼ਟਰੀ ਗਾਣ ਬੋਲ ਰਹੇ ਸੀ ਅੱਜ ਮੈਂ ਕਿਹਾ ਹਾਂ ਬੋਲ ਰਿਹਾ ਸੀ ਕਹਿੰਦੇ ਸਰ ਟੀਚਰਾਂ ਨੇ ਬੋਲਣਾ ਹੁੰਦਾ ਹੈ ਮੈਂ ਕਿਹਾ ਉਹ ਟੀਚਰਾਂ ਨੇ ਹੀ ਬੋਲਣਾ ਹੁੰਦਾ ਸਾਰੇ ਜਿੰਨੇ ਖੜੇ ਆ ਤੇ ਬੋਲਣਾ ਹੁੰਦਾ ਕਹਿੰਦੇ ਸਾਡੇ ਸਕੂਲ ਚ ਨਹੀਂ ਬੋਲਦੇ ਸੀ ਮੈਂ ਸੋਚਿਆ ਵੀ ਸਭ ਨੋਟ ਕਰਦੇ ਨੇ ਛੋਟੇ ਉਹ ਮੈਂ ਮੇਰੇ ਯਾਦ ਆ ਕਿ ਮੈਂ ਆਰਾਮਨਗਰ ਸਕੂਲ ਦੇ ਵਿੱਚ ਸੀ ਇੱਕ ਬੜਾ ਬੜਾ ਬੱਚਾ ਸ਼ਰਾਰਤੀ ਸੀ ਕੋਈ ਕੰਮ ਨਹੀਂ ਕਰਨਾ ਆਪਣੇ ਸ਼ਰਾਰਤਾਂ ਕਰਨੀਆਂ ਸਕੂਲ ਘਟ ਆਉਣਾ ਲਾਪਰਵਾਹ ਬੱਚਾ ਉਹ ਬੜੀ ਠੰਡ ਪੈ ਰਹੀ ਸੀ ਇੰਨੀ ਠੰਡ ਪੈ ਰਹੀ ਸੀ ਕਿ ਮੇਰੇ ਥੱਲੇ ਦੀ ਕੋਟੀ ਪਾ ਕੇ ਉੱਤੇ ਦੀ ਇੱਕ ਜੈਕਟ ਟਾਈਪ ਪਾਇਆ ਹੋਇਆ ਸੀਗਾ ਉਹਦੇ ਕੱਲੀ ਉਹਦੇ ਸ਼ਰਟ ਉਹ ਵੀ ਅੰਧਿਆਵਾ ਵਾਲੀ ਮੈਨੂੰ ਕਿਹਾ ਵੀ ਸਵੇਰ ਦੀ ਸਭਾ ਚੱਲ ਰਹੀ ਸੀ ਵੀ ਤੂੰ ਇਹ ਤਾਂ ਠੰਢੇ ਹੀ ਲੱਗਦੀ ਏ ਕਿ ਕਰਿਆ ਹੋਇਆ ਉਹ ਕਿ ਸਾਡਾ ਅਧਿਆਪਕ ਸੀਗਾ ਮੈਨੂੰ ਕਹਿੰਦਾ ਜੇ ਤਰਸ ਆਉਂਦਾ ਤਾਂ ਤੁਸੀਂ ਆਪਣਾ ਕੋਟ ਦੇ ਦੁਕਾਣ ਲਾ ਕੇ ਮੈਂ ਉਹਨੂੰ ਕੋਟ ਦੇ ਦਤਾ ਸਾਰਾ ਦਿਨ ਉਹਨੇ ਕੋਟ ਪਾਇਆ ਉਹਦੇ ਪਾਪਾ ਮਿਲੇ ਮੈਨੂੰ ਕਈ ਦਿਨਾਂ ਬਾਅਦ ਪੁੱਛੋ ਮੰਡੀ ਤੋਂ ਆਉਂਦਿਆਂ ਨੂੰ ਬੱਸ ਦੇ ਵਿੱਚ ਉਹ ਕਹਿੰਦੇ ਵੀ ਸਰ ਕੀ ਕਰਿਆ ਤੁਸੀਂ ਉਹਨੂੰ ਮੈਂ ਮੈਂ ਤਾਂ ਕੁਝ ਨਹੀਂ ਕੀਤਾ ਕਹਿੰਦੇ ਸਰ ਉਹ ਬਿਲਕੁਲ ਹੀ ਚੇਂਜ ਹੋ ਗਿਆ ਸਵੇਰ ਉੱਠ ਕੇ ਭੱਜਣ ਜਾਂਦਾ ਉਸ ਤੋਂ ਬਾਅਦ ਉਹਨੇ ਪੰਜਾਬ ਚੋਂ ਕ੍ਰਾਸ ਕੰਟਰੀ ਜਿੱਤੀ ਉਹ ਬੱਚੇ ਨੇ ਤੇ ਅੱਜਕੱਲ੍ਹ ਉਹ ਨਿਊਜ਼ੀਲੈਂਡ ਅਗਲੇਰੀ ਪੜ੍ਹਾਈ ਕਰ ਰਿਹਾ ਛੋਟੀਆਂ-ਛੋਟੀਆਂ ਚੀਜ਼ਾਂ ਇਹ ਬਹੁਤ ਜ਼ਰੂਰੀ ਨੇ ਹੁਣ ਅਸੈਂਬਲੀ ਹੋ ਗਈ ਬੱਚੇ ਜਾ ਰਹੇ ਨੇ ਕਲਾਸਾਂ ਚ ਹੁਣ ਜਿਹੜਾ ਤੋਂ ਇੱਕ ਇੰਪੋਰਟੈਂਟ ਪਾਰਟ ਸ਼ੁਰੂ ਹੁੰਦਾ ਅਧਿਆਪਕ ਦਾ ਉਹ ਮੇਰੇ ਖਿਆਲ ਚ ਕਲਾਸ ਹੀ ਹੁੰਦਾ ਪੜਾਉਣਾ ਤਾਂ ਹੈਗੇ ਆ ਪਰ ਅਧਿਆਪਕ ਇਹ ਭੁੱਲ ਜਾਂਦੇ ਕਿ ਪੜਾਉਣ ਤੋਂ ਜ਼ਰੂਰੀ ਜਗਾਉਣਾ ਹੈ ਹੁਣ ਮੈਂ ਤੁਹਾਨੂੰ ਕਲਾਸ ਲੈ ਕੇ ਜਾਣਾ ਇੱਕ ਕਲਾਸ ਮੰਨ ਲਓ ਨਵੀਂ ਕਲਾਸ ਹੀ ਆ ਬਿਲਕੁਲ ਲੱਗੀ ਹੋਈ ਆ ਹੁਣ ਉਹ ਬੱਚਿਆਂ ਨੂੰ ਤੁਸੀਂ ਉਹਦੇ ਨਾਲ ਨਾਂ ਤਾਂ ਬਹੁਤਾ ਵਿਚਰੇ ਹੋਇਓ ਤੇ ਨਾ ਤੁਸੀਂ ਉਹਨਾਂ ਨੂੰ ਬਹੁਤਾ ਜਾਣਦੇ ਹੋ ਪਰ ਉਹ ਕਈ ਵਾਰ ਇਹ ਹੁੰਦਾ ਕਿ ਹਾਂ ਮੈਂ 6ਵੀਂ ਵਿੱਚ ਪੜਾਇਆ ਤਾਂ 7ਵੀਂ ਚਲਾ ਗਿਆ 10ਵੀਂ ਵਿੱਚ ਪੜਾਇਆ ਤਾਂ 12ਵੀਂ ਚਲਾ ਗਿਆ ਮੈਂ ਆਪਣੀ ਗੱਲ ਕਰਦਾ ਕਿ ਮੇਰੇ ਕੋਲੇ ਬੱਚੇ ਜਦੋਂ ਆਉਂਦੇ ਨੇ ਉਹ ਬਾਹਰਲੇ ਪਿੰਡਾਂ ਚ ਆਉਂਦੇ ਨੇ ਆਮ ਤੌਰ ਤੇ ਜਿੱਥੇ ਹਾਈ ਸਕੂਲਸ ਨੇ ਹੁਣ ਉਹ ਇਹ ਸਮਝਣਾ ਜ਼ਰੂਰੀ ਹੈ ਕਿ ਅਧਿਆਪਕ ਉਹਨਾਂ ਨੂੰ ਤੇਲ ਆਵੇ ਜਗਾਏ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਮੈਂ ਖੁਦ ਮਹਿਸੂਸ ਹੋਵੇ ਕਿ ਮੈਂ ਪੜਨਾ ਤੁਸੀਂ ਘੋੜੇ ਨੂੰ ਲੈ ਜਾਓ ਤੁਸੀਂ ਟੋਬੇ ਤੱਕ ਉਹਦਾ ਤੁਸੀਂ ਜਿੰਨਾ ਮਰਜ਼ੀ ਮੂੰਹ ਜਿੰਨਾ ਮਰਜ਼ੀ ਉਹਦਾ ਟੋਬੇ ਚ ਪਾਣੀ ਚ ਡਬੋਈ ਚਲੋ ਪਰ ਪੀ ਵੀਗਾ ਤਾਂ ਉਹ ਉਹਦੀ ਨਾ ਜਦੋਂ ਉਹਨੂੰ ਤੇਹ ਲੱਗੀ ਛੋਡੇ ਡਬੋਣ ਨਾਲ ਤਾਂ ਕੁਝ ਨਹੀਂ ਹੁੰਦਾ ਨਾ ਅਧਿਆਪਕ ਨੂੰ ਤੇਲ ਆਵੇ ਅਦੇ ਆਪ ਕੋ ਉਹਦੇ ਨਾਲ ਗੱਲਾਂ ਕਰੇ ਉਹਦੇ ਨਾਲ ਸਭ ਕੁਝ ਸਾਂਝਾ ਕਰੇ ਉਹਨੂੰ ਜਾਣੇ ਮੈਨੂੰ ਯਾਦ ਆ ਕਿ ਆ ਰਾਮਨਗਰ ਬੱਚਿਆਂ ਨੂੰ ਜੀ ਅਸੀਂ ਮੋਟੀਵੇਟ ਕਰਦੇ ਤੇ ਮੇਰੇ ਕੋਲੇ ਲਾਂਭੇ ਆਉਂਦੇ ਕੀ ਲਾਂਭੇ ਆਉਂਦੇ ਚੰਗੇ ਲਾਂਭੇ ਆਉਂਦੇ ਕਿ ਸਰ ਸਾਡਾ ਬੱਚਾ ਤਾਂ ਰਾਤ ਨੂੰ 2 ਵਜੇ ਤੱਕ ਪੜ੍ਹ ਜਾਂਦਾ ਰਹਿੰਦਾ ਮੈਂ ਕਹਿੰਦਾ ਵੀ ਇਹ ਤਾਂ ਚੰਗੀ ਗੱਲ ਹੈ ਸਰ ਉਹਨੂੰ ਕਹੋ ਨਾ ਵੀ ਘੱਟ ਪੜਿਆ ਕਰੇ ਮੈਨੂੰ ਖੁਸ਼ੀ ਹੁੰਦੀ ਕਿ ਹਾਂ ਇਹ ਲਾਂਭੇ ਆਉਣੇ ਚਾਹੀਦੇ ਸਾਡੇ ਕੋਲ ਹੁਣ ਇਹ ਵੀ ਪਤਾ ਕਿ ਅਧਿਆਪਕ ਵੀ ਬੱਚੇ ਬਾਰੇ ਜਾਣੇ ਤੇ ਬੱਚਾ ਵੀ ਅਧਿਆਪਕ ਬਾਰੇ ਜਾਣੇ ਨਾ ਤਾਂ ਉਹ ਬੁੱਤ ਹੈ ਤੇ ਨਾ ਹੀ ਉਹ ਬੁੱਤ ਹੈ ਦੋਨੇ ਬੁੱਤ ਨਹੀਂ ਹੈਗੇ ਉਹ ਇੱਕ ਇਨਸਾਨ ਇਨਸਾਨ ਨੂੰ ਪੜਾ ਰਿਹਾ ਨਿੱਕੀ ਨਿੱਕੀ ਗੱਲ ਜਾਣੇ ਉਹਦੀ ਖਾਸ ਤੌਰ ਤੇ ਇਹਨਾਂ ਚਾਰਜ ਅਧਿਆਪਕ ਉਹ ਕਿਉਂ ਨਹੀਂ ਪੜ ਰਿਹਾ ਕਿਉਂ ਨਹੀਂ ਸਕੂਲ ਆ ਰਿਹਾ ਉਹਨੂੰ ਕੀ ਦਿੱਕਤ ਆਉਂਦੀ ਬੂਟ ਕਿੰਦੋਂ ਟੁੱਟੇ ਪਏ ਨੇ ਉਹ ਫੀਸ ਕਦੋਂ ਨਹੀਂ ਭਰ ਰਿਹਾ ਫੀਸ ਮੰਗਣੀ ਹਾਲਾਂਕਿ ਪਤਾ ਹੀ ਹੈ ਕਿ ਹੁਣ ਤਾਂ ਬਸ ਇਹ ਸਾਡੇ ਡਿਪਾਰਟਮੈਂਟ ਡਿਪਾਰਟਮੈਂਟ ਦੇ ਵਿੱਚ ਅਜਿਹੇ ਅਧਿਆਪਕ ਆ ਗਏ ਨੇ ਜਿੱਥੇ ਫੀਸ ਕੋਈ ਮੁੱਦਾ ਨਹੀਂ ਹੈਗੀ ਮੈਂ ਨੀਤੂ ਡਾਕਟਰ ਨੀਤੂ ਦਾ ਪੜ ਰਿਆ ਸੀ ਕਿ 500 ਰੁਪਏ 750 ਪੈਸੇ ਦਾ ਕੱਟ ਜਾ ਤੇ ਮੈਂ ਹੁਣ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਹੁਣ ਭਾਵੇਂ ਉਹ ਕੱਟ ਜਾ 1000 ਤੱਕ ਚਲਾ ਗਿਆ ਪਰ ਬੱਚਾ ਨਹੀਂ ਹਟੇਗਾ ਹੁਣ ਕੋਈ ਹਟਦਾ ਨਹੀਂ ਸਕੂਲ ਚ ਇਸ ਵਜ੍ਹਾ ਨਾਲ ਨਹੀਂ ਹਟਦਾ ਕਮ ਸੇ ਕਮ ਉਹਨੇ ਛੋਟੀ ਛੋਟੀ ਗੱਲ ਪਤਾ ਹੋਵੇ ਮੈਂ ਨਾ ਕੀ ਕਰਦਾ ਕਿ ਜਦੋਂ ਕਲਾਸ ਸਟਾਰਟ ਹੁੰਦੀ ਹੈ ਮੈਂ ਉਹਨਾਂ ਨੂੰ ਪੁੱਛਦਾ ਕਿ ਤੁਸੀਂ ਆਪਣਾ ਨਾਮ ਦੱਸੋ ਆਪਣਾ ਸ਼ੌਂਕ ਦੱਸੋ ਤੇ ਆਪਣਾ ਟੀਚਾ ਦੱਸੋ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੇ ਬੜੀ ਹੈਰਾਨੀ ਦੀ ਗੱਲ ਤਾਂ ਇਹ ਹੁੰਦੀ ਹੈ ਕਿ ਉਹਨਾਂ ਦੇ ਵਿੱਚੋਂ 90% ਬੱਚਿਆਂ ਨੇ ਕਿਤੇ ਖੜਾ ਹੋ ਕੇ ਆਪਣਾ ਨਾਂ ਨਹੀਂ ਦੱਸਿਆ। ਕਿਵੇਂ ਕੌਨਫੀਡੈਂਸ ਆਇਆ ਉਹਦੇ ਵਿੱਚ? ਉਹਨਾਂ ਨੇ ਕਿਤੇ ਇਹ ਨਹੀਂ ਦੱਸਿਆ ਕਿ ਮੇਰਾ ਸ਼ੌਂਕ ਆ। ਕਿਤੇ ਦੇ ਆਪਕ ਨੂੰ ਕਿੱਥੇ ਪਤਾ ਲੱਗ ਜੇਗਾ ਕਿ ਉਹਦਾ ਸ਼ੌਂਕ ਆ? ਉਹ ਦੱਸਣਾ ਉਹ ਉਹ ਉਹਨਾਂ ਦਾ ਪੁੱਛਣਾ ਬਣਦਾ ਕਿ ਤੂੰ ਦੱਸ ਤੂੰ ਆਪਣੇ ਬਾਰੇ ਦੱਸ ਜੇ ਤੂੰ ਕੁਝ ਦੱਸਣਾ ਚਾਹਣਾ। ਉਹ ਬੋਲਦਾ ਕਿਉਂ ਘਟਾ ਹੈ? ਉਹਦੇ ਪਿੱਛੇ ਕਾਰਨ ਕੀ ਹੈ? ਮੈਂ ਤੁਹਾਨੂੰ ਇੱਕ ਘਟਨਾ ਸੁਣਾਉਣਾ। ਮੈਂ ਜਦੋਂ ਬਾਲਿਆਂ ਵਾਲੀ ਸਕੂਲ 'ਚ ਆਇਆ ਸੀਗਾ ਤਾਂ ਜਦੋਂ ਮੈਂ ਐਂਟਰ ਕੀਤਾ ਕਮਰੇ ਸਕੂਲ ਦੇ ਵਿੱਚ ਉਹਨੇ ਇੱਕ ਬੱਚੇ ਨੂੰ ਮੈਂ ਦੇਖਿਆ ਕਿ ਬੱਚੇ ਨੇ ਸੱਤਮੀਗ ਦਾ ਬੱਚਾ ਸੀਗਾ ਇੱਕ ਥਾਲ ਦੇ ਵਿੱਚ ਉਹਦੇ ਸਬਜ਼ੀ ਪਾਈ ਹੋਈ ਸੀ ਉਹਨੇ ਫੁੱਲ ਤੇ ਸਿੱਟਦੀ ਰੋਟੀ ਮਿੱਡੇ ਮਿਲ ਖਾਣ ਤੋਂ ਬਾਅਦ ਗੁਲਾਬ ਦੇ ਫੁੱਲ ਤੇ ਬੜਾ ਖਿੜਿਆ ਹੋਇਆ ਗੁਲਾਬ ਸੀਗਾ ਤੇ ਮੈਂ ਹੈਰਾਨ ਵੀ ਇੱਕ ਬੱਚਾ ਨਿੱਕੇ ਜਿਹੇ ਬੱਚਨ ਦਾ ਬੜਾ ਪਿਆਰ ਹੁੰਦਾ ਪ੍ਰਕਿਰਤੀ ਦੇ ਨਾਲ ਖਾਸ ਤੌਰ ਤੇ ਕੁੜੀਆਂ ਨੂੰ ਤਾਂ ਉਸ ਤੋਂ ਵੀ ਜ਼ਿਆਦਾ ਹੁੰਦਾ ਵੀ ਨੇ ਐ ਕਿਉਂ ਕੀਤਾ ਨਿੱਕੀ ਜਿਹੀ ਉਮਰ ਚੋ ਵੀ ਮੇਰੇ ਵਾਸਤੇ ਮੈਂ ਬੜਾ ਅਚੰਬਤ ਹੋ ਗਿਆ ਇੱਕ ਗੱਲ ਸੋਚ ਦੇਖ ਕੇ ਪਰ ਮੈਂ ਨਵਾਂ ਸਕੂਲ ਚ ਆਏ ਸੀ ਮੇਰਾ ਵਾਹ ਵੱਡੇ ਬੱਚਾ ਨਾ ਪੈਂਦਾ ਸੀ ਮੈਂ ਉਹ ਭੁੱਲ ਗਿਆ ਹੋਰ ਭੁੱਲਣ ਦਾ ਨਤੀਜਾ ਕੀ ਨਿਕਲਿਆ ਕਿ ਤਿੰਨ ਕਸਾਲਾਂ ਬਾਅਦ ਮੈਨੂੰ ਮੇ ਸਾਡੇ ਸਕੂਲ ਦੀ ਮੈਡਮ ਨੇ ਦਫ਼ਤਰ ਚ ਬੁਲਾਇਆ ਇੱਕ ਉੱਥੇ ਬੱਚਾ ਖੜਾ ਮੈਨੂੰ ਕਹੇ ਸਾਰੇ ਬੱਚਾ ਪੜਦਾ ਨਹੀਂ ਬੋਲਦਾ ਨਹੀਂ ਕੁਝ ਨਹੀਂ ਕਰਦਾ ਬੱਚਾ ਸਿਆਣਾ ਹੈ ਤੇ ਇਹ ਇਥੋਂ ਵਾਲਿਆਂ ਦਾ ਛੋਡੇ ਪਿੰਡ ਦਾ ਬੱਚਾ ਹੈ ਤੁਦ ਮੈਨੂੰ ਆ ਦੇ ਪਿੰਡੀ ਪੜਾ ਰਿਆ ਨਾ ਇਹ ਕੌਣ ਹੈ ਜੀ ਮੈਨੂੰ ਪਤਾ ਕਰੋ ਮੈਂ ਜਿਹੜੇ ਦੇਖਿਆ ਉਹੀ ਕੁੜੀ ਸੀ ਜਿਨੇ ਸਬਜੀ ਡੋਲੀ ਸੀ ਫੋਲਤੇ ਪੇਪਰ ਹੋਣ ਵਾਲੀ ਸੀ 10ਵੀਂ ਦੇ ਪੇਪਰ ਹੋ ਗਏ ਉਹ 11ਵੀਂ ਚ ਆ ਗਈ ਮੈਂ ਉਹ ਤੋਂ ਨਾਮ ਪੁੱਛਿਆ ਕਿ ਤੇਰਾ ਨਾਮ ਕੀ ਆ ਉਹ ਨਾ ਦੱਸਿਆ ਕਰ ਉਹਦੇ ਨਾਲ ਦੀ ਜਿਹੜੀ ਉਸੇ ਡਿਬੀ ਬੈਠੀ ਉਹ ਤਾਂ ਸਿਕਰ ਕੀ ਦਾ ਨਾਮ ਸਰ ਆਹ ਹੈ ਇਹਦਾ ਸ਼ੌਂਕ ਕੀ ਹੈ ਪਤਾ ਨਹੀਂ ਜੀ ਸ਼ੌਂਕ ਕੀ ਹੈ ਪਾਪਾ ਦਾ ਨਾਮ ਕੀ ਹੈ ਆਹ ਹੈ ਜੀ ਪਾਪਾ ਦਾ ਨਾਮ ਮੈਂ ਇਹਨੂੰ ਬੜਾ ਅਚੰਬਤ ਹੋਇਆ ਫਿਰ ਮੈਂ ਥੋੜੀ ਜੀ ਛਾਣਬੀਨ ਕੀਤੀ ਪਤਾ ਲੱਗਾ ਕਿ ਉਹਨਾਂ ਦੇ ਘਰ ਰੋਜ਼ ਲੜਾਈ ਰਹਿੰਦੀ ਹੈ। ਉਹ ਬੋਲਦੀ ਨੇ ਕਿ ਉਹਦੀ ਮੰਮੀ ਰੋਜ਼ ਆਉਂਦੀ ਮੈਂ ਉਹਨੂੰ ਮੰਮੀ ਦੇ ਕੋਟ ਟੁਕੜ 50 ਬੜੀ ਦੇਖਿਆ ਸਕੂਲ ਆਉਂਦੀ ਨੂੰ ਤੇ ਉਹਦੇ ਇੱਕੋ ਹੀ ਸੂਟ ਪਾਇਆ ਹੁੰਦਾ। ਉਹ ਵੀ ਸੂਟ ਬਸ ਨਾਂ ਦੇ ਸੂਟ ਸੀ ਨਾਂ ਦੇ ਕੱਪੜਾ ਸੀਗਾ ਤੇ ਹਰ ਰੋਜ਼ ਲੜਾਈ ਹੁੰਦੀ ਉਹਨਾਂ ਦੇ। ਫਿਰ ਕੀ ਕਰਾਂ ਕਿ 11ਵੀਂ ਦੇ ਵਿੱਚ ਨਾ ਜਦੋਂ ਸਟਾਰਟਿੰਗ ਹੁੰਦੀ ਹੈ ਤੇ ਮੈਂ 7-8 ਬੱਚੇ ਜਿਹੜੇ ਹਮਰਾਜ਼ ਬਣਾ ਲੈਨੇ ਆਪਣੇ ਉਹਨਾਂ ਨੂੰ ਮੈਂ ਪੁੱਛਦਾ ਕਿ ਬੱਚੇ ਆਪਣੇ ਕਿਵੇਂ ਨੇ ਸਕੂਲ ਕਲਾਸ ਵਾਲੇ ਕਿਵੇਂ ਚੱਲ ਰਹੇ ਨੇ ਕਿਸੇ ਨੂੰ ਕੋਈ ਸਮੱਸਿਆ ਕਿਉਂਕਿ ਬੱਚੇ ਕੀ ਦੱਸਦੇ ਨੇ ਉਹਨਾਂ ਨੂੰ ਈਗੋ ਪ੍ਰੋਬਲਮ ਆ ਜਾਂਦੀ ਹੈ ਕਿ ਮੈਂ ਨਹੀਂ ਉਹਨਾਂ ਨੂੰ ਆ ਲੱਗਦਾ ਕਿ ਮੇਰਾ ਇਹ ਮੈਂ ਜੇ ਦੱਸਦਾ ਤਾਂ ਇਹ ਗਲਤ ਗੱਲ ਹੈ। ਹੌਲੀ ਹੌਲੀ ਅਸੀਂ ਉਹਨੂੰ ਬੁਲਾਉਣਾ ਸ਼ੁਰੂ ਕੀਤਾ। ਉਹਨੂੰ ਪੁੱਛਣਾ ਸ਼ੁਰੂ ਕੀਤਾ ਉਹ ਬੋਲਣ ਲੱਗੀ। ਉਹ ਸਾਡੇ ਜੋ ਅਸੀਂ ਕਦੇ ਕੋਈ ਹਾਸਿਲ ਹਾਸੇ ਵਾਲੀ ਗੱਲ ਹੁੰਦੀ ਕੋਈ ਮਜ਼ਾਕ ਵਾਲੀ ਗੱਲ ਹੁੰਦੀ ਉਹ ਹੱਸਣ ਲੱਗ ਪਈ। ਉਹਦੇ ਦੋਸਤ ਮੰਨੇ ਸ਼ੁਰੂ ਹੋ ਗਏ। ਮੈਨੂੰ ਬੜਾ ਚੰਗਾ ਲੱਗਿਆ ਤੇ ਮੈਨੂੰ ਤੁਹਾਨੂੰ ਮੈਂ ਦੱਸ ਦੇਣ ਨੂੰ ਮਤਲਬ ਮੈਂ ਬੜਾ ਆਨੰਦਤ ਮੈਂ ਮਹਿਸੂਸ ਕਰ ਰਿਹਾ ਇਸ ਗੱਲ ਨੂੰ ਕਿ 12ਵੀਂ ਦੀ ਇੱਕ ਛੋਟੀ ਜਿਹੀ ਪਾਰਟੀ ਹੋਈ ਸਾਡੇ ਇਸੇ ਸਾਲ ਤੇ ਉਹ ਸ਼ਰਮਾ ਆ ਪਈ ਉਹਦੇ ਨੇਲ ਪੇਂਟ ਲੱਗਿਆ ਮੈਂ ਸਾਰਾ ਦਿਨ ਉਹਨੂੰ ਵੇਖਦਾ ਰਿਹਾ ਵੀ ਇਹ ਉਹੀ ਐ ਉਹ ਹੁਣ ਮੈਨੂੰ ਵੀ ਮਜ਼ਾਕ ਕਰਦੀ ਸੀ ਛੋਟੀਆਂ ਛੋਟੀਆਂ ਗੱਲਾਂ ਛੋਟੀਆਂ ਛੋਟੀਆਂ ਗੱਲਾਂ ਜਿਆਦਾ ਜੇਕਰ ਅਸੀਂ ਧਿਆਨ ਰੱਖਾਂਗੇ ਤਾਂ ਸਭ ਕੁਝ ਹੋ ਸਕਦਾ ਮੈਂ ਨਾ ਆਮ ਤੌਰ ਤੇ ਇਹ ਸਾਡੇ ਬੰਨੈ ਦਾ ਕਿ ਬੱਚੇ ਨਾ ਸਕੂਲ 'ਚ ਨਹੀਂ ਆਉਂਦੇ ਸਾਡੇ ਆਮ ਤੌਰ ਤੇ ਹਰੇਕ ਸਕੂਲ ਦੇ ਵਿੱਚ ਹੁੰਦਾ ਕਿ 100% ਹਾਜ਼ਰੀ ਸ੍ਰੀ ਰਿਕਾਰਡ ਦਿੰਦੇ ਆ ਅਵਾਰਡ ਦਿੰਦੇ ਆ ਖੀਰ ਤੇ ਜਾ ਕੇ ਇਹਨਾਂ ਨੂੰ ਫੰਕਸ਼ਨ ਤੇ ਅਸੀਂ ਵੀ ਦਿੰਦੇ ਆ ਪਰ ਕਈ ਵਾਰ ਸਾਨੂੰ ਬੱਚਾ ਨਹੀਂ ਮਿਲਦਾ ਸੀ ਮੇਰੇ 99% ਨਾਲ ਨੂੰ ਦੇਣਾ ਪੈਂਦਾ ਸੀ 98% ਨੂੰ ਦੇਣਾ ਪੈਂਦਾ ਸੀ ਮੈਂ ਇਨਚਾਰਜ ਬਣ ਗਿਆ ਤਿੰਨ ਸਾਲ ਪਹਿਲਾਂ ਪਲੱਸ 1 ਕਲਾਸ ਦਾ 44 ਬੱਚੇ ਸੀ ਜਿਹੜੀ ਕਲਾਸ ਦਾ 100% ਵਾਲਾ ਬੱਚਾ ਨਹੀਂ ਥਾ ਹੁੰਦਾ ਸੀਗਾ ਜਦੋਂ 100% ਦਾ ਦੇਣ ਦਾ ਵਾਰੀ ਆਈ 44 ਚੋਂ 27 ਬੱਚਿਆਂ ਦੇ 100% ਹਾਜ਼ਰੀ ਸੀ 1 ਜੁਲਾਈ ਨੂੰ ਜੂਨ ਦੇ ਛੁੱਟਿਆਂ ਤੋਂ ਬਾਅਦ ਬਹੁਤ ਮੁਸ਼ਕਲ ਆ ਬੱਚੇ ਸਾਰੇ ਆ ਜਾਣ 44 ਦੇ 44 ਬੱਚੇ ਹਾਜ਼ਰ ਸੀ ਕਿਉਂਕਿ ਮੈਂ ਬੱਚਿਆਂ ਨੂੰ ਸਟਾਰਟਿੰਗ ਵਿੱਚ ਕਹਿਣਾ ਹੁੰਦਾ ਕਿ ਬੱਚੋ ਤੁਸੀਂ ਮੈਨੂੰ ਆਪਣਾ ਰਿਮੋਟ ਦੇ ਦਿਓ ਜੋ ਮੈਂ ਚੈਨਲ ਲਗਾਵਾ ਲੱਗ ਜੇ ਜੋ ਮੈਂ ਕਮਾ ਪੜਨੂ ਹੋ ਤੁਸੀਂ ਪੜ ਲਓ ਤੇ ਉਹ ਰਿਮੋਟ ਦੇ ਦਿੰਦੇ ਆ ਜੇ ਤੁਸੀਂ ਉਹਨਾਂ ਨਾਲ ਇਹਨੇ ਹੱਦ ਤੱਕ ਪਿਆਰ ਕਰੋਗੇ ਜੇਕਰ ਤੁਸੀਂ ਉਹਨਾਂ ਦੇ ਹਰ ਮਾੜੀ ਮਾੜੀ ਗੱਲ ਨੂੰ ਸੁਣੋ ਉਹਨਾਂ ਨੂੰ ਕਮ ਸੇ ਕਮ ਸੁਣ ਲਓ ਨਾ ਆਪਾਂ ਕਹਿੰਦੇ ਵੀ ਜੇ ਡਾਕਟਰ ਸੁਣ ਲੇ ਤਾਂ ਅਦਾ ਰੋਗ ਦੂਰ ਹੋ ਜਾਂਦਾ ਉਹੀ ਕੰਮ ਸਾਡਾ ਹੈ ਉਹਨੂੰ ਸੁਣੋ ਕਮ ਸੇ ਕਮ ਮੈਂ ਅਲੱਗ-ਅਲੱਗ ਮਤਲਬ ਸਾਨੂੰ ਸਮਰੱਥਾਾਂ ਸਮਝਣੇ ਚਾਹੀਦੇ ਆ ਬੱਚਿਆਂ ਦੀ ਅਲੱਗ-ਅਲੱਗ ਸਮਰੱਥਾਾਂ ਨੇ ਹੁਣ ਅਸੀਂ ਕੀ ਕੋਸ਼ਿਸ਼ ਕਰਦੇ ਆ ਕਿ ਅਸੀਂ ਗੜਬੀ ਦੀ ਔਰ ਕੀ ਸਮਰੱਥਾ ਹੁੰਦੀ ਓਦੇ ਵਿੱਚ ਬਾਲਟੀ ਪਾਣੀ ਦੀ ਪਾਉਣ ਕੋਸ਼ਿਸ਼ ਕਰਨ ਲੱਗ ਜਾਂਦੇ ਆ ਹੁਣ ਗੜਬੀ 'ਚ ਬਾਲਟੀ ਪਾਣੀ ਨਹੀਂ ਪਾ ਸਕਦਾ ਪਰ ਗੜਬੀ 'ਚ ਪਾਣੀ ਪਾ ਕੇ ਸਿਰ ਤੋਂ ਵੀ ਨਰ ਨਹੀਂ ਬਾਰਿਆ ਜਾ ਸਕਦਾ ਉਹਦਾ ਗੜਬੀ 'ਚ ਪਾਣੀ ਬਾਲਟੀ 'ਚ ਪਾਣੀ ਪਾ ਕੇ ਸਿਰ ਤੋਂ ਤਾਂ ਨਹੀਂ ਬਾਰਿਆ ਜਾ ਸਕਦਾ ਹਰੇਕ ਦੀ ਅਲੱਗ ਸਮਰੱਥਾ ਹਰੇਕ ਬੱਚਾ ਅਲੱਗ ਅਸੀਂ ਆਰਾਮਨਗਰ ਕਾ ਨਾਟਕ ਕਰ ਰਹੇ ਸੀ ਸ਼ਾਇਦ ਮੇਰੇ ਖਿਆਲ ਚ ਬਗਾਨੇ ਬੋਰਡ ਦੀ ਛਾਂ ਸੀਗਾ ਸਾਨੂੰ ਉੱਥੇ ਦਰਾਨੇ ਜੀ ਠਾਣੇ ਦਾ ਕੋਈ ਰੋਲ ਸੀਗਾ ਉਹਦੇ ਵਿੱਚ ਲੜਨਾ ਸੀ ਬੱਚਾ ਨਹੀਂ ਮਿਲ ਰਿਹਾ ਸੀ ਇੱਕ ਨਹੀਂ ਮਿਲ ਰਿਹਾ ਸੀ ਇੱਕ ਮਿਲ ਗਿਆ ਸੀ ਇੱਕ ਨਹੀਂ ਮਿਲ ਰਿਹਾ ਸੀ ਕੁੜੀ ਚਾਹੀਦੀ ਸੀ ਅਸੀਂ ਸਭ ਤੋਂ ਸ਼ਾਂਤ ਕੁੜੀ ਮੈਂ ਲੈਤੀ ਜਿਹਨੂੰ ਸੁਣਨ ਵਾਸਤੇ ਮਤਲਬ ਨੇੜੇ ਹੋਣਾ ਪੈਂਦਾ ਸੀ ਤੇ ਚਾਰ ਪੰਜ ਵਾਰੀ ਸੁਣਦੇ ਸੋ ਇੰਨੀ ਪੋਲਾਈਟਲੀ ਬੋਲਦੀ ਸੀ ਆਵਾਜ਼ ਤਾਂ ਉਹਦੇ ਨਿਕਲ ਨਹੀਂ ਸੀ ਪਰ ਉਹ ਲੜਨਾ ਸੀ ਚੁੱਚੇ ਮੈਨੂੰ ਸੋ ਬਾਕੀ ਕਹਿੰਦੇ ਵੀ ਸਰ ਇਹ ਕਿਵੇਂ ਬੋਲੇਗੀ ਮੈਂ ਤੁਸੀ ਖੜਜੋ ਦੋ ਮਿੰਟ ਦੇਖਦੇ ਆਪਾਂ ਨਟ ਤੇ ਫਿਰ ਉਹ ਲ ਮੈਂ ਕਹਿੰਦਾ ਉਹ ਜਿੰਨੀ ਚੁੱਪ ਸੀ ਉਹਨੇ ਸਾਰੀ ਪੜਾਅਸ ਘੜਤੀ ਜਾਂਦੇ ਤੇ ਅੱਜ ਕੱਲ ਉਹ ਇੱਕ ਨੇਬਰਹੂਡ ਕੈਂਪਸ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਹੋ ਗਈ ਉਹਣੀ ਉਹਨਾਂ ਨੂੰ ਸਮਝੋ ਉਹਨਾਂ ਦੇ ਅੰਦਰ ਗੋਣਾ ਜੋ ਜੋ ਹੈਗਾ ਸਾਰਾ ਕੁਝ ਉਹ ਵਿਚਾਰੋ ਇੱਕ ਮੈਂ ਤੁਹਾਨੂੰ ਬੜੀ ਮਜ਼ੇਦਾਰ ਗੱਲ ਸੁਣਾਉਣਾ ਕਿ ਇੱਕ ਵਾਰ ਇਹਨਾਂ ਕੀ ਹੋਇਆ ਕਿ ਕਹਿੰਦੇ 34 ਜੀ ਚੌਥੀ ਦਾ ਪੇਪਰ ਚੱਲ ਰਿਹਾ ਸੀ ਤੇ ਅਲੱਗ-ਅਲੱਗ ਤਰ੍ਹਾਂ ਦੇ ਬੱਚੇ ਬੈਠੇ ਸੀਗੇ ਉੱਥੇ ਤੀਜੀ ਚੌਥੀ ਵਾਲੇ ਉਹਨਾਂ ਨੂੰ ਲੇਖ ਕਰਵਾਇਆ ਗਿਆ ਸੀਗਾ ਗਾਂ ਮੇਰੀ ਪਿਆਰੀ ਗਾਂ ਤੇ ਲੇਖ ਆ ਗਿਆ ਉਹਨਾਂ ਨੂੰ ਕਲਾਸ ਉਹਦੇ ਵਿੱਚ ਪੇਪਰ ਦੇ ਵਿੱਚ ਅੰਬ ਦਾ ਬੂਟਾ ਅੰਬ ਦਾ ਰੁੱਖ ਜਾਂ ਬੂਟਾ ਉਹਨਾਂ ਨੇ ਉਹ ਕਹਿੰਦੇ ਸਾਨੂੰ ਤਾਂ ਆਉਂਦੇ ਨਹੀਂ ਉਹ ਜੋ ਅਧਿਆਪਕ ਡਿਊਟੀ ਦੇ ਰਿਹਾ ਸੀ ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਸਾਨੂੰ ਕਿਵੇਂ ਕਰਾਇਆ ਹੋਇਆ ਮੈਨੂੰ ਕੀ ਪਤਾ ਤੁਸੀਂ ਕਿਵੇਂ ਕਰਨਾ ਇੱਕ ਪਿੱਛੇ ਬੱਚਾ ਬੈਠਾ ਸੀਗਾ ਉਹ ਕਹਿੰਦਾ ਮੈਨੂੰ ਆਉਂਦਾ ਉਹ ਬਾਕੀ ਉਹਨਾਂ ਨੇ ਸਾਰਿਆਂ ਨੇ ਪਿੱਛੇ ਦੇਖਿਆ ਉਹ ਕਹਿੰਦੇ ਜੇ ਇਹਨੂੰ ਕਿੱਥੇ ਆਉਂਦਾ ਉਹ ਮਰੀਂਦੇ ਤਾਂ ਇਹਦਾ ਰੋਜ਼ ਗਾਲਾਂ ਖਾਂਦਾ ਸਕੂਲ ਨਹੀਂ ਵੱੜਦਾ ਇਹਨੂੰ ਨਹੀਂ ਆ ਸਕਦਾ ਹੁਸ਼ਿਆਰ ਕਹਿੰਦੇ ਆ ਇਨੇ ਹੁਸ਼ਿਆਰ ਬੱਚੇ ਬੈਠੇ ਨੇ ਤਾਂ ਕਿਸੇ ਨੂੰ ਆਉਂਦਾ ਨਹੀਂ ਇਹਨੂੰ ਕਿਧਰ ਆਜੂਗਾ ਇਹ ਉਹ ਜੋ ਟੀਚਰ ਸੀਗਾ ਉਹ ਕਹਿੰਦੇ ਵੀ ਤੁਸੀਂ ਸੁਣਤਾ ਨੋ ਇੱਕ ਵਾਰੀ ਕੀ ਬੀ ਆਉਂਦਾ ਹੋਵੇ ਉਹ ਖੜਾ ਹੋ ਗਿਆ ਗਾਂ ਦਾ ਲੇਖ ਸੀਗਾ ਆ ਗਿਆ ਅੰਬ ਦਾ ਬੂਟਾ ਉਹ ਕਹਿੰਦਾ ਲਿਖੋ ਸਾਰੇ ਕਹਦਾ ਵੀ ਸਾਡੇ ਘਰ ਇੱਕ ਅੰਬ ਦਾ ਬੂਟਾ ਹੈ ਸਾਰਿਆਂ ਨੇ ਲਿਖ ਲਿਆ ਉਹਦੇ ਥੱਲੇ ਇੱਕ ਕਿਲਾ ਗੱਡਿਆ ਹੋਇਆ ਹੈ ਸਾਰਿਆਂ ਨੇ ਲਿਖ ਲਿਆ ਉਦੇ ਨਾਲ ਗਾਂ ਬੰਨੀ ਹੋਈ ਹੈ ਗਾਂ ਦੇ ਚਾਰ ਲੱਤਾਂ ਨੇ ਕਰਦੋ ਸ਼ੁਰੂ ਕਰਨਾ ਗਾਣਾ ਲੇਖ ਹਰੇਕ ਬੱਚੇ ਚ ਅਲੱਗ ਸਮਰੱਥਾ ਹੈ ਪਾਵੇਂ ਇਹ ਮਾਨਕੜੀ ਦੀ ਕਹਾਣੀ ਹੋਵੇ ਪਰ ਅਲੱਗ ਸਮਰੱਥਾ ਹਰੇਕ ਦੇ ਵਿੱਚ ਉਹਨੂੰ ਜਾਣਨਾ ਬਹੁਤ ਜ਼ਰੂਰੀ ਹੈ ਜੋ ਮੇਰੇ ਕਾ ਜੋ ਮੈਂ ਜਿਸ ਵਰਗ ਨੂੰ ਪੜਾਉਣਾ ਉਸ ਬੱਚੇ ਦੇ ਨਾਲ ਕਈ ਵਾਰ ਆਤਮ ਵਿਸ਼ਵਾਸ ਵੀ ਘਟ ਜਾਂਦਾ ਇਨਫੀਲਟੀ ਕੰਪਲੈਕਸ ਆ ਜਾਂਦਾ ਉਹਨਾਂ ਦੇ ਵਿੱਚ ਉਹਨਾਂ ਨੂੰ ਇਹ ਲੱਗਦਾ ਕਿ ਮੈਂ ਬੋਰੀ ਨਹੀਂ ਮੇਰੇ ਵਾਲ ਨਹੀਂ ਲੰਬੇ ਉਹਨੂੰ ਸਮਝਾਉਣਾ ਬਹੁਤ ਜ਼ਰੂਰੀ ਹੈ ਕਿ ਨਹੀਂ ਇਹਦੇ ਨਾਲ ਕੁਝ ਨਹੀਂ ਹੁੰਦਾ ਇਹ ਬਾਰੀ ਦੇਖ ਤੁਹਾਡੇ ਸਫਲ ਹੋਣ ਲਈ ਕੋਈ ਬਲਦੀ ਜ਼ਰੂਰੀ ਨਹੀਂ ਹੈਗੀ ਇੱਕ ਗੁਬਾਰੇ ਵੇਚ ਰਿਆ ਸੀ ਬੰਦਾ ਇੱਕ ਦੂਰ ਖੜਾ ਬੱਚਾ ਪੱਕੇ ਰੰਗ ਦਾ ਵੇਖ ਰਿਆ ਸੀ ਕਾਲੇ ਰੰਗ ਦਾ ਗੋਰ ਰੰਗ ਦੇ ਬੱਚੇ ਆਉਂਦੇ ਗੁਬਾਰਾ ਲੈ ਲੈਂਦੇ ਲਾਲ ਰੰਗ ਦਾ ਗੁਬਾਰਾ ਲੈ ਲਿਆ ਉਹ ਤਹਾਂ ਉਡਾਉਂਦੇ ਫਿਰਦੇ ਉਹਨੂੰ ਹਰੇ ਰੰਗ ਦਾ ਗੁਬਾਰਾ ਲੈ ਲਿਆ ਉਹਨੂੰ ਉਡਾਉਂਦੇ ਫਿਰਦੇ ਪੀਲੇ ਰੰਗ ਦਾ ਗੁਬਾਰਾ ਲੈ ਲਿਆ ਉਹਨੂੰ ਉਡਾਉਂਦੇ ਫਿਰਦੇ ਉਬਤਲ ਗਿਆ ਕਹਿੰਦਾ ਸਰ ਅੰਕਲ ਇਹ ਜਿਹੜਾ ਕਾਲੇ ਰੰਗ ਦਾ ਗੁਬਾਰਾ ਉੱਡਦਾ ਹੈ ਖੁਦ ਕਾਲਾ ਰੰਗ ਸੀ ਬੱਚੇ ਦਾ ਉਹ ਬੜਾ ਸਿਆਣਾ ਸੀਗਾ ਉਹ ਕਹਿੰਦਾ ਗੁਬਾਰਾ ਇਸ ਕਰਕੇ ਉੱਡਦਾ ਹੁੰਦਾ ਬੇਟੇ ਵੀ ਇਸ ਦਾ ਰੰਗ ਕੀ ਆ ਉਹ ਇਸ ਕਰਕੇ ਉੱਡਦਾ ਹੁੰਦਾ ਉਹਦੇ ਅੰਦਰ ਕੀ ਆ ਸਮਝਾਉਣਾ ਜ਼ਰੂਰੀ ਆ ਬੱਚੇ ਨੂੰ ਕਿ ਤੇਰੇ ਅੰਦਰ ਆਹ ਹੈ ਤੂੰ ਇਸ ਕਰਕੇ ਉੱਡੇਗਾ ਬੱਚਿਆਂ ਨੂੰ ਸੁਪਨੇ ਦਿਖਾਉਣੇ ਵੀ ਜ਼ਰੂਰੀ ਨੇ ਤੇ ਨਿੱਕੇ ਨਿੱਕੇ ਸੁਪਨੇ ਸੀ ਪੂਰੇ ਕਰਦੇ ਵੀ ਜਾਇਆ ਤਾਂ ਇਹ ਬਹੁਤ ਜ਼ਰੂਰੀ ਆ ਹੁਣ ਮੈਂ ਮੇਰੇ ਵਿਦਿਆਰਥ ਨੇ ਇੱਕ ਪੀ ਐਚ ਡੀ ਕਰਦੀ ਆ। ਸੁਰਜ ਬਹੁਤੇ ਜਾਣਦੇ ਆ। 2010 ਦੇ ਵਿੱਚ ਸ਼ਾਇਦ ਅਸੀਂ ਉਹਨਾਂ ਦੇ ਕੋਲ ਉਹ ਬਸ ਮੈਂ ਵੀ ਉਹ ਕਦੇ ਲੱਗ ਕਦੇ ਮੰਨ ਜਾਂਦੇ ਸੀ ਲੱਗਣ ਵਾਸਤੇ ਕਦੇ ਘੜਦੇ ਨਹੀਂ ਮੰਨਦੇ ਸੀ ਪਰ ਉਹ ਫਿਰ ਵੀ ਯੂਨੀਵਰਸਿਟੀ ਗਈ। ਉਹਨੇ ਮੈਨੂੰ ਚਿੱਠੀ ਲਿਖੀ ਸੀ ਸਰ ਕੋਈ ਕੋਸ਼ਿਸ਼ ਕਰਨ ਦੀ ਫਾਇਦਾ ਨਹੀਂ ਹੈਗਾ ਸਾਡੇ ਘਰ ਦੇ ਨਹੀਂ ਲਾਉਂਦੇ। ਉਹਨੇ ਮੈਂ ਇੱਕ ਵਾਪਸ ਚਿੱਠੀ ਲਿਖੀ। 10 ਦੀ ਗੱਲ ਹੈ ਵੀ ਤੂੰ 2017 ਦੇ ਵਿੱਚ ਜੀ ਆਰ ਫੋਏਂਗੇ। ਮੈਂ ਚਿੱਠੀ ਲਿਖ ਕੇ ਭੁੱਲ ਗਿਆ ਸ਼ਾਇਦ ਉਹ ਵੀ ਭੁੱਲ ਗਈ ਹੋਵੇ। 2018 ਦੇ ਵਿੱਚ ਉਹਨੇ ਮੈਨੂੰ ਕੁਝ ਫੋਟੋਆਂ ਭੇਜੀਆਂ ਉਸੇ ਚਿੱਠੀ ਦੀਆਂ ਉਹ SRF JRF ਗੋਡ ਮੈਡ ਲਿਸਟ ਸਭ ਕੁਝ اسی ਕੀ ਸੁਪਨੇ ਦਿਖਾਉਣੇ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਪੂਰੇ ਕਰਨੇ ਬਹੁਤ ਜ਼ਰੂਰੀ ਹੈ ਮੇਰੇ ਕੋਲ ਬੱਚਾ ਆਇਆ ਲਾਇਬ੍ਰੇਰੀ ਚ ਕਿ ਸਰ ਮੈਂ ਸੁਣਨਾ ਗੱਲ ਕਰਨੀ ਹੈ ਮੈਂ ਕਰੋ ਕਿ ਜਿਸ ਸਰ ਮੈਂ ਸਕੂਲ ਚ ਝਾਂਦੇ ਨਾ ਪਾਇਆ ਮੈਂ ਮਤਲਬ ਹੈ ਕੰਬਲੀ ਕੁੜੀ ਦਾਸ ਮੇਰੇ ਮੁੱਛੋਂ ਹੀ ਨਿਕਲਿਆ ਵੀ ਸਕੂਲ ਚ ਵੀ ਬੁਝਾਂਦੇ ਨਾ ਪਾਉਂਦਾ ਹੁੰਦਾ ਜਦੋਂ ਕੋਈ ਫੰਕਸ਼ਨ ਹੋਇਆ ਜਾਂ ਕੁਝ ਅਜਿਹਾ ਹੋਇਆ ਤੂੰ ਤੇ ਪਾਏ ਕਿ ਸਰ ਮੈਨੂੰ ਗਿੱਧਾ ਤਾਂ ਆਉਂਦਾ ਨਹੀਂ ਮੈਂ ਗਿੱਧੇ ਵਿੱਚ ਹੀ ਪਾ ਸਕਦੀ ਹਾਂ ਤੇ ਮੈਨੂੰ ਪਾਇਆ ਹੁਣ ਦਿਓ ਮੈਂ ਤੁਹਾਨੂੰ ਘਰੇ ਪਾਲੀਂ ਕਹਿੰਦੇ ਸਾਡੇ ਅਲਾਉ ਹੀ ਨਹੀਂ ਕਰਦੇ ਘਰੇ ਨਹੀਂ ਸੀ ਜਾਂਦੇ ਨਾ ਪਾ ਸਕਦੇ ਐਜੇਹਾ ਸਾਡੇ ਮਤਲਬ ਰਿਵਾਜ ਹੀ ਨੇਗਾ ਮੈਂ ਚਲ ਤੂੰ ਮੈਂ ਉਹਨੂੰ ਕਹਿੰਦੀ ਨਹੀਂ ਸਕੂਲ 'ਚ ਪਾ ਨਹੀਂ ਸਕਦੇ ਝੰਗਰਾ ਕਿ ਸਰ ਉਹਨੇ ਇਸ ਹੱਦ ਤੱਕ ਜਾਵਰੀ ਆਪਣੇ ਸੁਪਨੇ ਪ੍ਰਤੀ ਕਿ ਸਰ ਮੈਂ ਚਲਾ ਐ ਕਰੂੰਗੀ ਝਾਂਜਣਾ ਪਾ ਆਉਂਗੀ ਉਤੋਂ ਦੀ ਜਰਾਬਾਂ ਪਾ ਲਵਾਂ ਸਿਆਲ ਦੀ ਰੁੱਤ ਸੀ ਮੈਨੂੰ ਬੜਾ ਉਹ ਤੇ ਤਰਸ ਆਇਆ ਵੀ ਇਹਦਾ ਆ ਇੱਛਾ ਨਹੀਂ ਪੂਰੀ ਹੋ ਸਕਦੀ ਤਾਂ ਫਿਰ ਮਤਲਬ ਇਹ ਮੈਂ ਪੂਰੀ ਕਰੂੰਗਾ ਮੈਂ ਐਨੂਅਲ ਫੰਕਸ਼ਨ ਦੇ ਵਿੱਚ 2019 ਦੇ ਵਿੱਚ ਦਸੰਬਰ ਚ ਹੋਇਆ ਸੀ ਉਹਨੂੰ ਜਾਣ ਬੁੱਝ ਕੇ ਕਿ ਅਜਿਹਾ ਮੈਂ ਉਹਨੂੰ ਕੰਮ ਦਿੱਤਾ ਜਿਹਦੇ ਵਿੱਚ ਉਹਨੇ ਸਜਣਾ ਸਵਰਨਾ ਸੀ ਝਾਂਜਣਾ ਪਾਉਣਾ ਸੀ ਦੂਸਰੇ ਦਿਨ ਮੈਨੂੰ ਆ ਕੇ ਕਹਿੰਦੀ ਸਰ ਮੇਰਾ ਬਾਲਾ ਬੜਾ ਸੁਪਨਾ ਪੂਰਾ ਹੋ ਗਿਆ ਮੈਨੂੰ ਬਾਲਾ ਬੜਾ ਸੁਪਨਾ ਪੂਰਾ ਲੱਗ ਲੱਗਦਾ ਨਿੱਕੇ ਨਿੱਕੇ ਗੱਲਾਂ ਨੇ ਉਹਨਾਂ ਦੀ ਸਰ ਝੂਟਾ ਦੇ ਦੋ ਗੱਡੀ ਤੇ ਥੋੜੀ ਗੱਡੀ ਚ ਬੈ ਕੇ ਦੇਖ ਲਈਏ ਨਿੱਕੇ ਨਿੱਕੇ ਗੱਲਾਂ ਉਹਨਾਂ ਦੀ ਸੁਪਨੇ ਬਖਾਉਣੇ ਬਹੁਤ ਜ਼ਰੂਰੀ ਹੈ ਇੱਕ ਤਾਂ ਆਮ ਤੌਰ ਤੇ ਬੱਚਿਆਂ ਨੂੰ ਸੰਬੋਧਨੀ ਸ਼ਬਦ ਨਾਲ ਲੱਗਦਾ ਕਿ ਬਹੁਤ ਜ਼ਰੂਰੀ ਨਹੀਂ ਹੈ ਵੀ ਉਹਨੂੰ ਕੀ ਕਹਿਣਾ ਮੈਂ ਕਈ ਵਾਰ ਆਪ ਰੋਲ ਨੰਬਰ 33 ਉਹ ਕਈ ਦੀਨੇ ਹੈਗੇ ਉਹਨਾਂ ਦੇ ਇੱਕ ਬੜਾ ਖੂਬਸੂਰਤ ਨਾਮ ਰੱਖਿਆ ਹੋਇਆ ਮਾਪਿਆਂ ਨੇ ਉਹਨੂੰ ਨਾਮ ਨਾਲ ਬੁਲਾਓ ਬੜੇ ਸੋਣੂ ਪ੍ਰੇਮ ਕਰਨਗੇ ਸਾਡੇ ਮੇਰੇ ਯਾਦ ਹੈ ਕਿ ਸਾਡੇ ਸਾਇੰਸ ਮਾਸਟਰ ਸੀ ਸਾਡੇ ਕੋਲ ਇੱਕ ਛੇਮੇਜ ਕੁੜੀ ਆਈ ਉਹਦਾ ਨਾਮ ਆਰਾਮਨਗਰ ਉਹਦਾ ਨਾਮ ਵਾਧੂ ਸੀ V A D H U ਮੈਨੂੰ ਕਹਿੰਦਾ ਸਾਡੇ ਦਾ ਸੋਹਣਾ ਨਾਮ ਹੀ ਹੈਗਾ ਕੀ ਕਰੀਏ ਮਹ ਜੋ ਸੁਣ ਚੰਗਾ ਲੱਗਦਾ ਕੋਈ ਵੀ ਕਰਿਆ ਸਪੈਲਿੰਗ ਉਹੀ ਰਹਿਣ ਦਿੱਤੇ ਬੱਚਿਆਂ ਨੂੰ ਕਹਿੰਦਾ ਵੀ ਇਹਦਾ ਨਾਮ ਵਾਧੂ ਨਹੀਂ ਹੈਗਾ ਇਹਦਾ ਨਾਮ ਵਧੂ ਹੈ V A D H U ਤੇ ਉਹ 12ਵੀਂ ਤੱਕ ਵਧੂ ਦੇ ਨਾਲ ਨਾਲ ਗਈ। ਜੇ ਉਹ ਵਾਧੂ ਹੁੰਦੀ ਤਾਂ ਸ਼ਾਇਦ ਆਪ ਨੂੰ ਪਤਾ ਹੀ ਹੈ ਕਿ ਸਾਡੇ ਹਾਲਾਤ ਸਮਾਜ ਦੇ ਕਿਹੋ ਜਿਹੇ ਨੇ ਸੀ ਕੀ ਕੀ ਨਾਂ ਦੇ ਦਿੰਦੇ ਆ ਕਿਉਂ-ਕਿਉਂ ਦੇ ਦਿੰਦੇ ਆ। ਮੈਨੂੰ ਕਿ ਹੁਣ ਸਮਾਂ ਕਾਫੀ ਹੋ ਗਿਆ ਮੇਰੇ ਖਿਆਲ ਚ ਮੈਂ ਜਲਦੀ ਜਲਦੀ ਜੋ ਕੁਝ ਹੋਰ ਮੈਂ ਦੱਸਣਾ ਚਾਹਣਾ ਹੈ ਸਕੂਲ ਦੇ ਵਿੱਚ ਮੈਂ ਚਾਹੁੰਦਾ ਕਿ ਉਹਨਾਂ ਦੀ ਤੁਸੀਂ ਨਾ ਤਿੰਨ ਚੀਜ਼ਾਂ ਬਦਲ ਦੋ ਸੁਣਨ ਦੀ, ਦੇਖਣ ਦੀ, ਪੜ੍ਹਨ ਦੀ। ਸਭ ਕੁਝ ਹੱਲ ਹੋ ਜਾਂਦਾ ਹੈ। ਨਤੀਜਾ ਬਹੁਤ ਵਧੀਆ ਨਿਕਲਦਾ ਹੈ। ਬੱਚੇ ਨੂੰ ਜੇਕਰ ਅਸੀਂ ਆਮ ਤੌਰ ਤੇ ਮੰਨ ਲੈਂਦੇ ਕਿ ਬੱਚਾ ਪੜ੍ਹ ਨਹੀਂ ਰਿਹਾ ਤਾਂ ਸਿੱਖਿਆ ਦੇ ਨੇ ਕਿ ਇਹ ਪੜ੍ਹ ਨਹੀਂ ਰਿਹਾ ਪੜਦਾ ਨਹੀਂ ਹੈਗਾ ਬਾਰ ਬਾਰ ਉਹਦੇ ਨੇ ਮੱਥਾ ਨਹੀਂ ਮਾਰਦੇ ਮੇਰੇ ਇੱਕ ਟੀਚਰ ਮੈਨੂੰ ਕਹਿੰਦਾ ਕਿ ਸਰ ਜਦੋਂ ਪੜਦਾ ਹੀ ਨਹੀਂ ਹੈਗਾ ਫਿਰ ਕਹਿ ਨਹੀਂ ਇਹ ਵੀ ਤੂੰ ਨਲਾਇਕ ਹੈ ਜਦੋਂ ਪੜਦਾ ਹੀ ਨਹੀਂ ਹੈਗਾ ਬਾਰ ਬਾਰ ਤਾਂ ਕੋਸ਼ਿਸ਼ ਕਰ ਲਈ ਅਮਰਤ ਸ਼ਕਾਇਆ ਸੁਣਾ ਲਾ ਮੈਂ ਕਿ ਸਰ ਤੁਸੀਂ ਰੋਜ਼ ਪਾਠ ਘਾਤੋਂ ਕਰਦੇ ਹੋ ਜੀ ਤੂੰ ਕਰ ਤਾਂ ਲੈ ਇੱਕ ਵਾਰੀ ਤੁਸੀਂ ਬਾਰ ਬਾਰ ਕਿਉਂ ਕਰਦੇ ਹੋ ਅਸੀਂ ਬਾਰ ਬਾਰ ਗੀਤ ਸੁਣਦੇ ਆਂ ਬਾਰ ਬਾਰ ਕਹਾਤਾ ਪੜ੍ਹਦੇ ਆਂ ਕਿਉਂ ਬਾਰ ਬਾਰ ਕਾਤੋਂ ਕਰਦੇ ਇੱਕ ਵਾਰੀ ਸੁਣ ਤਾਂ ਲੈ ਤੁਸ ਕਾ ਕੋਸ਼ਿਸ਼ ਤਾਂ ਕਰਕੇ ਦੇਖੋ ਨਾ ਨਿਕਲਿਆ ਆਵੇ ਹੱਲ ਉਹ ਦੇ ਵਿੱਚ ਸਭ ਕੁਝ ਸਹੀ ਹੋ ਜਾਏਗਾ ਕਈ ਵਾਰ ਅਸੀਂ ਪਹਿਲੇ ਹੀ ਹਾਰ ਮੰਨ ਲੈਂਦੇ ਆ ਦਿਵਾਰੋਂ ਤੇ ਦਸਤਕ dete ਰਹੇਗਾ ਦਿਵਾਰੋਂ ਮੇਂ ਦਰਵਾਜੇ ਬਣ ਜਾਏਗੇ ਸਭ ਕੁਝ ਹੋ ਜਾਏਗਾ ਆਸਮਾਨ ਤੇ ਛੇਦ ਹੋ ਸਕਦਾ ਕੋਸ਼ਿਸ਼ ਕਰੋ ਸੰਗੀਤ ਬਹੁਤ ਮੈਂ ਜੁੜੇ ਵੀ ਸੰਗੀਤ ਨਾਲ ਉਹਨਾਂ ਦਾ ਬਹੁਤ ਭਲਾ ਹੋ ਸਕਦਾ ਚੰਗਾ ਸੰਗੀਤ ਉਹ ਲੈਣਾਂ ਦੀ ਇੱਕ ਕੰਡੀਸ਼ਨ ਹੈ ਨਾ ਕਿ ਮੈਨੂੰ ਦੱਸੋ ਕਿ ਤੁਹਾਡੇ ਮੁਲਕ ਦੇ ਲੋਕਾਂ ਦੇ ਮੂੰਹ ਤੇ ਕਿਹੋ ਜਿਹਾ ਗੀਤ ਨੇ ਜਵਾਨ ਲੋਕਾਂ ਦੇ ਮੂੰਹ ਤੇ ਕਿਹੋ ਜਿਹਾ ਗੀਤ ਨੇ ਮੈਂ ਤੁਹਾਡੇ ਦੇਸ਼ ਦਾ ਭਵਿੱਖ ਦੱਸ ਸਕਦਾ ਹਾਂ ਜੇ ਇੱਥੇ ਸੁਨਿੰਦਰ ਕੌਰ ਪਾਵੇ ਗੀਤ ਤਾਂ ਇੱਥੋਂ ਸੁਨਿੰਦਰ ਕੌਰ ਨਿਕਲੇਗੀ ਜਿਵੇਂ ਮੂਸੇ ਵਾਲਾ ਪਾਵੇਗਾ ਤਾਂ ਮੂਸੇ ਵਾਲਾ ਨਿਕਲੇਗਾ ਲਗਭਗ ਸਾਰੇ ਬੱਚੇ ਨਹੀਂ ਬਹੁਤੇ ਬੱਚਿਆਂ ਨੂੰ ਮੈਂ ਕਲਾਸੀਕਲ ਸੰਗੀਤ ਚੰਗਾ ਸੰਗੀਤ ਸੁਣਨ ਲਾ ਦਿੰਦਾ ਉਹਨਾਂ ਨੂੰ ਕਹਿਣਾ ਕਿ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੂੰ ਪਤਾ ਨਹੀਂ ਬਿਆਸ ਸੰਗੀਤ ਵੀ ਹੈਗਾ ਉਹਨਾਂ ਨੂੰ ਦੱਸੋ ਵੀ ਉਹਨਾਂ ਨੂੰ ਦਿਓ ਉਹਨਾਂ ਨੂੰ ਪੈਂਡਰੇ ਹੀ ਭਰ ਕੇ ਦਿਓ ਮੈਂ ਕਿੰਨੀ ਤਾਕਤ ਹੈ ਮੈਂ ਤੁਹਾਨੂੰ ਦੱਸਦਾ ਕਿ ਇੱਕ ਵਾਰੀ 2012 ਦੇ ਵਿੱਚ ਮੇਰੀ ਵਿਧਾਨ ਸਭਾ ਚ ਡਿਊਟੀ ਮੈਂ ਰਾਤ ਨੂੰ 12 ਵਜੇ ਆਇਆ ਚੈਕਿੰਗ ਹੋ ਰਹੀ ਸੀ ਹਾਲਾਂਕਿ ਮੇਰੇ ਕੋਲ ਪਾਸ ਵਗੈਰਾ ਸਭ ਕੁਝ ਸੀਗਾ ਮੇਰੇ ਗੱਡੀ ਚ ਨੁਸਤਾਂ ਸਾਫ ਚੱਲ ਰਹੇ ਸੀਗੇ ਇੱਕ ਮਿੱਡਲ ਵੀ ਛਪਿਆ ਸੀਗਾ ਮੇਰੇ ਦੋਸਤ ਨੇ ਛਾਪਿਆ ਸੀਗਾ 50 ਮੀਟਰ ਦੇ ਉਹਦੇ ਵਿੱਚ ਉਹ ਬੜਾ ਸਿਆਣਾ ਬੰਦਾ ਹੋਣਾ ਜਿਹੜਾ ਉੱਥੇ ਅਫਸਰ ਹੋਣਾ ਉਹਨਾਂ ਨੇ ਮੇਰੀ ਡਿੱਗੀ ਖੋਲੀ ਜੋ ਚੱਕਣ ਲੱਗੇ ਨੁਸ ਦੀ ਆਵਾਜ਼ ਉਹਨਾਂ ਨੂੰ ਇਹ ਉਹ ਕਹਿੰਦਾ ਵੀ ਇਹਦੇ ਕੋਲ ਕੀ ਹੋਣਾ ਨੁਸਤ ਸੁਣੀ ਜਾਂਦਾ ਉਹਨੇ ਬੰਦ ਕਰਤਾ ਸੰਗੀਤ ਦੀ ਤਾਕਤ ਹੈ ਉਹਨਾਂ ਨੂੰ ਚੰਗੀ ਸੰਗੀਤ ਸੁਣਨ ਵਾਸਤੇ ਦੋ ਸਭ ਕੁਝ ਸਹੀ ਹੋ ਜਾਏਗਾ ਮੈਂ ਪਿੱਛੇ ਜਿਹਨੇ ਕ ਬਾਵਰਚੀ ਫਿਲਮ ਦਿਖਾਈ ਬੱਚਿਆਂ ਨੂੰ ਬਾਵਰਚੀ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਆ ਮੈਨੂੰ ਕਹੇ ਵੀ ਦੱਸ ਦਿਓ ਨਾ ਮੈਂ ਕਿੱਥੇ ਜੇ ਖਤਮ ਕਰਨਾ ਕਿਉਂਕਿ ਫਿਰ ਕਾਫੀ ਲੰਬਾ ਟਾਈਮ ਹੋ ਜੇ ਲਾ ਜਾਣਾ ਕਿ ਬਾਵਰਚੀ ਫਿਲਮ ਦਿਖਾਈ ਇੱਕ ਕੁੜੀ ਦੇ ਘਰ ਬਹੁਤ ਝਗੜਾ ਰਹਿੰਦਾ ਸੀਗਾ ਤੇ ਉਹਨਾਂ ਦਾ ਕੁਦਰਤੀ ਉਹ ਸਬਜੀ ਆ ਆਦਾਨ ਪ੍ਰਦਾਨ ਕਰਨ ਲੱਗਿਆ ਬਤਾਈ ਦੇ ਨਾਲ ਪੰਜ ਛੇ ਦਿਨਾਂ ਬਾਅਦ ਉਹ ਥੋੜੇ ਮਿਕਸ ਹੋਣੇ ਸ਼ੁਰੂ ਹੋ ਗਏ ਤੁਸੀਂ ਬੱਚਿਆਂ ਨੂੰ ਜੇ ਕੁਝ ਅਜੀਹਾ ਦਿਖਾਉਣੇ ਹਨ ਤਾਂ ਉਹ ਆਪਣੇ ਆਪ ਹੀ ਉਹਨੂੰ ਕੈਚ ਕਰ ਲੈਂਦੇ ਤੇ ਆਪਣੇ ਆਪ ਹੀ ਉਹ ਤੇ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ। ਕਿਤਾਬਾਂ ਦੀ ਯਾਦ ਪਾਉ ਉਹਨਾਂ ਨੂੰ। ਮੈਂ ਸਾਨੂੰ 2 ਘੰਟੇ ਨਾਵਾਂ ਸੁਣਾਉਣਾ। ਇੱਕ ਤਾਂ ਸਾਡੇ ਸਕੂਲ ਦੇ ਵਿੱਚ ਨਾ ਇਹ ਮੰਨ ਲਿਆ ਜਾਂਦਾ ਕਿ ਜਿਹੜਾ ਪੰਜਾਬੀ ਵਾਲਾ ਉਹੀ ਕਿਤਾਬਾਂ ਦਾ ਇੰਚਾਰਜ ਹੋਊਗਾ, ਲਾਇਬ੍ਰੇਰੀ ਦਾ ਇੰਚਾਰਜ ਹੋਊ। ਲਾਇਬ੍ਰੇਰੀ ਨਹੀਂ ਹੈ ਕਿ ਸਕੂਲਾਂ ਦੇ ਵਿੱਚ। ਇਹਦੇ ਨਾਲ ਕੀ ਹੁੰਦਾ ਮੈਂ ਜਿਹੜੇ ਬਹੁਤ ਮੈਥਲੈਸ ਲੈਕਚਰਸ ਨੂੰ ਜਾਣਦਾ ਕਿ ਜਿਹੜੇ ਬੜੇ ਚੰਗੇ ਸਾਹਿਤ ਦੇ ਪ੍ਰੇਮੀ ਨੇ ਅਜਿਹੇ ਬਾਇਓ ਦੇ ਨੂੰ ਜਾਣਦਾ ਬੜੇ ਚੰਗੇ ਨੇ ਅਜਿਹੇ ਪੰਜਾਬੀਆ ਨੂੰ ਵੀ ਜਾਣਦਾ ਜਿਨ੍ਹਾਂ ਨੂੰ ਉੱਕਾ ਪਿਆਰ ਨਹੀਂ ਹੈਗਾ ਸਾਹਿਤ ਦੇ ਨਾਲ ਹੁਣ ਇਹਦੇ ਨਾਲ ਕੀ ਹੁੰਦਾ ਅਸੀਂ ਆ ਇਸ ਸਾਲ ਮੇਲਾ ਕਰਾਉਣਾ ਹੈ ਪੁਸਤਕਾਂ ਦਾ ਅਸੀਂ ਚਾਹੁੰਦੇ ਆ ਕਿ ਬੱਚੇ ਨੂੰ ਪਤਾ ਲੱਗੇ ਕਿ ਮੇਲਾ ਵੀ ਹੁੰਦਾ ਇਹੋ ਜਿਹੇ ਮੇਲੇ ਵੀ ਹੁੰਦੇ ਆ ਇਸ ਵਾਰ ਯੂਨੀਵਰਸਿਟੀ ਵੀ ਲੈ ਕੇ ਹੁਣ ਦੋ ਘਟਨਾਵਾਂ ਮੈਂ ਤੁਹਾਨੂੰ ਸਾਂਝੀਆਂ ਕਰਦਾਂ ਨਾ ਇੱਕ ਨਾਲ ਦੇ ਸਕੂਲ ਦੇ ਵਿੱਚ ਅਸੀਂ ਅਸੀਂ ਇਸ ਵਾਰ ਗ੍ਰੇਸਿਅਸ ਪਟਿਆਲਾ ਆਇਆ ਪਿਛਲੇ ਬਾਰੂ ਕਦੇ ਇੱਕ ਤਰਕ ਭਰਤੀ ਆ ਜਾਂਦਾ ਕਿਤੇ ਪੀਪਲ ਫੋਰਮ ਬਗੜੀ ਵਾਲੇ ਆ ਜਾਂਦੇ ਆ ਕਿਤੇ ਬਨਾਰਸ ਨੀ ਪ੍ਰਕਾਸ਼ਨ ਆ ਜਾਂਦਾ ਡਾਕਟਰ ਆਪਣਾ ਕਹਾਣੀਕਾਰ ਅਤਰਜੀਤ ਵਾਲਾ ਉਹਨਾਂ ਨੇ ਕਿ 10000 ਰੁਪਏ ਦਾ ਚੈੱਕ ਲੈ ਕੇ ਦਿੱਤਾ ਪ੍ਰਕਾਸ਼ਕ ਨੂੰ ਕਿਹਾ 10000 ਰੁਪਏ ਦੇ ਕਿਤਾਬਾਂ ਪਾ ਦਿਓ ਮੈਂ ਬੈਠਾ ਵੇਖੀ ਜਾਵਾਂ ਵੀ ਯਾਰ ਜੇ ਅਸੀਂ ਮੂਲੀਆਂ ਵੀ ਲੈਣੀਆਂ ਤਾਂ ਉਹ ਵੀ ਛਾੜ ਛਾੜ ਕੇ ਪਾਉਣੇ ਆ ਇਹਨੂੰ ਕੀ ਪਤਾ ਤੁਹਾਡੇ ਸਕੂਲ ਚ ਕਿਹੋ ਜਿਹੀਆਂ ਕਿਤਾਬਾਂ ਨੇ ਚਾਹੀਦੀਆਂ ਨੇ ਕਿਹੜੀਆਂ ਹੈਗੀਆਂ ਨੇ ਕੀ ਪੱਧਰ ਆ ਬੱਚਿਆਂ ਦਾ ਦੂਸਰੀ ਘਟਨਾ ਅਸੀਂ ਇਸ ਵਾਰ ਸੋਚਿਆ ਕਿ ਐਨਬੀਟੀ ਦੀਆਂ ਕਿਤਾਬਾਂ ਜ਼ਿਆਦਾ ਬਣਾਈਏ ਤਾਂ ਜੋ ਅਸੀਂ ਵੱਧ ਖਰੀਦ ਸਕੀਏ। ਨਿੱਕੀ ਨਿੱਕੀ ਕਿਤਾਬਾਂ ਵੀ ਸੇ ਆਪਣੇ ਕੰਜ਼ਿਊਮ ਜ਼ਿਆਦਾ ਕਰ ਸਕੀਏ ਉਹ ਪੈਸੇ ਦਾ ਸੇ ਲਾਭ ਉਠਾ ਸਕੀਏ। ਪਰ ਇੱਕ ਸਾਡੇ ਕੋਲ ਅਧਿਆਪਕਾ ਹੈ ਉਹ ਮਤਲਬ ਛੋਟੇ ਬੱਚਿਆਂ ਨੂੰ ਪੜਾਉਂਦੇ ਸੀ। ਉਹਨਾਂ ਨੇ ਦੇਖਿਆ ਕਿ ਸਾਰੇ ਦਾ ਮੱਥੇ ਵਾਲਾ ਮਾਰਨਾ ਪੋਈ ਨਹੀਂ ਕਿਤਾਬਾਂ। ਇਹ ਤਾਂ 300 ਮਿਲਦੀ ਹੈ। ਉਹਨਾਂ ਨੇ ਕੀ ਕਰਿਆ ਕਿ ਇਹਨਾਂ ਮੱਥਾ ਨਹੀਂ ਵੱਜਦਾ। ਮੋਟੀਆਂ ਮੋਟੀਆਂ 8-8 900-100 ਰੁਪਏ ਦੀਆਂ ਕਿਤਾਬਾਂ ਲੈ ਗਏ। ਜਿਹੜੀਆਂ ਉਹ ਕਿਸੇ ਕੰਮ ਦੀ ਨਹੀਂ ਸੀਗੀਆਂ। ਇਸ ਲਈ ਬਹੁਤ ਜ਼ਰੂਰੀ ਹੈ। ਅਦੇ ਹਪਕਾ ਵਾਸਤੇ ਪ੍ਰਿੰਸੀਪਲ ਇਸ ਵਾਸਤੇ ਕਿ ਉਹਨਾਂ ਨੂੰ ਲਾਇਬ੍ਰੇਰੀ ਇਨਚਾਰਜ ਲਾਓ ਜਿਨ੍ਹਾਂ ਦਾ ਪਿਆਰ ਹੈ ਲਾਇਬ੍ਰੇਰੀ ਨਾਲ ਇਹ ਬਹੁਤ ਜ਼ਰੂਰੀ ਹੈ ਨੇ ਮੈਂ ਲਾਇਬ੍ਰੇਰੀ ਚਲਾ ਰਿਹਾ ਬੜੇ ਚਾਹ ਦੇ ਨਾਲ ਚਲਾ ਰਿਹਾ ਬੜਾ ਮੈਨੂੰ ਇਹਦੇ ਨਾਲ ਤਾਂ ਮਤਲਬ ਮੈਨੂੰ ਫਾਇਦਾ ਹੋਇਆ ਮੈਂ ਇਹਦੇ ਨਤੀਜੇ ਦੇਖੇ ਨੇ ਬੱਚੇ ਇੱਕ ਸਾਡੇ ਕੋਲੇ 10ਵੀਂ ਚੋਂ ਵਿਦਿਆਰਥਣ ਆਈ ਉਹਦੀ ਰੀਪਿਆ 10ਵੀਂ ਚੋਂ ਬਾਹਲੇ ਪਿੰਡ ਚੋਂ ਆਈ ਬੜਾ ਬੋਲਿਆ ਕਰੇ ਮੈਂ ਸੋਚਿਆ ਰੈਂ ਇੰਨਾ ਕਿਉਂ ਬੋਲਦੀ ਐ ਇਹ ਮਾਨੂੰ ਕਹ ਤੂੰ ਬੱਚੇ ਕਿਸ ਕਿਤਾਬਾਂ ਪੜ੍ਹੀਆਂ ਕਿ ਨਹੀਂ ਸਰਬ ਮੈਂ ਬਹੁਤ ਪੜ੍ਹੀਆਂ ਕਿਤਾਬਾਂ ਮੈਂ ਕਿਹੜੀਆਂ ਕਿਹੜੀਆਂ ਉਹਦਾ ਨਾਂ ਨਹੀਂ ਮੈਨੂੰ ਪਤਾ ਸੀ ਉਹਨੇ ਨਹੀਂ ਪੜ੍ਹੀਆਂ ਉਹਨੇ ਹਾਰ ਮੰਨ ਲੀ ਕਿ ਨਹੀਂ ਪੜ੍ਹੀਆਂ ਮਾਨੂੰ ਕਿਤਾਬਾਂ ਪੜ੍ਹਨੇ ਸ਼ੁਰੂ ਕਰਤੀਆਂ ਉਹ ਚੁੱਪ ਕਰ ਗਈ ਬੋਲਦੀ ਨਹੀਂ ਸੀ 10ਵੀਂ ਚ ਰੀਪੀਅਰ ਸੀ ਦੋ ਪੇਪਰਾਂ ਜੋ ਫੇਲ ਸੀ ਪਲੱਸ 2 ਜੋ 93% ਲੈ ਨੰਬਰ ਲੈ ਕੇ ਪਾਸ ਹੋਈ ਉਹ ਕੀ ਨਹੀਂ ਕਰ ਸਕਦੇ ਇਹ ਕਿਦਾਬਾ ਸਭ ਕੁਝ ਕਰ ਸਕਦੇ ਆ ਨੇ ਪਰ ਅਸੀਂ ਇਹਨੂੰ ਇਗਨੋਰ ਕਰ ਦਿੰਦੇ ਆ ਹੁਣ ਸਾਡੇ ਕੋਲੇ ਬੱਚੇ ਨੇ 1.5 150 ਕਿਤਾਬ ਪੜ੍ਹ ਦਿੰਦੇ ਨੇ ਮੈਂ ਬੋਲ ਮਰਦਾਨੇ ਕਿਤਾਬ ਲੈਤੀ ਤਸਵੀਰ ਮੰਡ ਦੀ ਬੱਚਾ ਲੈ ਗਿਆ ਹਫਤੇ ਬਾਅਦ ਮੈਨੂੰ ਕਹਿੰਦੇ ਕਿਵੇਂ ਮਹਿਸੂਸ ਹੋ ਰਿਹਾ ਮੈਂ ਪੜ ਚੁੱਕਿਆ ਸੀ ਪਹਿਲਾਂ ਕਹਿੰਦੇ ਸਰ ਮੈਨੂੰ ਅੰਜ ਲੱਗ ਰਿਹਾ ਕਿ ਮੇਰੇ ਬਾਬਾ ਨਾਨਕ ਮੈਨੂੰ ਛੱਡ ਕੇ ਜਾ ਰਹੇ ਨੇ ਮੇਰੇ ਸਾਹਮਣੇ ਬੈਠੇ ਨੇ ਕਹਿੰਦੇ ਮੈਂ ਬਹੁਤ ਰੋਈ ਕਰਾਤ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਚੇਂਜ ਹੋਣੇ ਸ਼ੁਰੂ ਹੋ ਜਾਂਦੇ ਨੇ ਅਸਲ ਸਮੇਂ ਦੀ ਕੋਈ ਪਾਬੰਦੀ ਨਹੀਂ ਦੀ ਠੀਕ ਹੈ ਜਿੰਨਾਦਰ ਸਾਥ ਜੁੜੇ ਰਹਿਣਗੇ ਮੈਂ ਬੋਲਦਾ ਜਾਵਾਂਗਾ ਜੀ ਅ ਮੈਂ ਇੱਕ ਹੋਰ ਕੱਟਣਾ ਜਦੋਂ ਮੈਂ ਅਸੀਂ ਮੈਂ ਕਾਲਜ ਗਿਆ ਨਾ ਮੇਰੇ ਦੋਸਤ ਹੁੰਦਾ ਸੀ ਉਹ ਬੜੀਆਂ ਕਿਤਾਬਾਂ ਪੜ੍ਹਦਾ ਸੀ ਖਾਸ ਤੌਰ ਤੇ ਉਹ ਰਸ਼ੀ ਨ ਸਾਹਿਤ ਬਹੁਤ ਪੜ੍ਹਦਾ ਸੀ ਅਸੀਂ ਸਾਡੇ ਕਾਲਜ ਮੈਂ ਟੀਪੜੀ ਮਾਲਵਾ ਕਾਲਜ ਚ ਪੜਿਆ ਉੱਥੇ ਅਸੀਂ ਲਾਇਬ੍ਰੇਰੀ ਨੂੰ ਕੋਲ ਗਏ ਲਾਇਬ੍ਰੇਰੀ ਨੂੰ ਉਹਨਾਂ ਕੋਲ 10-12 ਕਦਮਾਂ ਹੁੰਦੀਆਂ ਸੀ ਜਿੱਦੇ ਜਾਂ ਤਾਂ ਨੋਵਲ ਹੁੰਦੇ ਸੀ ਜ਼ਿਆਦਾਤਰ ਜਾਂ ਤਾਂ ਉਹਦੇ ਤੇ ਫੋਟੋ ਲੱਗੀ ਹੁੰਦੀ ਸੀ ਕਿਸੇ ਹੀਰੋਇਨ ਦੀ ਜਾਂ ਕੋਈ ਪੇਂਟ ਕੀਤੀ ਹੁੰਦੀ ਸੀ ਹੀਰੋਇਨ ਦੀ ਉਹੀ ਪੜਦੇ ਸੀ ਉਹ ਉਹੀ ਦੇਂਦੇ ਸੀ ਬਸ ਉਹਨਾਂ ਟੇਬਲ ਤੇ ਪਈ ਹੁੰਦੀ ਸੀ ਉਹ ਮੇਰੇ ਦੋਸਤ ਨੇ ਮੈਨੂੰ ਆਤ ਪਾਤੀ ਉਹਨੇ ਕਿਤਾਬ ਮੰਗੀ ਵਾਰ ਐਂਡ ਪ ਜੰਗ ਤੇ ਮਨ ਮੈਂ ਮੰਗੀ ਫੇਰਬਲ ਟੂ ਆਰਮਸ ਹੈਮਿੰਗ ਵਿਦਿਕਤਾ ਉਹ ਸਾਡੇ ਮਨੇ ਆਇਆ ਝਾਕਣ ਵੀ ਇਹ ਕਿਧਰੋਂ ਆ ਗਏ ਵੀ ਇਹ ਕਿੱਥੋਂ ਬਦਮਾ ਬੰਨਾ ਲਿਆ ਗਏ ਫਿਰ ਸਾਨੂੰ ਉਹਨਾਂ ਨੇ ਸਾਡੀ ਨੌਲੇਜ ਚੈੱਕ ਕੀਤੀ ਫਿਰ ਸਾਨੂੰ ਕੀ ਕਰਦੇ ਅੰਦਰ ਬਾੜ ਦਿੰਦੇ ਬਾਹਰੋਂ ਕੁੰਡਾ ਲਾ ਦਿੰਦੇ ਅਸੀਂ ਅੰਦਰ ਬੈਠੇ ਰਹਿੰਦੇ ਫਿਰ ਜਦੋਂ ਇਹ ਟਿਕ ਟਿਕ ਅੰਦਰੋਂ ਕਰਦੇ ਸਾਨੂੰ ਬਾਹਰ ਕੱਢ ਲਿਆਉਂਦੇ ਕਹਿੰਦੇ ਵੀ ਚਲੋ ਜਾਓ ਨਹੀਂ ਕਿਸੇ ਨੂੰ ਬਾਹਰ ਨਹੀਂ ਦਿੰਦੇ ਸਿੱਖਤਾਂ ਬੰਨ ਉਥੋਂ ਬੜਾ ਸ਼ੌਂਕ ਪਿਆ ਬੜਾ ਅਸੀਂ ਉਥੋਂ ਕੁਝ ਬੜਾ ਖੱਟਿਆ ਬੜਾ ਸਾਹਿਤ ਪੜਿਆ ਖਾਸ ਤੌਰ ਤੇ ਕਪਤਾ ਬਹੁਤ ਪੜੀ ਉਹੀ ਸ਼ੌਂਕ ਮੈਂ ਉਹੀ ਸ਼ੌਂਕ ਨਾਲ ਹੁਣ ਮੈਂ ਬੱਚੇ ਬਦਲਦੇ ਦੇਖੇ ਨੇ ਮੈਂ ਨਾ ਇੱਕ ਵਾਰੀ ਕਿਸੇ ਨੇ ਮੈਨੂੰ ਕਹਿਣ ਲੱਗੇ ਕਿ ਮੈਨੂੰ ਦੱਸਣ ਲੱਗੇ ਕਿ ਮੇਰੇ ਬੱਚੇ ਅੰਨਾ ਕਰਨ ਨਾ ਪੜ ਲੈਂਦੇ ਨੇ ਮੇਰੇ ਬੱਚੇ ਚਿੰਗੇਜ਼ ਐਤਮਤੋਂ ਪੜਦੇ ਨੇ ਬੋਰਸ ਪੋਲੇ ਨੂੰ ਪੜਦੇ ਨੇ ਅਸਲੀ ਇਨਸਾਨ ਦੀ ਕਹਾਣੀ ਹਜ਼ਾਰ 84 ਕੀ ਮਾਂ ਪੜਦੇ ਨੇ ਮੁਨਸ਼ੀ ਪ੍ਰੇਮਚੰਦ ਪੜਦੇ ਨੇ ਪਰਸਾ ਪੜਦੇ ਨੇ ਸਾਰੇ ਪੜਦੇ ਨੇ ਬੱਚੇ ਮੈਕਸਮ ਗੋਰਕੀ ਦੀ ਕਿਤਾਬ ਸਾਡੇ ਸਭ ਤੋਂ ਵੱਧ ਪੜੀ ਜਾਂਦੀ ਹੈ ਮਾਂ ਮੇਰੇ ਸਕੂਲ ਦੇ ਵਿੱਚ ਚੈਖੋਵ ਦੇ ਘਾਣੇ ਬਹੁਤ ਪੜੀਆਂ ਜਾਂਦੀਆਂ ਨੇ ਉਹ ਕਹਿੰਦਾ ਇਹ ਕਿਵੇਂ ਪੋਸੀਬਲ ਆ ਫਿਰ ਮੈਂ ਉਹਨਾਂ ਨੂੰ ਕਟਨਾ ਸੁਣਾਈ ਕਿ ਮੈਂ ਵੀ ਇੱਕ ਵਾਰੀ ਇਹ ਸਵਾਲ ਕੀਤਾ ਸੀ ਕਿ ਮੈਂ ਉਹ ਸਾਡੇ ਸਵਰਗਵਾਸੀ ਗੁਰਦੇਵ ਸਿੰਘ ਨੂੰ ਮੈਂ ਇੱਕ ਕੀਤਾ ਸੀ ਕਿ ਤੁਸੀਂ ਤੁਹਾਡਾ ਪੌਫਟਾਲੇ ਪਹਿਲਾ ਨਾਵਲ ਇੱਕ ਉਹਦੇ ਵਿੱਚ ਤੁਸੀਂ 6ਵੀਂ ਵਿੱਚ 7ਵੀਂ ਵਿੱਚ ਜਗਣਾ ਨੱਥਾ ਦੀਨਾ ਪੜਦੇ ਨੇ ਤੇ ਉਹ ਰਸ਼ੀਨ ਸਾਹਿਤ ਪੜਦੇ ਨੇ ਇਹ ਕਿਵੇਂ ਪੋਸੀਬਲ ਹੈ ਜੀ ਫਿਰ ਮੇਰੇ ਖੁਦ ਜ ਆਇਆ ਕਿ ਜਿਹੜਾ ਮੇਰੇ ਦੋਸਤ ਨੇ ਮੈਨੂੰ ਚਿੱਟਕ ਲਾਈ ਸੀ ਕਿਤਾਬਾਂ ਦੀ ਉਹਨੇ 8ਵੀਂ ਦੇ ਵਿੱਚ ਮੇਰਾ ਦਾਗਿਸਤਾਨ ਪੜ੍ਹ ਲਿਆ ਸੀ ਮੈਂ ਗ੍ਰੈਜੂਏਸ਼ਨ ਦੇ ਲਾਸਟ ਸਾਲ ਜਾ ਕੇ ਪੜਿਆ ਫਿਰ ਮੈਂ ਉਹਨੂੰ ਇਹੀ ਗੱਲ ਦੱਸੀ ਕਿ ਤੁਸੀਂ ਉਹਨਾਂ ਨੂੰ ਉਹਨਾਂ ਦੇ ਨਾਲ ਜਾਓ ਸਹੀ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਦੱਸੋ ਸਹੀ ਉਹ ਬਹੁਤ ਕੁਝ ਕਰਦੇ ਨੇ ਮੈਂ ਨਾ ਕਿਤਾਬ ਲੈਤੀ ਮੈਨੂੰ ਦੱਸ ਦਿਓ ਨਿੱਤੂ ਜਦੋਂ ਬੰਦ ਕਰਨਾ ਮੇਰਾ ਪੈਨ ਹੁਣ ਮੇਰੇ ਕੋਲ ਕਿਤਾਬ ਇੱਕ ਤੇ ਬੱਚਿਆਂ ਨੂੰ ਉਹਦੇ ਬਾਰੇ ਦੱਸਿਆ ਤੇ ਸਾਰੇ ਬੱਚੇ ਕਹਿੰਦੇ ਮੈਨੂੰ ਦਿਓ ਜੀ ਮੈਨੂੰ ਦਿਓ ਮੈਨੂੰ ਦਿਓ ਕਿਤਾਬ ਮੈਂ ਕੋਈ ਨਾ ਮਹੱਤੂ ਨੂੰ ਦੇਵਾਂਗਾ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਹਜੇ ਪੜ੍ਹੀ ਨਹੀਂ ਹੈਗੀ ਜਦੋਂ ਮੈਂ ਪੜ੍ਹ ਲਈ ਤੁਹਾਨੂੰ ਦੇ ਦਾਂਗਾ ਪੰਜ ਸੱਤ ਬੱਚੇ ਪੰਜ ਦੋ ਤਿੰਨ ਦਰਨਾ ਬੱਚੇ ਸਾਰੇ ਮੰਗਦੇ ਰਹੇ ਅਖੀਰ ਤੇ ਜਾ ਕੇ ਅੱਛਾ ਅਰਵਿੰਦਰ ਸੰਦਾ ਜੀ ਹਾਂਜੀ ਸਰ ਤੁਸੀਂ ਕਰ ਲਓ ਆਪਾਂ ਡਿਸਕਸ ਕਰ ਲੈਣੇ ਅਖੀਰ ਤੇ ਜਾ ਕੇ ਕੀ ਹੋਇਆ ਕਿ ਮੇਰੇ ਕੋਲ ਨਾ ਚਾਰ ਬੱਚੇ ਰਹਿ ਗਏ ਵੀ ਸਰ ਕਿਤਾਬ ਅਸੀਂ ਲੈਣੀ ਹੈ 15 ਦਿਨਾਂ ਬਾਅਦ ਮੈਨੂੰ ਲੱਗਾ ਕਿ ਹਾਂ ਬਾਕੀ ਪੜਨ ਵਾਲੇ ਨੇ ਮੈਂ ਕੀ ਕਰਾਂ ਕਿ ਵਿਚਾਲੇ ਕਿਤਾਬ ਰੱਖਤੀ 6 ਕਿਤਾਬਾਂ ਇੱਧਰ ਰੱਖਤੀਆਂ 6 ਇੱਧਰ ਕਰਤੀਆਂ 6 ਇੱਧਰ ਕਰਤੇ ਚਾਰ ਉਹਦੇ ਰੋ ਬਣਾਤੀਆਂ ਇੱਕੋ ਜਿਹੇ ਕਦਮਾਂ ਮੈਂ ਤੁਸੀਂ ਆ ਸੁਣਿਆ ਪੌੜੀਆਂ ਨੇ ਜੇ ਤੁਸੀਂ ਮੇਰਾ ਮੇਰਾ ਪਿੰਡ ਤੱਕ ਪਹੁੰਚਣਾ ਤਾਂ ਇਹਨਾਂ ਨੂੰ ਚੜ੍ਹ ਕੇ ਮੇਰੇ ਕੋਲ ਆਓ ਬਹੁਤ ਤਰੀਕੇ ਨੇ ਕਦਮਾਂ ਪੜਾਉਣ ਦੇ ਬਹੁਤ ਕੁਝ ਕਰਿਆ ਜਾ ਸਕਦਾ ਮੈਂ ਇੱਕ ਮੈਂ ਸਜ਼ਾ ਦੇਣ ਦੇ ਖਿਲਾਫ ਬਹੁਤ ਹਾਂ ਜੀ ਮੈਂ ਸਰੀਰਕ ਸਜ਼ਾ ਫਿਜ਼ੀਕਲ ਪਿਨਿਸ਼ਮੈਂਟ ਦੇ ਬਹੁਤ ਖਿਲਾਫ ਹਾਂ ਮੇਰੀ ਕਾਫੀ ਬੈਸ ਵੀ ਹੋ ਜਾਂਦੇ ਉਹ ਕਹਿੰਦੇ ਬੱਚੇ ਸਰ ਮੰਨਦੇ ਨਹੀਂ ਹੈਗੇ ਬੱਚੇ ਨਹੀਂ ਇਸ ਤਰ੍ਹਾਂ ਮੰਨਦੇ ਮੈਂ ਉਹਨੂੰ ਕਹਿੰਦਾ ਨਾ ਵੀ ਤੁਸੀਂ ਹੁਣ ਮੈਨੂੰ ਇੱਕ ਵੀ ਅਧਿਆਪਕ ਜੋ ਸੁਣ ਰਿਹਾ ਹੈ ਜਾਂ ਜਿੱਥੇ ਵੀ ਹੈਗਾ ਕੋਈ ਉਹ ਮੈਨੂੰ ਇੱਕ ਵੀ ਹੱਥ ਖੜਾ ਕਰਕੇ ਦੱਸ ਦੇ ਕਿ ਜਿਨੇ ਆਪਣੇ ਬੱਚੇ ਦੇ ਹੱਥ ਖੜੇ ਕਰਾਏ ਹੋਣ ਬੈਂਚ ਤੇ ਖੜਾ ਕਰਾਇਆ ਹੋਵੇ ਤੇ ਉਹ ਬੱਚਾ ਸੁਧਰ ਗਿਆ ਹੋਵੇ ਜਦੋਂ ਤੁਸੀਂ ਉਸ ਬੱਚੇ ਦੇ ਨਾਲ ਇਨਾ ਪਿਆਰ ਪੈ ਗਿਆ ਤੁਹਾਡੇ ਨਾਲ ਉਹ ਤੁਹਾਡੀ ਸਾਰੀ ਗੱਲ ਮੰਨ ਲੱਗਿਆ ਉਹਨੇ ਰਿਮੋਟ ਆ ਤੁਹਾਡਾ ਆਪਣਾ ਸੋਨੂੰ ਦੇਤਾ ਤਾਂ ਡੰਡਾ ਮਾਰਨ ਦੀ ਹਾਲਾਂਕਿ ਹੁਣ ਤਾਂ ਕੋਈ ਕੁੱਟਦਾ ਵੀ ਨਹੀਂ ਹੈਗਾ ਪਰ ਆ ਛੋਟੇ ਛੋਟੇ ਸਜ਼ਾਵਾਂ ਹਜੇ ਵੀ ਚੱਲਦੀਆਂ ਨੇ ਕਈ ਸਕੂਲਾਂ ਦੇ ਵਿੱਚ ਮੈਂ ਕੀ ਕਰਦਾ ਕਿ ਮੈਂ ਉਹਨਾਂ ਨੂੰ ਰੁੱਸ ਜਾਣਾ ਮੈਂ ਉਹਨੂੰ ਕਹਿੰਦਾ ਮੈਨੂੰ ਬੁਲਾਈਂ ਨਾ ਮੈਨੂੰ ਕੋਈ ਸੱਸੀਦਾਰ ਬੁਲਾਉਣ ਦੀ ਲੋੜ ਨਹੀਂ ਮੇਰੇ ਲਾਇਬ੍ਰੇਰੀ ਚ ਆਉਣ ਦੀ ਕੋਈ ਲੋੜ ਨਹੀਂ ਹੈਗੀ ਕਿ ਮੈਂ ਇੱਕ ਕੀ ਪਿੱਛੇ ਜੇ ਘਟਨਾ ਹੋਈ ਕਿ ਮੇਰੇ ਨਾਲ ਲਾਇਬ੍ਰੇਰੀ ਦੇ ਸਾਹਮਣੇ ਇੱਕ ਬੂਟਾ ਹੁੰਦਾ ਸੀਗਾ ਪੌਦਾ ਸੀਗਾ ਉਹ ਬੜਾ ਮਤਲਬ ਮਰ ਚੁੱਕਿਆ ਸੀ ਮੈਂ ਉਹਨੂੰ ਨਵੇਂ ਗਮਲੇ ਚ ਉਹਨਾਂ ਨੇ ਕੀ ਕਰਿਆ ਕਿ ਬੱਚਿਆਂ ਦੇ ਨਾ ਪੱਤਿਆਂ ਦੇ ਨਾਮ ਲਿਖਤੇ ਆ ਗਏ ਸਾਰੇ ਬੱਚਿਆਂ ਤੇ ਉਹ ਵਿਚਾਰੇ ਹੋਰ ਹੀ ਤਾਂ ਪੱਤੇ ਹੋ ਗਏ ਮੈਨੂੰ ਬਹੁਤ ਅਫਸੋਸ ਆ ਵੀ ਐਂ ਕਿਤੋਂ ਕੀਤਾ ਇਹਨਾਂ ਨੇ ਮੈਂ ਉਹਨਾਂ ਨੂੰ ਕਹਿਆ ਵੀ ਮੈਂ ਤੁਸੀਂ ਮੇਰੇ ਲਾਇਬ੍ਰੇਰੀ ਚ ਨਾ ਆਇਓ ਮੈਨੂੰ ਬੁਲਾਇਓ ਨਾ ਬਸ ਸ਼ਾਵਨ ਨੂੰ ਫੋਨ ਆਇਆ ਮੈਂ ਫੋਨ ਕੱਟ ਦਿਆ ਕਰਾਂ ਕਿਸੇ ਹੋਰ ਨੰਬਰ ਤੋਂ ਆਇਆ ਕਰਾਂ ਫਿਰ ਵੀ ਕੱਟ ਦਿਆ ਕਰਾਂ ਦੋ ਦਿਨਾਂ ਦੇ ਵਿੱਚ ਉਹਨਾਂ ਨੂੰ ਇੰਨਾ ਪਛਤਾਵਾ ਹੋ ਗਿਆ ਦੋ ਦਿਨ ਰੋਈ ਗਏ ਆ ਆਪਾਂ ਬੱਚ ਨੂੰ ਅਹਿਸਾਸ ਹੀ ਕਰਾਉਣਾ ਨਾ ਉਹ ਇਸ ਤਰੀਕੇ ਨਾਲ ਕਦੋਂ ਨੀ ਕਰਾ ਸਕਦੇ ਜੇਕਰ ਤੁਸੀਂ ਉਹਨਾਂ ਦੇ ਇੰਨੇ ਕਲੋਜ਼ ਚਲੇ ਗਏ ਹੋ ਤੋ ਇਸ ਤਰੀਕੇ ਨਾਲ ਜਾ ਸਕ ਕਰਾ ਸਕਦੇ ਆ ਨਾ ਆਪਾਂ ਉਹਨਾਂ ਨੂੰ ਕਿ ਉਹ ਬੱਚਾ ਤੁਹਾਡੀ ਹਰ ਗੱਲ ਮੰਨੇ ਇੱਕ ਅ ਮੈਨੂੰ ਕੱਲ ਵੀ ਸਵਾਲ ਪੁੱਛਿਆ ਗਿਆ ਸੀਗਾ ਇੱਕ ਕਿ ਹਾਲਾਂਕਿ ਮੈਂ ਹੁਣ ਥੋੜੇ ਜਿ ਸਵਾਲ ਲੈਣਾ ਚਾਹਾਂਗਾ ਜੇਕਰ ਤੁਹਾਡੇ ਸਵਾਲ ਉੱਪਰ ਚਲੇ ਗਏ ਨੇ ਤਾਂ ਪਲੀਜ਼ ਮੈਨੂੰ ਦੁਬਾਰਾ ਤੁਸੀਂ ਉਹਨਾਂ ਨੂੰ ਰੀਸੈਂਡ ਕਰ ਦਿਓ ਤਾਂ ਜੋ ਮੈਂ ਤੁਹਾਡੇ ਨਾਲ ਉਹਨਾਂ ਦੇ ਬਾਰੇ ਡਿਸਕਸ ਕਰ ਸਕਾਂ ਇੱਕ ਹੁਣ ਆਪਾਂ ਵਿਚਰ ਲਈ ਆਦੀ ਛੁੱਟੀ ਵੇਲੇ ਵੀ ਆਪਾਂ ਵੇਖਦੇ ਆ ਕਿ ਮੈਨੂੰ ਆਮ ਤੌਰ ਤੇ ਵੀ ਇਹ ਲੱਗਦਾ ਹੁੰਦਾ ਕਿ ਅਧਿਆਪਕਾਂ ਨੂੰ ਦੱਸਣਾ ਚਾਹੀਦਾ ਕਿ ਆਦੀ ਛੁੱਟੀ ਛੁੱਟੀ ਦਾ ਟਾਈਮ ਹੈ ਮੈਂ ਇੱਕ ਪੋਸਟ ਵੀ ਪਾਈ ਸੀ ਕਿ ਕਈ ਬੱਚੇ ਕੀ ਕਰਦੇ ਨੇ ਕਿ ਉਹਨਾਂ ਦੇ ਇੱਕ ਹੱਥ ਵਿੱਚ ਰੋਟੀ ਦਾ ਰੋਲ ਜਾਂ ਬਣਿਆ ਹੁੰਦਾ ਉਹ ਖਾ ਰਹੇ ਹੁੰਦੇ ਨੇ ਦੂਜੇ ਹੱਥ 'ਚ ਕਿਤਾਬ ਹੁੰਦੀ ਹੈ ਤੇ ਉਹ ਨਾ ਤਾਂ ਉਹਨਾਂ ਦੇ ਸਰੀਰ ਨੂੰ ਲੱਗਦਾ ਤੇ ਨਾ ਹੀ ਉਹਨਾਂ ਨੂੰ ਮਜ਼ਾ ਆਉਂਦਾ ਖਾਣ ਚੋਂ ਉਹ ਸਮਝਾਉਣਾ ਜ਼ਰੂਰੀ ਹੈ ਕਿ ਬੱਚੇ ਉਹ ਜਿਵੇਂ ਮਸ਼ੀਨ 'ਚ ਰੁਗ ਲਾ ਰਹੇ ਹੁੰਦੇ ਨੇ ਨਾ ਐ ਕਰ ਰਹੇ ਹੁੰਦੇ ਨੇ ਉਹ ਐਕਚੁਅਲੀ ਇਨਸਾਨ ਨਹੀਂ ਖਾ ਰਹੇ ਹੁੰਦਾ ਉਹਨੂੰ ਦੱਸੋ ਕਿ ਕੋਈ ਗੱਲ ਨਹੀਂ 15 ਮਿੰਟ ਹੈ ਨਾ ਰੈਸਟ ਕਰ ਪੰਜ ਪੀਰੀ ਲੱਗੇ ਤਿੰਨ ਰਹਿ ਗਏ ਦਿਮਾਗ ਫਰੈਸ਼ ਕਰ ਆਪਣਾ ਚਾਰ ਲੱਗੇ ਚਾਰ ਰਹਿ ਗਏ ਜਿਵੇਂ ਵੀ ਸਿਸਟਮ ਹੈ ਕਿ ਕੋਈ ਗੱਲ ਨਹੀਂ ਸਹੀ ਹੈ ਸਭ ਕੁਝ ਸਹੀ ਹੈ ਸਾਰ ਕੁਝ ਤੇਰੇ ਯਾਦ ਆ ਟੈਨਸ਼ਨ ਆ ਤਾ ਇਹ ਬਹੁਤ ਜ਼ਰੂਰੀ ਹੈ ਸਟ्रेस ਮੈਨੇਜਮੈਂਟ ਬਹੁਤ ਜ਼ਰੂਰੀ ਹੈ ਬੱਚੇ ਬਹੁਤ ਗਲਤੀਆਂ ਕਰ ਦਿੰਦੇ ਨੇ ਇੱਥੇ ਆ ਕੇ ਇਹ ਬਹੁਤ ਗੱਲਾਂ ਮੈਂ ਕਹਿੰਦਾ ਇੱਕ ਅੱਧਾ ਆਪ ਨੂੰ ਬਹੁਤ ਜ਼ਰੂਰੀ ਨੇ ਗੱਲਾਂ ਅਪ ਪਰਵਿੰਦਰ ਸੰਧਾ ਜੀ ਤੁਸੀਂ ਪੁੱਛ ਸਕਦੇ ਹੋ ਸਵਾਲ ਜਿਵੇਂ ਕਿ ਮੈਨੂੰ ਆਪਣਾ ਖਤਮ ਕਰਨਾ ਚਾਹਣਾ ਕਿਉਂਕਿ ਮੈਨੂੰ ਲੱਗਦਾ ਕਿ ਮੈਂ ਜ਼ਿਆਦਾ ਸਮਾਂ ਲੈ ਗਿਆ ਜਦੋਂ ਬੱਚਾ ਸਕੂਲੋਂ ਜਾਂਦਾ ਨਾ ਜਾਣ ਵੇਲੇ ਤਾਂ ਮੇਰੇ ਖਿਆਲ ਚ ਉਹਨੂੰ ਹੌਂਕਾ ਲੈਣਾ ਚਾਹੀਦਾ ਕਿ ਮੇਰਾ ਹਾਈ ਸਕੂਲ ਮੈਂ ਕੱਲ੍ਹ ਦੀ ਛੁੱਟੀ ਆ ਗਈ ਤੇ ਮੈਂ ਹੁਣ ਸਕੂਲ ਚ ਜਾਵਾਂ ਕਿਵੇਂ ਮੈਂ ਕਿਵੇਂ ਸਮਾਂ ਲਗਾਉਂਗਾ ਘਰੇ ਮੇਰੇ ਅਧਿਆਪਕਾਂ ਬਿਨਾਂ ਜੇਕਰ ਅਜਿਹਾ ਪਿਆਰ ਪੈ ਜਾਂਦਾ ਤੇ ਮੈਂ ਸੋਚਦਾ ਹੁੰਨਾ ਕਿ ਜੇ ਬੱਚੇ ਦੇ ਹਾਸਾ ਅਧਿਆਪਕ ਦਾ ਹਾਸਾ ਬੱਚਾ ਹੱਸਣ ਲੱਗ ਜੇ ਤੇ ਬੱਚੇ ਦੇ ਹੰਝੂ ਅਧਿਆਪਕ ਦੇ ਅੱਖਾਂ ਤੋਂ ਡੁੱਲਣ ਲੱਗ ਜਾਣ ਤਾਂ ਮੇਰੇ ਖਿਆਲ ਚ ਕੁਝ ਵੀ ਇੰਪੋਸੀਬਲ ਨਹੀਂ ਹੈਗਾ ਉਹ ਹੌਂਕਾ ਲਊਗਾ ਜਾਣ ਲੱਗਾ ਕਿ ਛੋਡੇ ਮੇਰੇ ਨਾਲ ਜੀ ਨਹੀਂ ਲੱਗਿਆ ਸਾਡੇ ਜੀ ਕੱਲ ਤੁਸੀਂ ਆਏ ਨਹੀਂ ਨਾ ਹੁਣ ਮੈਂ ਸਕੂਲ ਜਾਵਾਂਗੇ ਤਾਂ ਛੋਡੇ ਮੇਰੇ ਰਾਵਾਂਗੇ ਕਿਵੇਂ ਕੋ ਸਕੂਲੋਂ ਘਰੇ ਜਾਵਾਂਗੇ ਤਾਂ ਕਿਵੇਂ ਰਾਵਾਂਗੇ ਅਸੀਂ ਜਿਕਰ ਇਹ ਹੀ ਸਾਂਝ ਪੈ ਜਾਂਦੀ ਹੈ ਤਾਂ ਬਹੁਤ ਤੁਸੀਂ ਕੁਝ ਵੀ ਕਰ ਸਕਦੇ ਹੋ ਇੰਪੋਸੀਬਲ ਹੈ ਹੀ ਨਹੀਂ ਕੁਝ ਕਿਉਂਕਿ ਮੈਂ ਖੁਦ ਹਟਾ ਚੁੱਕਿਆ ਹਾਂ ਇਹ ਖੁਦ ਮੈਂ ਵੇਖ ਚੁੱਕਿਆ ਹਾਂ ਕਿ 70 ਬੱਚੇ ਯੂਨੀਵਰਸਿਟੀ ਚ ਨੇ ਮਾਪਿਆਂ ਦੇ ਸਹਿਮਤੀ ਨਾਲ ਗਏ ਨੇ ਬੱਚੇ ਮਤਲਬ ਬੜਾ ਬੜਾ ਵਧੀਆ ਨਾਮ ਖੱਟ ਰਹੇ ਨੇ ਆਪਣਾ ਆਪਣੇ ਆਪਣੇ ਫੀਲਡ ਦੇ ਵਿੱਚ ਥੀਏਟਰ ਦੇ ਵਿੱਚ ਨੇ ਗੋਲਡ ਮੈਡ ਲਿਸਟਾਂ ਨੇ ਜੀਆਰ ਫਣੇ ਐਸਆਰ ਫਣੇ ਯੂਨੀਵਰਸਿਟੀ ਕਲਰ ਹੋਲਡਰਸ ਨੇ ਪੀ ਐਚ ਡੀ ਨੇ ਗਵਰਨਮੈਂਟ EMPLOYEES ਨੇ ਜੇਕਰ ਹੁਣ ਕੋਈ ਸਵਾਲ ਲੈਣਾ ਚਾਹੁੰਦਾ ਸਵਾਲ ਹੈ ਤਾਂ ਬਾਕੀ ਰਵਿੰਦਰ ਹੈ ਤੇ ਡਾਕਟਰ ਨਿਤੂ ਪਲੀਜ਼ ਦੱਸੋ ਕਿ ਕੋਈ ਸਵਾਲ ਜੇਕਰ ਤੁਹਾਡੇ ਮਨ 'ਚ ਹੈਗਾ ਤਾਂ ਆਪਾਂ ਸਾਂਝਾ ਕਰ ਸਕਦੇ ਆ ਜਾਂ ਕੋਈ ਮੈਨੂੰ ਕਿਉਂਕਿ ਕਾਫੀ ਮੈਂ ਸਕਰੋਲ ਕਰ ਰਹੇ ਆ ਪਰ ਮੈਨੂੰ ਲੱਗਦਾ ਕਾਫੀ ਉੱਪਰ ਚਲੇ ਗਏ ਨੇ ਇਸ ਵਾਰ ਇਨਨਿਤ ਕ ਸਵਾਲ ਹੈ ਕਿ ਸ਼ਾਇਦ ਮੈਂ ਇਹਨੂੰ ਚੰਗੀ ਤਰ੍ਹਾਂ ਪੜ ਨਹੀਂ ਪਾ ਰਿਹਾ ਰਵਿੰਦਰ ਸੰਤਾ ਦਾ ਹਾਂ ਜਿਵੇਂ ਕਹਿੰਦੇ ਵੀ ਇੱਕ ਇੱਕ ਅਧਿਆਪਕ ਕਹਿੰਦੇ ਨੇ ਵੀ ਕਿਉਂਕਿ ਤੂੰ ਕਿਹੜਾ ਡੀਸੀ ਲੱਗ ਜਾਏਗਾ ਮੈਂ ਕਹਿੰਦਾ ਵੀ ਅਧਿਆਪਕ ਦੀ ਡਿਕਸ਼ਨਰੀ ਚ ਫੇਲ ਨਕਮਾ ਨਲਾਇਕ ਸ਼ਬਦ ਹੋਣੇ ਨਹੀਂ ਚਾਹੀਦੇ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਕਿ ਕਿੰਨੇ ਸ਼ਬਦ ਜਾਦੂ ਸ਼ਾਇਦ ਅਸੀਂ ਜਾਣਦੇ ਨਹੀਂ ਸਾਨੂੰ ਸਾਰਾ ਭਾਸ਼ਾ ਪਤਾ ਹੈ ਅੱਖਰ ਜਦੋਂ ਅਸੀਂ ਭੁੱਲ ਗਏ ਸਾਨੂੰ ਇਹ ਭੁੱਲ ਗਏ ਸੀ ਕਿ ਡਾਕਟਰਸ ਵਰਡ ਅਸੀਂ ਪਾਠ ਪੜ੍ਹਦੇ ਹੁੰਦੇ ਸੀ ਕਿ ਕਿੰਨਾ ਇਫੈਕਟ ਕਰਦੇ ਨੇ ਉਹਦੇ ਉੱਤੇ ਬੱਚੇ ਦੇ ਉੱਤੇ ਇਹ ਤਾਂ ਹੋਣਾ ਹੀ ਚਾਹੀਦਾ ਆ ਸਫਲ ਬਰਤ ਲੋ ਤਰਨ ਸਮਝਾਓ ਕਿ ਫੇਲ ਹੋਣਾ ਪਾਪ ਥੋੜਾ ਹੁੰਦਾ ਕੋਈ ਸਾਡੇ ਕਲਾਸ ਸਾਡੇ ਸਕੂਲ ਦੇ ਵਿੱਚ ਲਿਖਿਆ ਹੁੰਦਾ ਸੀ ਕਿ ਡਿੱਗਣਾ ਨਾ ਡਿੱਗਣ ਵਾਲੇ ਨਾਲੋਂ ਡਿੱਗ ਕੇ ਉੱਠਣ ਵਾਲਾ ਉੱਤਮ ਹੁੰਦਾ ਹੈ ਇਹ ਜੇਕਰ ਇੰਜ ਇਹ ਤੁਹਾ ਆ ਵਰਤ ਰਿਹਾ ਤਾਂ ਉਹ ਬਹੁਤ ਗਲਤ ਵਰਤ ਰਿਹਾ ਹੁਣ ਇੱਕ ਅਧਿਆਪਕ ਬੱਚੇ ਨੂੰ ਕਹਿ ਰਿਹਾ ਪੁੱਤਰ ਜੀ ਤਨ ਮਰਮਾ ਪੁੱਤਰ ਜੀ ਕਹਿੰਦੇ ਆ ਇੱਕ ਅਧਿਆਪਕ ਉਹਨੂੰ ਕਹਿੰਦੇ ਕੈਲੇ ਦੀ ਹੈ ਜੈਲੇ ਦੀ ਹੈ ਉਹ ਸਹੀ profession ਚ ਨਹੀਂ ਹੈਗੇ ਉਹ ਗਲਤ profession ਚ ਆ ਗਏ ਉਹ ਨੋਬਲ profession ਚ ਨਹੀਂ ਹੈਗੇ ਇਸ ਚ ਉਹਨੂੰ ਨਹੀਂ ਹੋਣਾ ਚਾਹੀਦਾ ਸੀ ਅ ਜੇਕਰ ਕੋਈ ਹੋਰ ਸਵਾਲ ਹੈਗੇ ਤਾਂ ਪਲੀਜ਼ ਤੁਸੀਂ ਸਾਂਝਾ ਕਰ ਲੋ ਬਾਕੀ ਅਰਵਿੰਦਰ ਤੇ ਪਲੀਜ਼ ਮੈਨੂੰ ਥੋੜੀ ਜਿਹੀ ਜਾਣਕਾਰੀ ਦਿਓ ਕਿ ਹੁਣ ਆਪਾਂ ਇਸ ਨੂੰ ਸ਼ਾਇਦ ਇੱਥੇ ਵਿਰਾਮ ਦੇਈਏ ਅੱਛਾ ਓਕੇ ਕੋਈ ਸਵਾਲ ਲੇ ਜੀ ਅ ਬਹੁਤ ਜ਼ਿਆਦਾ ਸੈਂਸਿਟਿਵ ਬੱਚਿਆਂ ਬਾਰੇ ਜਰੂਰ ਦੱਸੋ ਅੱਛਾ ਇਹ ਲਾਸਟ ਸਵਾਲ ਇਹ ਕਿਉਂਕਿ ਲੈਣਾ ਪੈਣਾ ਮੈਨੂੰ ਇਹ ਮੇਰੇ ਵਾਈਫ ਦਾ ਸਵਾਲ ਏ ਬਹੁਤ ਜ਼ਿਆਦਾ ਸੈਂਸਿਟਿਵ ਬੱਚਿਆਂ ਨਾਲ ਸਾਨੂੰ ਪਤਾ ਹੈ ਨਾ ਵੀ ਇੱਕ ਅਧਿਆਪਕ ਨੂੰ ਅਲੱਗ-ਅਲੱਗ ਬੱਚਿਆਂ ਦੇ ਨਾਲ ਅਲੱਗ-ਅਲੱਗ ਵਿਵਹਾਰ ਕਰਨਾ ਪੈਂਦਾ ਬੱਚਿਆਂ ਨੂੰ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਨਾਲ ਹੈਂਡਲ ਕਰਨਾ ਪੈਂਦਾ ਤੁਸੀਂ ਸਾਡੇ ਘਰੇ ਵੀ ਜੇ ਤਿੰਨ ਬੱਚੇ ਹੋਣ ਤਾਂ ਉਹ ਅਲੱਗ-ਅਲੱਗ ਉਹਨਾਂ ਦੀਆਂ ਉਹਨਾਂ ਦੀਆਂ ਪਸੰਦਾਂ ਹੁੰਦੀਆਂ ਨੇ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਨਾਲ ਵਰਾਇਆ ਜਾਂਦਾ ਹੈ ਅਲੱਗ-ਅਲੱਗ ਉਹਨਾਂ ਦੀ ਚੋਆਇਸ ਹੁੰਦੀ ਹੈ ਉਵੇਂ ਉਹ ਤਾਂ ਹੁਣ ਜੇ ਸਾਡੇ ਕੋਲ 400 ਬੱਚਾ ਤਾਂ ਉਹਨਾਂ ਦੀ ਅਲੱਗ-ਅਲੱਗ ਚੋਆਇਸ ਹੋਏਗੀ ਨਾ ਉਹਨੂੰ ਅਲੱਗ-ਅਲੱਗ ਤਰ੍ਹਾਂ ਨਾਲ ਹੈਂਡਲ ਕਰੋ ਜਿਹਨੂੰ ਜਿਹਨੂੰ ਤੁਸੀਂ ਜੇਕਰ ਥੋੜਾ ਜਿਹਾ ਮਤਲਬ ਉਹਨੂੰ ਇਹ ਦੇਖਣਾ ਚਾਹੁੰਦੇ ਉਹਦਾ ਬੈਕਗ੍ਰਾਉਂਡ ਦੇਖਣਾ ਚਾਹੁੰਦੇ ਕਿ ਇਹ ਹਿਸ਼ਾਰਤਾਂ ਕਰ ਰਿਹਾ ਹੈ ਜਾਂ ਇਹ ਇਹਨੂੰ ਬਿਲਕੁਲ ਸਮਝ ਨਹੀਂ ਆਉਂਦੀ ਤਾਂ ਉਸ ਹਾਵ ਨਾਲ ਤੁਸੀਂ ਰੁੱਖਾ ਹੋ ਸਕਦੇ ਹੋ ਪਰ ਉਹ ਮਾਂ ਵਾਲਾ ਰੁੱਖਾ ਬਣ ਹੋਣਾ ਚਾਹੀਦਾ ਮਾਂ ਵਾਲਾ ਰਿਸ਼ਤਾ ਹੋਣਾ ਚਾਹੀਦਾ ਬੱਚੇ ਨਾਲ ਕਿਉਂਕਿ ਮਾਂ ਦੋਸਤ ਵੀ ਹੁੰਦੀ ਹੈ ਉਹਦੀ ਪਹਿਲੀ ਟੀਚਰ ਵੀ ਹੁੰਦੀ ਹੈ ਥਾਣੇਦਾਰ ਨਾਲ ਰਿਸ਼ਤਾ ਨਹੀਂ ਹੋਣਾ ਚਾਹੀਦਾ ਜਿਵੇਂ ਥਾਣੇਦਾਰ ਤੋਂ ਡਰਦੇ ਡਰੇ ਸੋਤੋਂ ਪਰ ਮਾਂ ਤੋਂ ਡਰੇ ਕਿ ਮੈਨਾਂ ਰੁੱਸ ਗਈ ਤਾਂ ਕੀ ਹੋਣਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਫੇਰ ਇੱਕ ਵਾਰ ਬੀਇੰਗ ਅ ਟੀਚਰ ਪੇਜ ਦਾ ਤੁਸੀਂ ਮੇਰੇ ਨਾਲ ਜੁੜੇ ਤੇ ਮੈਨੂੰ ਲਗਭਗ ਘੰਟੇ ਤੋਂ ਵੱਧ ਸੁਣਿਆ ਮੈਂ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਵੀ ਕਰਦਾ ਕਿ ਤੁਸੀਂ ਸਾਡੇ ਕੋਲ ਸਕੂਲ ਚ ਆਓ ਤੁਹਾਨੂੰ ਬੜਾ ਚੰਗਾ ਲੱਗੇਗਾ ਤੇ ਇਸੇ ਤਰ੍ਹਾਂ ਹੀ ਮੈਂ ਸਾਰੇ ਅਧਿਆਪਕਾਂ ਵੱਲੋਂ ਇੱਕ ਲਾਸਟ ਸ਼ੇਅਰ ਕਰਕੇ ਮੈਂ ਇਸ ਨੂੰ ਫਿਨਿਸ਼ ਕਰਾਂਗਾ ਕਿ ਹਮ ਸੂਰਜ ਹਾਂ ਹਮਾਰੇ ਸਾਥ ਚਲੋ ਹਮ ਸੂਰਜ ਹਾਂ ਹਮਾਰੇ ਸਾਥ ਚਲੋ ਹਮ ਯਹਾਂ ਹੋਗੇ ਵਹਾਂ ਸ਼ਬ ਨਹੀਂ ਹੋਗੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨ ਲਈ ਬਹੁਤ ਸਾਰਾ ਪਿਆਰ ਸ਼ੁਕਰੀਆ